ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਵਾਹਿਗੁਰੂ। ਫਤਿਹ। ਸਮੂਹ ਸਾਧ ਸੰਗਤ ਆਪ ਜੀ ਦੀ ਸੇਵਾ ਦੇ ਵਿੱਚ ਆਵਾਜ਼ੇ ਕੌਮ ਟੀਵੀ ਦੇ ਰਾਹੀਂ ਵੱਖੋ ਵੱਖਰੇ ਪ੍ਰੋਗਰਾਮਾਂ ਦੇ ਰਾਹੀਂ ਹਾਜ਼ਰੀ ਭਰਨ ਦਾ ਯਤਨ ਕਰੀਦਾ ਹੈ ਤੇ ਅੱਜ ਵੀ ਇੱਕ ਖਾਸ ਵਿਸ਼ੇ ਦੇ ਉੱਪਰ ਖਾਸ ਪ੍ਰੋਗਰਾਮ ਦੇ ਰਾਹੀਂ ਤੁਹਾਡੇ ਸਾਹਮਣੇ ਪੇਸ਼ ਹੋ ਰਹੇ ਹਾਂ ਤੇ ਉਮੀਦ ਕਰਦੇ ਹਾਂ ਕਿ ਅੱਜ ਦੇ ਇਸ ਪ੍ਰੋਗਰਾਮ ਦੇ ਰਾਹੀਂ ਕੋਈ ਲਾਹੇਵੰਦ ਤੇ ਚੰਗੀ ਜਾਣਕਾਰੀ ਤੁਹਾਡੇ ਤੱਕ ਜਿਹੜੀ ਹੈ ਪਹੁੰਚਦੀ ਕਰ ਸਕੀਏ। ਤੇ ਪਿਛਲੇ ਕਾਫੀ ਲੰਬੇ ਸਮੇਂ ਤੋਂ ਆਪ ਜੀ ਜਾਣਦੇ ਹੋ ਕਿ ਸਿੱਖ ਪੰਥ ਦੇ ਅੰਦਰ ਮਸਲੇ ਤੇ ਮੁੱਦੇ ਜਿਹੜੇ ਨੇ ਉਹ ਖਤਮ ਹੋਣ ਦਾ ਨਾਂ ਨਹੀਂ ਲੈ ਰਹੇ। ਪਹਿਲੇ ਮਸਲੇ ਹੱਲ ਨਹੀਂ ਹੁੰਦੇ ਤੇ ਨਵੇਂ ਤੋਂ ਨਵੇਂ ਮਸਲੇ ਪੈਦਾ ਕਰ ਦਿੱਤੇ ਜਾਂਦੇ ਨੇ। ਤੇ ਮੈਂ ਇੱਕ ਵਾਰ ਆਪਣੀ ਗੱਲ ਨੂੰ ਫਿਰ ਦੁਹਰਾ ਦਿਆਂ ਕਿ ਮਸਲੇ ਖਤਮ ਨਹੀਂ ਹੁੰਦੇ ਤੇ ਨਵੇਂ ਮਸਲੇ ਪੈਦਾ ਕਰ ਦਿੱਤੇ ਜਾਂਦੇ ਨੇ। ਦੁਬਿਧਾ ਦੇ ਨਾਂ ਦੇ ਉੱਪਰ ਤੇ ਅਨੇਕਾਂ ਐਸੇ ਪਹਿਲੂ ਕੱਢ ਕੇ ਸਾਹਮਣੇ ਰੱਖ ਦਿੱਤੇ ਜਾਂਦੇ ਨੇ ਤੇ ਸੰਗਤਾਂ ਨੂੰ ਕਿਹਾ ਜਾਂਦਾ ਹੈ ਕਿ ਜੀ ਇਹ ਮਸਲਾ ਬਣ ਗਿਆ ਹੈ ਜਾਂ ਇਹ ਦੁਬਿਧਾ ਹੈ, ਪਰ ਅਸਲ ਰੂਪ ਦੇ ਵਿੱਚ ਸੱਚਾਈ ਕੀ ਹੈ ਉਹ ਆਪ ਜੀ ਵੀ ਜਾਣਦੇ ਹੋ ਤੇ ਅਸੀਂ ਵੀ ਜਾਣਦੇ ਹਾਂ ਕਿ ਸੰਗਤ ਦੇ ਵਿੱਚ ਕੋਈ ਦੁਬਿਧਾ ਨਹੀਂ, ਸੰਗਤ ਦੇ ਵਿੱਚ ਕੋਈ ਐਸਾ ਮਸਲਾ ਨਹੀਂ। ਜਾਣ ਬੁੱਝ ਕੇ ਮਸਲੇ ਪੈਦਾ ਕੀਤੇ ਜਾਂਦੇ ਨੇ, ਪਹਿਲਾਂ ਦੁਬਿਧਾਵਾਂ ਪਾਈਆਂ ਜਾਂਦੀਆਂ ਨੇ ਤੇ ਫਿਰ ਉਸ ਦੁਬਿਧਾ ਦੇ ਨਾਂ ਦੇ ਉੱਪਰ ਜਿਹੜਾ ਹੈ ਆਪੋ ਆਪਣੇ ਪੱਖ ਨੂੰ ਅੱਗੇ ਲੈ ਕੇ ਆਉਣ ਵਾਸਤੇ ਜਾਂ ਆਪਣੇ ਆਪ ਨੂੰ ਸਹੀ ਤੇ ਦੂਸਰੇ ਨੂੰ ਗਲਤ ਠਹਿਰਾਉਣ ਵਾਸਤੇ ਜਿਹੜਾ ਹੈ ਉਹ ਮੁੱਦੇ ਬਣਾ ਕੇ ਪੇਸ਼ ਕੀਤੇ ਜਾਂਦੇ ਨੇ ਤੇ ਬਹੁਤਾਤ ਰੂਪ ਦੇ ਵਿੱਚ ਗੱਲ ਇਹ ਕਹੀ ਜਾਂਦੀ ਹੈ ਕਿ ਭਾਈ ਸਾਡਾ ਪੱਖ ਉਹ ਚੰਗਾ ਹੈ ਤੇ ਜਿਹੜਾ ਸਾਹਮਣੇ ਵਾਲਾ ਹੈ ਉਹਦਾ ਪੱਖ ਬਿਲਕੁਲ ਨਕਾਰ ਦਿੱਤਾ ਜਾਂਦਾ ਹੈ। ਪਰ ਸੰਗਤ ਜਿਹੜੀ ਇਸ ਵਕਤ ਬੜੀ ਸੂਝਵਾਨ ਹੈ ਵੱਖੋ ਵੱਖਰੇ ਪ੍ਰੋਗਰਾਮਾਂ ਦੇ ਰਾਹੀਂ ਤੇ ਅਨੇਕਾਂ ਹੀ ਟੈਲੀਵਿਜ਼ਨ ਚੈਨਲਾਂ ਦੇ ਰਾਹੀਂ ਆਪ ਜੀ ਦੇ ਤੱਕ ਜਿਹੜੀ ਸਾਰੀ ਜਾਣਕਾਰੀ ਪਹੁੰਚਦੀ ਹੈ, ਸੋ ਆਪ ਸਰੋਤੇ ਮੇਰੇ ਨੂੰ ਵੱਧ ਜਾਣਦੇ ਹੋ ਤੇ ਅੱਜ ਦੇ ਵੀ ਇਸ ਪ੍ਰੋਗਰਾਮ ਦੇ ਵਿੱਚ ਯਤਨ ਕਰਾਂਗਾ ਕਿ ਕੁਝ ਨਾ ਕੁਝ ਚੰਗੀਆਂ ਗੱਲਾਂ ਤੇ ਖਾਸ ਤੌਰ ਤੇ ਜਿਹੜੇ ਮੁੱਦੇ ਬਣਾਏ ਜਾਂਦੇ ਨੇ ਉਹਨਾਂ ਦਾ ਪਿਛੋਕੜ ਕੀ ਹੈ ਉਹਦੇ ਬਾਰੇ ਤੁਹਾਡਾ ਜਿਹੜਾ ਹੈ ਉਹ ਧਿਆਨ ਦਵਾ ਸਕਾਂ। ਸੋ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਮੇਰਾ ਸਾਥ ਦੇਣ ਵਾਸਤੇ ਮੇਰੇ ਨਾਲ ਮਹਿਮਾਨ ਹਾਜ਼ਰ ਨੇ, ਆਪ ਜੀ ਦੇਖ ਸਕਦੇ ਹੋ, ਤੁਹਾਡਾ ਇਹਨਾਂ ਦੇ ਨਾਲ ਤਾਰੁਫ ਕਰਵਾ ਦੇਵਾਂ, ਇੰਟਰੋਡਕਸ਼ਨ ਕਰਵਾ ਦੇਵਾਂ। ਸੋ ਮੇਰੇ ਖੱਬੇ ਹੱਥ ਦੇ ਪਾਸੇ ਭਾਈ ਸਤਵਿੰਦਰ ਸਿੰਘ ਜੀ, ਜਾਗੋ ਵਾਲੇ, ਜਿਹੜੇ ਕਿ ਜਾਗੋ ਵਾਲੇ ਜਥੇ ਦੇ ਨਾਲ ਆਪ ਸੰਗਤ ਜਾਣਦੇ ਹੋ, ਭਾਈ ਸਾਹਿਬ ਸਵਾਗਤ ਹੈ ਤੁਹਾਡਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਮੇਰੇ ਸੱਜੇ ਹੱਥ ਬੈਠੇ ਨੇ ਬਾਬਾ ਚਰਨ ਸਿੰਘ ਜੀ, ਜਿਹੜੇ ਟੀਵੀ ਡੇਲ ਤੋਂ ਨੇ, ਤੇ ਇਹਨਾਂ ਦੇ ਨਾਲ ਬੈਠੇ ਨੇ ਭਾਈ ਬਲਵਿੰਦਰ ਸਿੰਘ ਜੀ, ਜਿਹੜੇ ਆਪਣੇ ਵਿਲਨ ਹਾਲ ਤੋਂ ਨੇ। ਸੋ ਆਪ ਜੀ ਦਾ ਵੀ ਮੈਂ ਸਵਾਗਤ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਸਰੋਤਿਓ, ਜਿਸ ਤਰ੍ਹਾਂ ਮੈਂ ਆਪ ਜੀ ਨੂੰ ਜਾਣਕਾਰੀ ਦਿੱਤੀ ਹੈ ਕਿ ਗੱਲ ਕਰਾਂਗੇ ਕੁਛ ਅਹਿਮ ਪਹਿਲੂਆਂ ਤੇ, ਕੁਛ ਖਾਸ ਪਹਿਲੂਆਂ ਤੇ ਜਿਹੜਾ ਇੱਕ ਮੇਨ ਮੁੱਦਾ, ਖਾਸ ਤੌਰ ਤੇ ਜਿਹੜੀਆਂ ਸ਼ਖਸੀਅਤਾਂ ਮੇਰੇ ਨਾਲ ਬੈਠੀਆਂ ਨੇ ਇਹਨਾਂ ਦੇ ਨਾਲ ਜੁੜਦਾ ਹੈ। ਦਸਤਾਰ ਦੇ ਨਾਂ ਦੇ ਉੱਪਰ ਜੇ ਮੈਂ ਕਹਾਂ ਕਿ ਰੱਜ ਕੇ ਭੰਡੀ ਕੀਤੀ ਗਈ ਹੈ ਤੇ ਇਸ ਵਕਤ ਜੇਕਰ ਮੈਂ ਇਹਨਾਂ ਵੱਲ ਦੇਖਾਂ ਤੇ ਕਹਿ ਸਕਦਾ ਕਿ ਇੱਕ ਮੁਜਰਮ ਬਣਾ ਕੇ ਕਟਹਿਰੇ 'ਚ ਖੜੇ ਕਰ ਦਿੱਤਾ ਗਿਆ ਕਿ ਭਾਈ ਦਸਤਾਰ ਭਾਵੇਂ ਆਪ ਵੀ ਬੰਨਦੇ ਨੇ ਤੇ ਇਹਨਾਂ ਨੂੰ ਦਸਤਾਰ ਦਾ ਸਤਿਕਾਰ ਕੋਈ ਨਹੀਂ ਤੇ ਦਸਤਾਰਾਂ ਲਾਉਣ ਵਾਲਿਆਂ ਦੇ ਵਿੱਚ ਜਿਹੜਾ ਹੈ ਮੀਡੀਆ ਦੇ ਵਿੱਚ ਇੱਕ ਐਸਾ ਅਕਸ਼ ਪੇਸ਼ ਕੀਤਾ ਗਿਆ ਕਿ ਭਾਈ ਦਸਤਾਰ ਨੂੰ ਹੱਥ ਪਾਉਣ ਵਾਲਾ ਜੇ ਕੋਈ ਇੰਗਲੈਂਡ ਦੇ ਵਿੱਚ ਹੈ ਤੇ ਇਹੀ ਲੋਕ ਨੇ। ਸੋ ਆਪਾਂ ਇੱਥੋਂ ਹੀ ਅੱਜ ਦੀ ਜਿਹੜੀ ਹੈ ਵਿਚਾਰ ਉਹ ਸ਼ੁਰੂ ਕਰਾਂਗੇ। ਭਾਈ ਸਤਵਿੰਦਰ ਸਿੰਘ ਜੀ, ਤੁਹਾਡੇ ਤੋਂ ਹੀ ਮੈਂ ਗੱਲ ਇਹ ਸ਼ੁਰੂ ਕਰਨੀ ਚਾਹਾਂਗਾ। ਲੰਬੇ ਸਮੇਂ ਤੋਂ ਸੰਗਤਾਂ ਜਾਣਦੀਆਂ ਨੇ, ਪੰਥ ਦੇ ਬੜੇ ਹੀ ਇੱਕ ਡੂੰਘੀ ਮੈਂ ਕਹਾਂ ਸੇਵਾ ਦੇ ਤੌਰ ਦੇ ਵਿੱਚ ਵੀ ਤੁਸੀਂ ਵਿਚਰੇ ਹੋ, ਜਿੱਥੇ ਖਾੜਕੂ ਸਿੰਘਾਂ ਦੀ ਗੱਲ ਕਰਨੀ ਤੇ ਨਿਡਰ ਹੋ ਕੇ ਸਟੇਜਾਂ ਤੇ ਬੋਲਣਾ ਇੱਕ ਬੜਾ ਵੱਡਾ ਮੁੱਦਾ ਬਣ ਜਾਂਦਾ ਹੈ ਤੇ ਉਸ ਅਕਸ ਤੋਂ ਅੱਜ ਜਿਹੜਾ ਹੈ ਪੰਥ ਵਿਰੋਧੀ ਹੋਣ ਦਾ, ਦਸਤਾਰਾ ਲਾਉਣ ਵਾਲਿਆਂ ਦਾ, ਜਿਹੜੀਆਂ ਵੀ ਗੱਲਾਂ ਸਾਰੀਆਂ ਪੀਡੀਆ ਦੇ ਸਾਹਮਣੇ ਆਉਂਦੀਆਂ ਨੇ, ਸੋ ਇੱਕ ਛਾਪ ਨੂੰ ਬਿਲਕੁਲ ਬਦਲ ਦਿੱਤਾ ਗਿਆ ਕਿ ਭਾਈ ਪੰਥਕ ਨਹੀਂ ਐਂਟੀ ਪੰਥਕ ਲੋਕ ਹੋ, ਤੁਸੀਂ ਕੀ ਕਹੋਗੇ ਇਹਦਾ ਜਵਾਬ ਕੀ ਦਿਓ? ਹਾਂਜੀ ਬਗੇਲ ਸਿੰਘ ਜੀ, ਇਹ ਬੇਨਤੀ ਹੈ ਸੰਗਤਾਂ ਨੂੰ, ਕਿਉਂਕਿ ਇਹ ਜਿਹੜੇ ਮਸਲੇ ਆਪਾਂ ਜਿੱਥੇ ਸਾਹਮਣੇ ਆਉਂਦੇ ਆ ਨਾ, ਜਿੱਦਾਂ ਪੰਜਵੇਂ ਪਾਤਸ਼ਾਹ ਦੇ ਵਿਆਹ ਸਮੇਂ ਉਹਨਾਂ ਨੇ ਕਿੱਕਰ ਘੜ ਕੇ ਸਾਰੀ ਵੱਢ ਕੇ ਕਿੱਲਾ ਹੀ ਦਿਖਦਾ ਸੀ, ਉਹ ਕਹਿੰਦੇ ਕਿੱਲਾ ਫੱਟਣਾ, ਕਿੱਲਾ ਨਹੀਂ, ਥੱਲੇ ਜੜ੍ਹਾਂ ਬਹੁਤ ਜ਼ਿਆਦੀਆਂ ਸੀਗੀਆਂ। ਏਦਾਂ ਹੀ ਇਹ ਚੀਜ਼ਾਂ ਆਪਾਂ ਨੂੰ ਪੱਗ ਲੱਗਦੀ ਆ, ਪਰ ਉਹਦੇ ਵਿੱਚ ਜਿਹੜਾ ਨਿੰਦਕ ਇੰਨੇ ਜ਼ਿਆਦਾ ਛੁਪੇ ਆ, ਉਹ ਫਿਰ ਜਦੋਂ ਉਹਨੂੰ ਰੋਕਦੇ ਆ ਤੇ ਉਹ ਪੱਗ ਦਾ ਮਸਲਾ ਬਣਾ ਲੈਂਦੇ ਆ, ਤੇ ਉਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਵੀ ਜਿਹੜੀਆਂ ਜੜ੍ਹਾਂ ਜਿੱਥੇ ਜਿੱਥੇ ਜੜ੍ਹਾਂ ਜਾਂਦੀਆਂ ਉਹ ਜੜ੍ਹਾਂ ਦੇ ਜਿਹੜੇ ਜਿਹੜੇ ਬੰਦੇ ਬੈਠੇ ਹੁੰਦੇ ਆ ਤੇ ਉਹ ਫਿਰ ਹਿੱਲਦੇ ਆ ਤੇ ਫਿਰ ਉਹ ਦੁੱਖ ਮਨਾਉਂਦੇ ਆ। ਪ੍ਰੋਬਲਮ ਇੱਥੋਂ ਸ਼ੁਰੂ ਹੁੰਦੀ ਆ।
ਤੇ ਜਿਹੜਾ ਖਾਸ ਸਤਿੰਦਰ ਸਿੰਘ ਜੀ ਗੱਲ ਇਹ ਬਣਦੀ ਹੈ ਕਿ ਚਲੋ ਜਿਹੜੀ ਤੁਸੀਂ ਗੱਲ ਦੱਸੀ ਹੈ ਕਿ ਉਹਨਾਂ ਦੇ ਪਿੱਛੇ ਜਿਹੜਾ ਕਾਰਨ ਹੈ, ਪਰ ਇਸ ਵਕਤ ਜਿਹੜਾ ਮੀਡੀਆ ਦੇ ਮੁੱਦਾ ਇਹ ਉਭਾਰਿਆ ਜਾਂਦਾ ਹੈ ਜਾਂ ਸੰਗਤਾਂ ਦੇ ਵਿੱਚ ਜਿਹੜਾ ਆਮ ਸਿੱਖ ਹੈ ਜਿਹੜਾ ਕਿਸੇ ਧੜੇ ਨਾਲ ਨਹੀਂ ਜੁੜਿਆ, ਜਦੋਂ ਇਹ ਗੱਲ ਸੁਣਦਾ ਕਿ ਜੀ ਦਸਤਾਰ ਲੱਥ ਗਈ ਜਾਂ ਕਿਸੇ ਨੇ ਲਾ ਦਿੱਤੀ ਤਾਂ ਸੁਭਾਵਿਕ ਹੈ ਉਹਦੇ ਮਨ 'ਚ ਰੋਸ ਆ ਜਾਂਦਾ ਵੀ ਪੱਗ ਨਹੀਂ ਲਾਉਣੀ ਚਾਹੀਦੀ। ਉਹ ਜੀ ਦਸਤਾਰ ਇਹਨੂੰ ਕਿੱਦਾਂ ਜਸਟੀਫਾਈ ਕਰੋਗੇ ਦਸਤਾਰ ਲਾਉਣ ਵਾਲੇ? ਉਹ ਦੇਖਦੇ ਪਹਿਲੀ ਬੇਨਤੀ ਆ ਵੀ ਦਸਤਾਰ ਜੇ ਤੇ ਇੱਥੋਂ ਚੈਲੰਜ ਕਰਕੇ ਸਿੱਖ ਗਏ ਹੁਣ ਵੀ ਅੱਜ ਅਸੀਂ ਜਾ ਰਹੇ ਅਸੀਂ ਪੱਗ ਲਾਈ ਜਾਊਗੀ, ਫੇਰ ਬਹੁਤ ਗਲਤ ਗੱਲ ਆ ਜੀ। ਜਦੋਂ ਆਪਾਂ ਜਾਂਦੇ ਹਾਂ ਉਸ ਚੀਜ਼ ਨੂੰ ਸਮਝਦੇ ਨਹੀਂ ਵੀ ਆਪਾਂ ਜਾਂਦੇ ਹਾਂ ਨਿੰਦਕ ਬੰਦੇ ਨੂੰ ਜ਼ਾਹਰ ਕਰਨ ਵਾਸਤੇ ਵੀ ਇਹਦੀ ਆਹ ਇਹਨੇ ਨਿੰਦਿਆ ਕੀਤੀ ਆਹ ਸੁਣ ਲਓ, ਉਹਨੂੰ ਲੈ ਕੇ ਜਾਂਦੇ ਉੱਥੇ। ਤੁਹਾਨੂੰ ਪਤਾ ਵੀ ਆਪਾਂ ਹਰੇਕ ਥਾਂ ਜਾ ਕੇ ਹੁਣ ਪੁਲਿਸ ਵਾਲੇ ਜਦੋਂ ਕਿਤੇ ਜਾਂਦੇ ਆ ਤੇ ਉਹਨਾਂ ਨੂੰ ਇਹ ਥੋੜਾ ਹੁੰਦਾ ਵੀ ਉਹ ਬੰਦੇ ਬਚਾਉਣ ਜਾਂਦੇ ਆ, ਪਰ ਕਈ ਉਹਨਾਂ ਦੀ ਗੋਲੀ ਗਿੱਟੇ 'ਚ ਮਾਰਨੀ ਪੈਂਦੀ ਆ, ਗਿੱਟੇ ਤੋਂ ਤਾਂ ਵੀ ਮਾਰ ਸਕਦੇ ਆ। ਉਹ ਕਹਿੰਦੇ ਜੇ ਤੁਹਾਨੂੰ ਕੋਈ ਐਸਾ ਖਤਰਾ ਇੰਨੇ ਸ਼ਸਤਰਧਾਰੀ ਬੰਦੇ ਮੋਰੇ ਆ ਤੇ ਤੁਸੀਂ ਜਾਲੀਆਂ ਵੀ ਮਾਰ ਉੱਥੇ ਪੁਲਿਸ ਵਾਲੇ ਸ਼ੂਟ ਵੀ ਕਰ ਸਕਦੇ, ਕਿਉਂਕਿ ਉਹਨਾਂ ਇਹ ਬੰਦੇ ਬਚਾਉਣ ਲਈ ਉਹਨਾਂ ਨੂੰ ਕਰਨਾ ਪੈਂਦਾ। ਜਦੋਂ ਨਿੰਦਕ ਨੂੰ ਹਟਾਉਣਾ ਹੁੰਦਾ ਆ ਤੇ ਉਦੋਂ ਨਿੰਦਕ ਨੂੰ ਰੋਕਣ ਵਾਸਤੇ ਥੋੜ੍ਹੀ ਬਹੁਤੀ ਹਿਲਜੁਲ ਹੋ ਸਕਦੀ ਆ। ਹੁਣ 5 ਸਾਲਾਂ ਬਾਅਦ 5 ਸਾਲ ਹੋ ਗਏ ਧੁੰਦੇ ਨੂੰ ਆਏ ਨੂੰ ਉੱਥੇ ਨੂੰ ਤੇ ਧੁੰਦੇ ਦੇ ਵੇਲੇ ਉੱਥੇ ਹੋਇਆ ਸੀਗਾ ਤੇ ਉਹ ਵੀ ਬੇਨਤੀ ਸਿੰਘ ਕਰਦੇ ਰਹੇ ਵੀ ਇਹਨੂੰ ਰਹਿਣ ਦਿਓ। ਜਦੋਂ ਬਾਹਲਾ ਨਹੀਂ ਸਹਾਰਦੀਆਂ ਸਕਦਾ ਤੇ ਫਿਰ ਬਾਹਰ ਸਿੰਘਾਂ ਨੇ ਇਕੱਠੇ ਹੋ ਗਏ, ਤੁਹਾਨੂੰ ਪਤਾ ਵੀ ਮੀਡੀਆ ਵੀ ਸਾਰਾ ਗਿਆ ਸੀਗਾ ਤੇ ਉੱਥੇ ਪੁਲਿਸ ਵੀ ਆਈ ਤੇ ਪ੍ਰੋਗਰਾਮ ਬੰਦ ਵੀ ਹੋਏ ਸਾਰਾ ਕੁਛ ਹੋਇਆ, ਉਦੋਂ ਕਮੇਟੀ ਵੀ ਮਤਲਬ ਬੁਲਾ ਕੇ ਰਾਜੀ ਸੀਗੀ ਤੇ ਇੱਦਾਂ ਹੀ ਹੋਣੇ ਆ ਤੇ ਸੰਗਤਾਂ ਨੂੰ ਬਾਹਲਾ ਇੰਨਾ ਪਤਾ ਨਹੀਂ ਹੁੰਦਾ ਤੇ ਗਏ ਤੇ ਉਹਨਾਂ ਨੂੰ ਇਹ ਬੇਨਤੀ ਕਰਦੀ ਵੀ ਇਹ ਬੰਦਾ ਨਿੰਦਕ ਆ ਤੇ ਨਿੰਦਕ ਪੱਗ ਬੰਨ ਲਵੇ ਗੁਰਸਿੱਖ ਨਹੀਂ ਬਣ ਜਾਂਦਾ ਹੁੰਦਾ। ਸਵਾਲ ਮੈਂ ਜ਼ਰੂਰ ਐਡ ਕਰਨਾ, ਤੁਸੀਂ ਜਵਾਬ ਮੈਨੂੰ ਦਿਓ ਕਿ ਜਿਹੜੀ ਤੁਸੀਂ ਗੱਲ ਕੀਤੀ ਹੈ ਜੀ ਨਿੰਦਕ ਹੈ ਤੇ ਨਿੰਦਕ ਦੇ ਨਾਲ ਜਿਹੜਾ ਉਹਦੇ ਕੀਤੇ ਦਾ ਉਹਨੂੰ ਦੱਸਣ ਗਿਆ ਸੀ ਭਾਈ ਕਿ ਬੰਦਾ ਨਹੀਂ ਬੋਲਣਾ ਚਾਹੀਦਾ, ਹਾਂਜੀ ਹਾਂਜੀ। ਸੋ ਇਹਦਾ ਡਿਸਾਈਡ ਕਿੱਦਾਂ ਕਰਦੇ ਆ ਜੀ ਕੌਣ ਨਿੰਦਕ ਹੈ ਤੇ ਕੌਣ ਗੁਰਮੁਖ ਹੈ? ਤੇ ਜਿਹੜਾ ਆਮ ਸੰਗਤ ਚੋਂ ਸਵਾਲ ਇਹ ਆਉਂਦਾ ਹੈ ਕਿ ਇਹ ਕੰਮ ਬਣਦਾ ਹੈ ਸਾਡੇ ਧਾਰਮਿਕ ਅਦਾਰਿਆਂ ਦਾ, ਤੇ ਜਿਹੜੇ ਮੇਰੇ ਵੀਰ ਕਈ ਸਵਾਲ ਕਰਦੇ ਨੇ ਉਹਨਾਂ ਦੇ ਸਵਾਲ ਤੁਹਾਡੇ ਸਾਹਮਣੇ ਰੱਖਣੀ ਮੇਰੀ ਜ਼ਿੰਮੇਵਾਰੀ ਹੈ ਕਿ ਅਕਾਲ ਤਖ਼ਤ ਤੋਂ ਛੇਕੇ ਹੋਏ ਬੰਦੇ ਦੀ ਜੇਕਰ ਆਪਾਂ ਗੱਲ ਕਰੀਏ ਉਹਦੀ ਵਿਰੋਧ ਤਾਂ ਹਰ ਇੱਕ ਕਰਦਾ ਹੈ ਕਿ ਇਹ ਬੰਦੇ ਅਕਾਲ ਤਖ਼ਤ ਤੋਂ ਛੇਕੇ ਹੋਏ ਨਹੀਂ ਜਾਂ ਇਹਨਾਂ ਨੂੰ ਕੋਈ ਸਜ਼ਾ ਨਹੀਂ ਲੱਗੀ, ਤੇ ਤੁਹਾਡੇ ਕੋਲ ਫਿਰ ਕਿਹੜਾ ਐਸਾ ਪੈਰਾਮੀਟਰ ਹੈ ਵੀ ਤੁਸੀਂ ਕਿੱਦਾਂ ਫੈਸਲਾ ਕਰ ਸਕਦੇ ਕੌਣ ਨਿੰਦਕ ਹੈ ਤੇ ਕੌਣ ਗੁਰਮਤਿ? ਆਪਣੇ ਕੋਲ ਜੀ ਗੁਰਮਤਿ ਦੀ ਕਸਵੱਟੀ ਹੁੰਦੀ ਆ ਤੇ ਗੁਰ ਇਤਿਹਾਸ ਆਪਣੇ ਕੋਲ ਪਿਆ ਆ, ਗੁਰੂ ਦੇ ਅਸਥਾਨ ਬਣੇ ਆ। ਜਿੱਦਾਂ ਆਪਾਂ ਇੱਦਾਂ ਕਹਿ ਲਈਏ ਵੀ ਆਪਾਂ ਪਛਾਣਨਾ ਹੁੰਦਾ ਕਿਉਂਕਿ ਆਪਾਂ ਸਾਰਿਆਂ ਨੂੰ ਪਤਾ ਵੀ ਇੱਥੇ ਇੰਨੇ ਨਿਕੰਮੇ ਬੰਦੇ ਜਿਹਨਾਂ ਦਾ ਬਾਈਕਾਟ ਕੀਤਾ ਗਿਆ ਦਲਗੀਰ ਵਰਗੇ ਦਾ, ਸਾਰੀਆਂ ਜਥੇਬੰਦੀਆਂ ਨੇ ਕੀਤਾ, ਸਾਰੇ ਗੁਰਦੁਆਰਿਆਂ ਨੇ ਕੀਤਾ, ਸਿਰਫ ਦੋਵਾਂ ਬੰਦਿਆਂ ਨੇ ਵੀ ਕੀਤਾ ਸੀ। ਇੱਕ ਸਿੰਘ ਸਭਾ ਜਿਹਨੇ ਜਿਹੜਾ ਰੰਧਾਵਾ ਆ ਜਿਹਨੇ ਇਹਨੂੰ ਸੱਦਿਆ ਸੀਗਾ ਉਹਨੇ ਕਿਹਾ ਸੀ ਮੈਂ ਨਹੀਂ ਬਾਈਕਾਟ ਕਰਨਾ ਦਲਗੀਰ ਦਾ, ਤੇ ਜਾਂ ਇੱਕ ਪਾਰਕਿੰਗ ਦਾ ਬੰਦਾ ਸੀਗਾ ਉਹਦਾ ਮੈਨੂੰ ਨਾਮ ਵਿਸਰ ਗਿਆ, ਮੈਂ ਉੱਥੇ ਜਾਣਦਾ ਉਹਨੂੰ ਚੰਗੀ ਤਰ੍ਹਾਂ ਨੇ। ਦੋਵਾਂ ਬੰਦਿਆਂ ਨੇ ਸਿੰਘ ਸਭਾ ਸਾਊਥ ਵੱਲ ਕਿਹਾ ਸੀ ਅਸੀਂ ਇਹਨਾਂ ਦਾ ਬਾਈਕਾਟ ਨਹੀਂ ਕਰਦੇ ਕਿਉਂਕਿ ਉਹਨਾਂ ਨੂੰ ਪਤਾ ਸੀ ਵਰਤਾਉਣਾ ਆ, ਇਸ ਕਰਕੇ ਉਹਨਾਂ ਅਸੀਂ ਕਿਉਂਕਿ ਅਸੀਂ ਦੇਖਦੇ ਹੁੰਦੇ ਹਾਂ ਅਸੀਂ ਸਮਾਨ ਜੋ ਵਰਤਾਇਆ ਜਾ ਰਿਹਾ ਉਹ ਦੇਖਣਾ ਨਾ ਕਿ ਵਰਤਾਵਾ ਦੇਖਣਾ ਜੀ। ਇਹ ਨਹੀਂ ਵੀ ਵਰਤਾਵਾ ਕੱਪੜੇ ਪਾ ਕੇ ਬਦਲੀ ਕਰਕੇ ਆ ਜਾਵੇ ਤਾਂ ਅਸੀਂ ਕਹੀਏ ਨਹੀਂ ਇਹ ਹੋ ਰਿਹਾ, ਹੋਰ ਨਹੀਂ ਅਸੀਂ ਸਮਾਨ ਦੇਖਣਾ ਵੀ ਸਮਾਨ ਉਹ ਹੀ ਵਰਤਾ ਰਹੇ ਆ ਸਮਾਨ। ਹੁਣ ਆਪਾਂ ਸੰਗਤਾਂ ਨੂੰ ਇੰਨਾ ਟਾਈਮ ਨਹੀਂ ਹੁੰਦਾ ਜਾਂ ਸਾਰੀਆਂ ਸੰਗਤਾਂ ਅਵੇਅਰ ਨਹੀਂ ਹੁੰਦੀਆਂ ਤੇ ਗੁਰੂ ਇਤਿਹਾਸ ਕੋਈ ਸੁਣਾਉਂਦਾ ਨਹੀਂ, ਬੰਦੇ ਬੇਈਮਾਨ ਹੋ ਚੁੱਕੇ ਜਿਹੜੇ ਟੈਲੀਵਿਜ਼ਨਾਂ ਤੇ ਬਹਿੰਦੇ ਆ, ਪ੍ਰਜੈਂਟਰ ਆ ਜਿਹੜੇ ਜ਼ਮੀਰ ਮਰੀ ਵਾਲੇ ਜਿਹੜੇ ਬੰਦੇ ਆ ਜਾਂ ਪ੍ਰਚਾਰਕ ਉਹਨਾਂ ਦੇ ਹੱਕ ਦੇ ਆ ਨਿੰਦਕਾਂ ਦੇ, ਉਹਨਾਂ ਨੂੰ ਪਤਾ ਨਹੀਂ ਉਹ ਇੱਕ ਪੱਖ ਸੁਣਾਉਂਦੇ ਰਹਿੰਦੇ ਆ। ਪਰ ਇਹਨਾਂ 'ਚ ਤਾਂ ਫਿਰ ਮੈਂ ਵੀ ਸ਼ਾਮਿਲ ਹੁੰਦਾ ਕਿਉਂਕਿ ਮੈਂ ਵੀ ਟੀਵੀ ਦੇ ਅੰਦਰ ਗੱਲ ਕਰ ਰਿਹਾ ਹਾਂ, ਤੁਸੀਂ ਪ੍ਰੈਜੈਂਟਰਾਂ ਦੀ ਜਾਂ ਮੀਡੀਆ ਦੀ ਗੱਲ ਕੀਤੀ ਹੈ, ਸੰਗਤਾਂ ਨੂੰ ਪਤਾ ਜਿਹੜੇ ਅਸੀਂ ਇੱਕ ਮੈਂ ਚੇਤਾ ਭੁੱਲ ਗਿਆ ਅੱਜ ਜਿਹੜਾ ਅੱਜ ਪ੍ਰੋਗਰਾਮ ਸਾਡਾ ਕਰਨ ਦਾ ਮਤਲਬ ਹੈ ਅਸੀਂ ਮੈਂ ਆਪਣੀ ਫੇਸਬੁੱਕ 'ਤੇ ਬੇਨਤੀ ਸੰਗਤਾਂ ਨੂੰ ਕੀਤੀ, ਸਤਸੰਗ ਜੀ ਆਹ ਮਸਲਾ ਹੋਇਆ ਅਤੇ ਅਸੀਂ ਚੁੱਪ ਹਾਂ ਕਿਸੇ ਗੱਲ ਦੇ ਵਿੱਚ ਨਹੀਂ, ਪਰ ਤੁਸੀਂ ਟੈਲੀਵਿਜ਼ਨ ਸਾਰੇ ਸੁਣੀ ਜਾਣੇ ਆ, ਟੈਲੀਵਿਜ਼ਨਾਂ ਦੇ ਉੱਤੇ ਬਹੁਤ ਤਰ੍ਹਾਂ ਦੇ ਬੰਦੇ ਆਉਣੇ ਆ, ਮਤਲਬ ਉਹਨਾਂ 'ਚ ਆਉਂਦੇ ਉਹ ਪ੍ਰੋਜੈਕਟਰ ਜਿਹਨਾਂ ਨੇ ਡਾਟ ਉੱਦਾਂ ਨਹੀਂ ਕਿਤੇ ਬੋਲਣਾ, 6 ਜੂਨ ਦਾ ਨਹੀਂ ਬੋਲਣਾ, ਸ਼ਹੀਦਾਂ ਦਾ ਨਹੀਂ ਬੋਲਣਾ,
ਹੋਰ ਕਿਸੇ ਮਸਲੇ 'ਚ ਨਹੀਂ ਬੋਲਣਾ, ਇੰਨੇ ਆ 15-16 ਬੰਦੇ ਤੁਹਾਨੂੰ ਦੱਸਣੇ ਜਿਹੜੇ ਬੰਦੇ ਗੰਦ ਪਾਉਂਦੇ ਰਹੇ ਆ, ਉਹਨਾਂ ਬਾਰੇ ਕਦੀ ਨਹੀਂ ਬੋਲਣਾ ਉਹਨਾਂ ਨੇ, ਤੇ ਇਹ ਹੁਣ ਜਦੋਂ ਨਵਾਂ ਮਸਲਾ ਆਉਂਦਾ ਉਦੋਂ ਕਹਿੰਦੇ ਫਿਰ ਇਹਨਾਂ ਨੂੰ ਢਾ ਲੈਣਾ। ਉਦੋਂ ਕਿਹਾ ਸੀ ਵੀ ਤੁਸੀਂ ਸਤਸੰਗ ਜੀ ਆਪਣਾ ਟੈਲੀਵਿਜ਼ਨ ਲਾ ਕੇ ਰੱਖਿਓ, ਧਿਆਨ ਨਾਲ ਜਿਹੜਾ ਜਿਹੜਾ ਬੋਲੀ ਜਾਂਦਾ ਜੋ ਵੀ ਬੋਲਦਾ ਨੋਟ ਕਰੀਏ, ਅਸੀਂ ਜਵਾਬ ਜ਼ਰੂਰ ਦੇਵਾਂਗੇ। ਮੈਂ ਤੁਹਾਡੇ ਵੱਲ ਵਾਪਸ ਆਵਾਂਗਾ। ਮੈਂ ਹੁਣ ਇੱਕ ਆਪਾਂ ਥੋੜੀ ਜਿਹੀ ਕਲੈਰੀਫਿਕੇਸ਼ਨ ਦੇ ਦਈਏ, ਕਿਉਂਕਿ ਗਰਾਊਂਡ ਜੀ ਵੱਜ ਜੂਗੀ ਵੀ ਜਿਹੜੀ ਪੱਗ ਦਾ ਮਸਲਾ, ਆਪਾਂ ਜਦੋਂ ਵੀ ਕੋਈ ਗੱਲ ਹੁੰਦੀ ਆਪਾਂ ਦੇਖਦੇ ਹਾਂ ਵੀ ਗੁਰੂ ਕਾਲ ਵਿੱਚ ਕੋਈ ਗੱਲ ਇੱਦਾਂ ਦੀ ਹੁੰਦੀ ਰਹੀ ਆ, ਉਹਦੇ ਵਿੱਚ ਸਭ ਤੋਂ ਪਹਿਲੀ ਗੱਲ ਜਿਹੜਾ ਗੁਰੂ ਦੀ ਨਿੰਦਾ ਕਰਦਾ ਆਪਣੇ ਆਪ, ਕਹਿੰਦੇ ਸਾਨੂੰ ਜੀ ਹਰੇਕ ਨੂੰ ਵਿਚਾਰਾਂ ਦਾ ਅਧਿਕਾਰ ਆ ਜੀ, ਵਿਚਾਰ ਕੋਈ ਦੇ ਸਕਦਾ, ਨਹੀਂ ਸੁਣਨੇ ਨਾ ਸੁਣੋ, ਜੇ ਸਹਿਮਤ ਹੋਣਾ ਨਹੀਂ ਸਹਿਮਤ ਹੋਣਾ ਨਾ ਹੋਵੋ, ਪਰ ਹਰੇਕ ਨੂੰ ਲੋਕਤੰਤਰ ਵਿੱਚ ਵਿਚਾਰ ਦੇਣ ਦਾ ਅਧਿਕਾਰ ਆ। ਤੇ ਆਪਾਂ ਜਿਹੜਾ ਨਿੰਦਕ ਹੋਵੇ ਉਹਨੂੰ ਵਿਚਾਰ ਦੇਣ ਦਾ ਕੋਈ ਅਧਿਕਾਰ ਨਹੀਂ ਗਾ। ਇਹ ਕਿਸ ਬਿਹਾਫ ਤੇ ਤੁਸੀਂ ਕਹਿ ਸਕਦੇ? ਉਹ ਮੈਂ ਇਹ ਕਹਿ ਰਿਹਾ ਵੀ ਜਦੋਂ ਗੁਰੂ ਨਾਨਕ ਦੇਵ ਜੀ ਨਾਨਕ ਮੱਤੇ ਗਏ ਆ, ਉੱਥੇ ਉਹਨਾਂ ਨੇ ਮਤਲਬ ਜਿਹੜੇ ਸਿੱਧ ਸੀਗੇ ਨਾ, ਤੇ ਉਹਨਾਂ ਨੇ ਉੱਥੇ ਕਬਜ਼ਾ ਕੀਤਾ। ਆਪਾਂ ਛੇਤੀ ਕਰੀ ਸਾਰੇ ਜਾਣਦੇ, ਆਪਾਂ ਸਿਰਫ ਰਿਮਾਇੰਡ ਹੀ ਕਰਾਉਣਾ। ਤੇ ਉੱਥੇ ਗੁਰੂ ਸਾਹਿਬ ਦਾ ਵਿਰੋਧ ਹੋਇਆ, ਗੁਰੂ ਸਾਹਿਬ ਨੂੰ ਕਹਿੰਦੇ ਵੀ ਤੁਸੀਂ ਨਿਕਲ ਜਾਓ, ਸਾਡੀ ਗੋਰਖ ਦੀ ਧਰਤੀ ਆਏ ਹੋ। ਮਹਾਰਾਜ ਕਹਿੰਦੇ ਧਰਤੀ ਗੋਰਖ ਦੀ ਕਿਤਾਬ ਦੀ ਸਗਰੀ ਧਰਤੀ ਸਾਧਗੀ ਤਸਕਰ ਵੈਸੇ ਗਾਏ ਅਕਾਲਪੁਰਖ ਦੀ ਧਰਤੀ ਆ। ਉਹ ਕਹਿੰਦੇ ਨੇ ਜੀ ਧਰਤੀ ਤੋਂ ਪੁੱਛ ਲਓ। ਅਗਲੇ ਦਿਨ ਉਹਨੇ ਪ੍ਰਜੈਂਟਰ ਡਾਕਟਰ ਜਿਹਾ ਕੋਈ ਥੱਲੇ ਬਹਾਲ ਦਿੱਤਾ, ਕੋਈ ਪ੍ਰਿੰਸੀਪਲ ਜਿਹਾ ਥੱਲੇ ਵਾੜਤਾ ਤੇ ਛੱਤ ਪਾਰਤੀ। ਹੁਣ ਉਹਨੂੰ ਵੀ ਅਧਿਕਾਰ ਆ ਵੀ ਮੈਂ ਥੱਲੇ ਵੜ ਕੇ ਗੁਰੂ ਦੇ ਉਲਟ ਵਿਚਾਰ ਦੇ ਦੇਵਾਂ, ਪੱਗ ਵੀ ਉਹਨੇ ਬੰਨੀ ਹੋਊਗੀ। ਤੇ ਗੁਰੂ ਨਾਨਕ ਦੇਵ ਜੀ ਨੇ ਉਹਨੂੰ ਉੱਥੇ ਖਤਮ ਕੀਤਾ, ਹੈਨਾ ਜੀ। ਮੈਂ ਇੱਥੇ ਤੁਹਾਡੇ ਤੋਂ ਇੱਕ ਗੱਲ ਜ਼ਰੂਰ ਪੁੱਛਣੀ ਚਾਹੁੰਦਾ। ਤੁਸੀਂ ਕਿਹਾ ਵੀ ਨਿੰਦਕ ਨੂੰ ਵਿਚਾਰ ਦੇਣ ਦਾ ਕੋਈ ਅਧਿਕਾਰ ਨਹੀਂ, ਹਾਂਜੀ, ਗੁਰੂ ਨਾਨਕ ਦੇਵ ਜੀ ਦਾ ਜਿਹੜਾ ਤੁਸੀਂ ਦ੍ਰਿਸ਼ਟਾਂਤ ਦੇ ਰਹੇ ਹੋ, ਹਾਂਜੀ, ਗੁਰੂ ਸਾਹਿਬ ਨੇ ਉਹਨਾਂ ਨੂੰ ਦਲੀਲ ਦੇ ਨਾਲ ਜਵਾਬ ਦਿੱਤਾ ਜਾਂ ਮਹਾਰਾਜ ਨੇ ਉਹਨਾਂ ਨੂੰ ਕਹਿਤਾ ਵੀ ਤੁਹਾਨੂੰ ਗੱਲ ਕਰਨ ਦਾ ਅਧਿਕਾਰ ਨਹੀਂ, ਤੁਹਾਨੂੰ ਆਪਣੇ ਬਿਆਨ ਜਾਂ ਆਪਣੀ ਕੋਈ ਗੱਲ ਦੱਸਣ ਦਾ ਅਧਿਕਾਰ ਹੀ ਨਹੀਂ, ਤੁਹਾਨੂੰ ਬੋਲਣ ਹੀ ਦੇਣਾ, ਇਹ ਗੱਲ ਦਾ ਮੈਨੂੰ ਜਵਾਬ ਦਿੱਤਾ? ਉਹਦਾ ਸੀ ਗੁਰੂ ਦੇ ਉਲਟ ਵਿਚਾਰ ਨਹੀਂ ਦਿੱਤੀ ਜਾ ਸਕਦੀ, ਕਿਉਂਕਿ ਧਰਤੀ ਪਰਮਾਤਮਾ ਦੀ, ਉਹ ਧਰਤੀ ਤੇ ਹੇਰਾ ਫੇਰੀ ਨਾਲ ਕਬਜ਼ਾ ਨਹੀਂ ਕਰ ਸਕਦੇ। ਉਹਨਾਂ ਨੇ ਬੰਦਾ ਚੋਰੀ ਭਾਲਿਆ ਨਾ, ਸਾਹਮਣੇ ਖੜਾ ਰਹਿੰਦਾ, ਸ਼ਾਇਦ ਗੁਰੂ ਸਾਹਿਬ ਉਹਨੂੰ ਸਮਝਾ ਦਿੰਦੇ, ਉਹ ਚੋਰੀ ਥੱਲੇ ਬਹਾਲਿਆ ਸੀਗਾ। ਨਹੀਂ ਤਾਂ ਫਿਰ ਉਹ ਜੇ ਬਹਾਲਿਆ ਸੀ, ਮੈਂ ਗੱਲ ਇੱਥੇ ਕਲੀਅਰ ਇਹ ਕਰਨੀ ਚਾਹੁੰਦਾ, ਤੁਸੀਂ ਕਿਹਾ ਵੀ ਵਿਚਾਰ ਦੇਣ ਦਾ ਅਧਿਕਾਰ ਨਹੀਂ, ਫਿਰ ਉਹਦੇ ਵਿਚਾਰ ਸੁਣੇ ਨਹੀਂ, ਨਿੰਦਕ ਨੇ ਜੇ ਵਿਚਾਰ ਸੁਣੇ ਆ ਤਾਂ ਫਿਰ ਉਹ ਵਿਚਾਰ ਦੇਣ ਦਾ ਅਧਿਕਾਰ ਹੀ ਹੋਊਗਾ, ਤਦੇ ਉਹਨੇ ਵਿਚਾਰ ਦਿੱਤੇ ਹੋਣਗੇ। ਜੇ ਉਹਨੇ ਨਹੀਂ ਵਿਚਾਰ ਨਹੀਂ ਦਿੱਤੇ, ਵਿਚਾਰ ਤਾਂ ਪਹਿਲਾਂ ਦੇ ਹਟੇ ਸੀ ਜੀ, ਗੁਰੂ ਸਾਹਿਬ ਤੇ ਹਰੇਕ ਗੱਲ ਉਹ ਹਾਰਦੇ ਰਹੇ। ਉਹਨਾਂ ਨੇ ਦੁੱਧ ਵੀ ਬੰਦ ਕਰਤਾ ਵੀ ਗੁਰੂ ਸਾਹਿਬ ਨੂੰ ਦੁੱਧ ਨਾ ਕੋਈ ਆਵੇ ਕੋਈ ਨਾ, ਗੁਰੂ ਸਾਹਿਬ ਨੂੰ ਤਾਂ ਕੋਈ ਫਰਕ ਨਹੀਂ ਪੈਣਾ ਸੀਗਾ। ਪਰ ਜਦੋਂ ਉਹਨਾਂ ਨੇ ਦੇਖਿਆ ਵੀ ਧਰਤੀ ਦਾ ਅਸੀਂ ਪੰਗਾ ਪਾ ਕੇ ਬਹਿ ਜਾਂਦੇ, ਫਿਰ ਉਹਨਾਂ ਨੇ ਬੰਦਾ ਲਕੋ ਦਿੱਤਾ, ਜਿਹੜਾ ਸਾਹਮਣੇ ਨਹੀਂ ਆਉਂਦਾ ਉਹਨੂੰ ਕੀ ਕਰਾਂਗੇ। ਹੁਣ ਆਪਾਂ ਇਹੋ ਕਹਿੰਦੇ ਵੀ ਇਹ ਚੋਰੀ ਵਿਚਾਰ ਦਿੰਦੇ ਰਹਿੰਦੇ ਮੁੜ ਕੇ ਕਹਿੰਦੇ ਜੀ ਸਾਡੀ ਗੱਲ ਪੁਰਾਣੀ 'ਚ ਕੀਤੀ ਜੀ, ਅਸੀਂ ਹੁਣ ਨਹੀਂ ਕਰਦੇ। ਆਪਾਂ ਥੋੜ੍ਹੇ ਜਿਹਾ ਅੱਗੇ ਚੱਲੀਏ ਹੋਰ ਜੀ, ਨਾਨਕ ਮਤੇ ਇਤਿਹਾਸ ਜਾ ਕੇ ਪੜ੍ਹ ਲਓ। ਅੱਜ ਕੱਲ੍ਹ ਤਾਂ ਹੁਣੇ ਭਾਵੇਂ ਫੋਨ ਕਰਕੇ ਕਿਸੇ ਤੋਂ ਵੀਡੀਓ ਬਣਾ ਕੇ ਆਪਣੀ ਤੁਸੀਂ ਲੈ ਆਓ, ਉੱਥੋਂ ਉਹਨਾਂ ਨੇ ਦੱਸ ਦੇਣੇ ਵੀ ਇੱਥੇ ਗੁਰੂ ਸਾਹਿਬ ਨੇ ਆਹ ਕੰਮ ਕੀਤਾ। ਫਿਰ ਛੇਵੇਂ ਪਾਤਸ਼ਾਹ ਨੇ ਉਹਨਾਂ ਨੇ ਜੀ, ਤੁਹਾਨੂੰ ਪਤਾ ਹੋਰ ਇੱਕ ਚੇਤਾ ਆ ਗਿਆ, ਉਹਨਾਂ ਨੇ ਪਿੱਪਲ ਗੁਰੂ ਸਾਹਿਬ ਤੇ ਸਿੱਟਣ ਦੀ ਕੋਸ਼ਿਸ਼ ਕੀਤੀ ਜੀ, ਤੇ ਪਿੱਪਲ ਅਡਾਤਾ ਨਾ ਉਹਨਾਂ ਨੇ ਮਹਾਰਾਜ ਕਿੰਨੇ ਉੱਥੇ ਜੜ੍ਹਾਂ ਉਹਦੀਆਂ ਲਾਤੀਆਂ, ਉਹ ਵੀ ਮਹਾਰਾਜ ਦਾ ਕੌਤਕ ਸੀਗਾ, ਮਹਾਰਾਜ ਦੀ ਸ਼ਕਤੀ ਸੀਗੀ। ਤੇ ਜਦੋਂ ਇੰਨਾ ਕੁਛ ਕਰਦੇ ਆ ਤੇ ਫਿਰ ਗੁਰੂ ਸਾਹਿਬ ਨੇ ਵੀ ਕੋਈ ਮਤਲਬ ਇਹ ਥੋੜਾ ਵੀ ਚੁੱਪ ਕਰਕੇ ਬੈਠੇ ਰਹਿਣਾ। ਤੁਹਾਡੇ ਵੱਲ ਵਾਪਸ ਆਵਾਂਗਾ ਪ੍ਰਭਾਚਰਨ ਸਿੰਘ ਜੀ, ਮੈਂ ਤੁਹਾਡੇ ਤੋਂ ਪੁੱਛਣਾ ਚਾਹੁੰਦਾ, ਭਾਈ ਜਾਗੋ ਵਾਲਿਆਂ ਨੇ ਗੱਲ ਕਹੀ ਹੈ ਕਿ ਜਿਹੜੇ ਨਿੰਦਕ ਲੋਕ ਨੇ ਉਹਨਾਂ ਨੂੰ ਵਿਚਾਰ ਦੇਣ ਦਾ ਅਧਿਕਾਰ ਨਹੀਂ, ਤੇ ਅੱਜ ਦੇ ਸਮੇਂ ਦੇ ਵਿੱਚ ਹਰ ਇੱਕ ਬੰਦਾ ਕਹਿੰਦਾ ਜੀ ਮੇਰੇ ਵਿਚਾਰ ਜਿਹੜੇ ਮੈਂ ਦੇ ਰਿਹਾ ਉਹ ਮੈਂ ਸਹੀ ਹਾਂ, ਜਿਹੜਾ ਸਾਹਮਣੇ ਵਾਲਾ ਉਹ ਗਲਤ ਹੈ, ਤੇ ਅਸੀਂ ਕਹਿੰਦੇ ਹਾਂ ਜੀ ਨਹੀਂ ਅਸੀਂ ਸਹੀ ਹਾਂ ਤੇ ਉਹ ਦੂਸਰਾ ਗਲਤ ਹੈ। ਮੇਰੇ ਕਹਿਣ ਤੋਂ ਭਾਵ ਇਹ ਹੈ ਕਿ ਜੇ ਆਪਾਂ ਇੰਗਲੈਂਡ ਦੀ ਗੱਲ ਕਰੀਏ ਤੇ ਜਾਂ ਨਿੰਦਕ ਤੇ ਗੁਰਮੁਖ ਹੋਣ ਦਾ ਸਾਨੂੰ ਕਿਹਨੇ ਅਧਿਕਾਰ ਦਿੱਤਾ ਹੈ, ਜਾਂ ਤੁਹਾਡੇ ਕੋਲ ਜਾਂ ਜਾਗੋ ਵਾਲੇ ਸਿੰਘ ਨੇ ਜਾਂ ਹੋਰ ਵੀ ਸਿੰਘ ਨੇ, ਕੋਈ ਵੀ ਮੈਨੂੰ ਲੈ ਲਓ, ਮੇਰੇ ਕੋਲ ਕਿਸਨੇ ਅਧਿਕਾਰ ਮੈਨੂੰ ਦਿੱਤਾ ਹੈ ਕਿ ਮੈਂ ਫੈਸਲਾ ਕਰਾਂ ਕੌਣ ਨਿੰਦਕ ਹੈ ਤੇ ਕੌਣ ਗੁਰਮੁਖ ਹੈ? ਇਹ ਆਪਾਂ ਨਹੀਂ ਫੈਸਲਾ ਕਰ ਸਕਦੇ, ਇਹ ਫੈਸਲਾ ਗੁਰੂ ਸਾਹਿਬ ਨੇ ਕੀਤਾ ਆ। ਜਿਹੜੇ ਨਿੰਦਕ ਆ ਗੁਰੂ ਕੇ ਨਿੰਦਕ ਆ ਉਹ ਵੀ ਸਾਹਮਣੇ ਆ ਜਾਂਦੇ ਗੁਰੂ ਮਹਾਰਾਜ ਦੇ। ਇਹ ਆਪਣੇ ਇਤਿਹਾਸ ਦੀ ਆ ਗੱਲ ਕਿ ਗੁਰ ਕੀ ਨਿੰਦਾ ਸੁਣੇ ਨਾ ਕਾਨ,
ਉਹ ਅਧਿਕਾਰ ਦਿੱਤਾ ਆਪਾਂ ਨੂੰ ਇਹ ਗੁਰੂ ਦੀ ਨਿੰਦਿਆ ਨਹੀਂ ਸੁਣਨੀ। ਦੂਸਰੀ ਗੱਲ ਇਹ ਆ, ਹੁਣ ਆਪਾਂ ਗੁਰਦੁਆਰਾ ਸਾਹਿਬ ਆ, ਜਿਵੇਂ ਉਹਨਾਂ ਦੇ ਵਿੱਚੋਂ ਉਹ ਬੋਲ ਰਿਹਾ ਕਿ ਜੇ ਨਹੀਂ ਸੀ ਕਥਾ ਚੰਗੀ ਲੱਗਦੀ ਤੇ ਨਾ ਸੁਣਦੇ ਜੀ। ਮਤਲਬ ਇੱਕ ਹੋਰ ਨੇ ਵਿਚਾਰ ਦਿੱਤੇ ਇੱਥੋਂ ਦੇ ਇੱਕ ਨਿਊਕਾਸਲ ਤੋਂ ਵੀਰੇ ਨੇ ਕਿ ਇਹ ਜੀ ਜੇ ਉੱਥੋਂ ਦੀ ਸੰਗਤ ਸੁਣਨਾ ਚਾਹੁੰਦੀ ਆ ਤੇ ਉਹਨਾਂ ਨੂੰ ਰੁਕਣ ਨਹੀਂ ਸੀ ਜਾਣਾ ਚਾਹੀਦਾ, ਜਿਹੜਾ ਜਿਹੜੀ ਸੰਗਤ ਉਹਨਾਂ ਦੇ ਗੁਰਦੁਆਰਾ ਸਾਹਿਬ ਜਿਹੜੀ ਚੀਜ਼ ਚਾਹੁੰਦੀ ਆ ਉਹ ਕਿਉਂ ਨਹੀਂ ਕਰਨ ਦਿੰਦੇ। ਇੱਥੇ ਸੰਗਤ ਆ ਕੇ ਕੋਈ ਕਵੇ ਵੀ ਮੈਂ ਨੰਗੇ ਸਿਰੀ ਪ੍ਰਸ਼ਾਦ ਲੈਣਾ ਜੀ, ਮੈਂ ਨੰਗੇ ਸਿਰੀ ਪ੍ਰਸ਼ਾਦਾ ਛਕਣਾ, ਮੈਂ ਨੰਗੇ ਸਿਰੀ ਕਿਚਨ ਦੇ ਵਿੱਚ ਸੇਵਾ ਕਰਨੀ ਆ, ਤੇ ਉਹਦਾ ਮਤਲਬ ਹੈ ਵੀ ਤੁਸੀਂ ਫਿਰ ਅਕਾਲ ਤਖਤ ਸਾਹਿਬ ਤੋਂ ਚਿੱਠੀ ਲੈਣ ਜਾਵੋਗੇ ਵੀ ਤੁਸੀਂ ਹੁਕਮਨਾਮਾ ਕਰੋਗੇ ਤਾਂ ਅਸੀਂ ਇਹਨਾਂ ਨੂੰ ਰੋਕਣਾ। ਉਹ ਕਹੂਗਾ ਅਕਾਲ ਤਖਤ ਸਾਹਿਬ ਤੋਂ ਲਿਖਾਓ ਜੀ। ਪਰ ਇੱਥੇ ਬਾਬਾ ਜਨ ਸਿੰਘ ਜੀ ਇੱਕ ਗੱਲ ਮੈਂ ਨਾਲ ਜ਼ਰੂਰ ਐਡ ਕਰਨੀ ਚਾਹੁੰਦਾ ਕਿ ਆਪਣੇ ਇਤਿਹਾਸ ਦੇ ਵਿੱਚ ਵੀ ਜ਼ਿਕਰ ਆਉਂਦਾ ਹੈ, ਖਾਸ ਤੌਰ ਤੇ ਜਿਹੜੀ ਇੱਕ ਮੇਨ ਸਵਾਲ ਸਾਹਮਣੇ ਉੱਠ ਕੇ ਆਉਂਦਾ ਜੀ, ਬਾਹਮਣਵਾਦੀ ਸੋਚ ਹੈ ਤੇ ਗੁਰਮਤ ਤੇ ਜਿਹੜਾ ਗੁਰਮਤ ਦਾ ਸਾਨੂੰ ਸਿਧਾਂਤ ਮਹਾਰਾਜ ਨੇ ਦਿੱਤਾ ਵੀ ਇਹ ਟਕਰਾਅ ਗੁਰਮਤ ਦੀ ਸੋਚ ਦਾ ਤੇ ਬਾਹਮਣਵਾਦੀ ਸੋਚ ਦਾ। ਪਰ ਮੈਂ ਇੱਥੇ ਪੁੱਛਣਾ ਚਾਹੁੰਦਾ ਕਿ ਗੁਰਦੁਆਰੇ ਦੀ ਤੁਸੀਂ ਗੱਲ ਕੀਤੀ ਹੈ, ਆਪਣੇ ਇਤਿਹਾਸ ਦੇ ਵਿੱਚ ਵੀ ਮਹਾਰਾਜ ਨੇ ਕਈਆਂ ਰੀਤਾਂ ਨੂੰ ਕੰਡੈਮ ਕੀਤਾ ਵੀ ਭਾਈ ਜਿਹੜੇ ਇਹ ਕਾਰਜ ਕਰਦੇ ਨੇ ਚਾਹੇ ਆਸਣ ਲਾ ਕੇ ਬਹਿੰਦੇ ਨੇ ਜਾਂ ਧੂਣੇ ਲਾਉਂਦੇ ਨੇ, ਇਹ ਗਲਤ ਗੱਲ ਹੈ। ਪਰ ਦੂਜੇ ਧਰਮਾਂ ਦੇ ਵਿੱਚ ਉਹ ਮਾਨਤਾ ਉਹਨਾਂ ਦੇ ਧਰਮ ਅਨੁਸਾਰ ਉਹ ਜਾਇਜ਼ ਹੈ, ਤੇ ਫਿਰ ਜੇ ਕੱਲ ਨੂੰ ਸਾਨੂੰ ਕੋਈ ਆਣ ਕੇ ਇਹ ਗੱਲ ਕਵੇ ਵੀ ਤੁਹਾਨੂੰ ਕਿੰਨੇ ਅਧਿਕਾਰ ਦਿੱਤਾ ਹੈ ਸਾਡੇ ਧਰਮ ਨੂੰ ਭੰਡਣ ਦਾ, ਤੁਸੀਂ ਨਿੰਦਕ ਹੋ, ਤਾਂ ਫਿਰ ਉਹਦਾ ਕੀ ਜਵਾਬ ਹੈ? ਬਗੇਲ ਸਿੰਘ ਜੀ ਆਪਾਂ ਬਹੁਤ ਵੱਡੇ ਭੁਲੇਖੇ 'ਚ ਆ ਜੀ। ਗੁਰੂ ਸਾਹਿਬ ਨੇ ਸਦਾ ਹੀ ਨਿੰਦਿਆ ਜਿਹੜੀ ਕੀਤੀ ਉਹ ਪਖੰਡ ਦੀ ਕੀਤੀ ਆ ਜੀ। ਮੈਂ ਬਿਲਕੁਲ ਸਹਿਮਤ ਹਾਂ, ਸਾਰੇ ਧਰਮ ਦੀ ਗੱਲ ਕੀਤੀ ਵੀ ਜਿਹੜੇ ਸਾਧੂ ਲੋਕ ਨੇ ਮੇਰੀ ਗੱਲ ਸੁਣੋ, ਉਹਨਾਂ ਦੇ ਅਨੁਸਾਰ ਉਹਨਾਂ ਦਾ ਧਰਮ ਆ। ਭੰਗਰਨਾਥ ਨੂੰ ਗੁਰੂ ਨਾਨਕ ਦੇਵ ਜੀ ਕਹਿੰਦੇ ਭੰਗਰਨਾਥ ਤੇਰੀ ਮਾਂ ਕੁਚੱਜੀ, ਇੱਕ ਕਿਸਮ ਦੀ ਮਾਂ ਦੀ ਗੱਲ ਹੋ ਜਾਂਦੀ ਤੇਰੀ ਮਾਂ ਕਹਿ ਦੇਣਾ ਤਾਂ ਜੀ, ਮਾਂ ਕੁਚੱਜੀ। ਤੇ ਦੂਸਰੇ ਪਾਸੇ ਗੋਰਖਨਾਥ ਨੂੰ ਉਹ ਕੁਛ ਨਹੀਂ ਕਹਿੰਦੇ, ਉਪਦੇਸ਼ ਦਿੰਦੇ ਉਹ ਉਪਦੇਸ਼ ਲੈਂਦਾ ਵੀ ਆ, ਗੁਰੂ ਸਾਹਿਬ ਦਾ ਸਤਿਕਾਰ ਕਰਦਾ। ਇਹਦਾ ਮਤਲਬ ਇਹ ਆ ਵੀ ਜਿਹੜਾ ਤੁਸੀਂ ਆ ਸਵਾਲ ਕਰਦੇ ਨੇ ਵੀ ਇੱਦਾਂ ਆਪਣੇ ਕੋਲ ਕੀ ਆ, ਉਹ ਆਪਣੇ ਕੋਲ ਗੁਰੂ ਸਾਹਿਬ ਨੇ ਸਾਨੂੰ ਉਹ ਦਿੱਤਾ ਬਈ ਜਿਹੜਾ ਵੀ ਨਿੰਦਿਆ ਕਰਨ ਵਾਲਾ ਬੰਦਾ ਤੁਹਾਨੂੰ ਦਿਸ ਰਿਹਾ ਨਾ ਕਿ ਇਹ ਗੁਰੂ ਸਾਹਿਬ ਦੀ ਨਿੰਦਿਆ ਕਰਦਾ, ਮਹਾਰਾਜ ਨੇ ਉੱਥੇ ਉਹਨਾਂ ਨੂੰ ਰੋਕਿਆ, ਜਿਹੜਾ ਹੈਗਾ ਆਪਣੇ ਬ੍ਰਾਹਮਣਵਾਦ ਕਹਿੰਦੇ ਆ ਜੀ। ਇਹ ਜਿਹੜੇ ਲੋਕ ਆ ਪ੍ਰਚਾਰ ਕਰਦੇ, ਜਿਵੇਂ ਹੁਣ ਸੌਥਲ ਦੇ ਵਿੱਚ ਜਿਹੜਾ ਭੱਜਾ ਉਹ ਕਿੰਨਾ ਝੂਠ ਬੋਲਿਆ, ਉਹਦੀਆਂ ਆਪਦੀਆਂ ਟੇਪਾਂ ਆ, ਉਹ ਇਹ ਕਹਿੰਦੇ ਕੋਈ ਸਿਮਰਨ ਦੀ ਲੋੜ ਨਹੀਂ, ਕੋਈ ਤਪ ਦੀ ਲੋੜ ਨਹੀਂ, ਤਪ ਕੀ ਹੁੰਦਾ ਸੇਵਾ ਕਰਨੀ, ਇਹ ਕਹਿੰਦੇ ਕੋਈ ਲੋੜ ਨਹੀਂ, ਇਹਦਾ ਕੀ ਫਾਇਦਾ? ਤੇ ਗੁਰੂ ਮਹਾਰਾਜ ਦੀ ਬਾਣੀ ਕਹਿੰਦੀ ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧਨਾ ਜਾਣਿਆ ਹਰ ਰਾਇਆ, ਕਹੋ ਨਾਨਕ ਹਮ ਨੀਚ ਕਰਮਾ, ਸਰਣ ਪਰੇ ਕੀ ਰੱਖੋ ਸਰਮ। ਉਹ ਕਹਿੰਦੇ ਵੀ ਜਿਹੜਾ ਇਹ ਚੀਜ਼ਾਂ ਨਹੀਂ ਕਰਦਾ ਉਹ ਨੀਚ ਕਰਮ ਕਰਨ ਵਾਲਾ। ਗੁਰਬਾਣੀ ਕਹਿ ਰਹੀ ਹੈ, ਤੇ ਫਿਰ ਜੇਕਰ ਇੱਥੋਂ ਆਪਣੇ ਤੋਂ ਅਸੀਂ ਗੱਲ ਸ਼ੁਰੂ ਕਰੀਏ ਤਾਂ ਸਾਡੇ ਪਰਿਵਾਰ, ਸਾਡੇ ਰਿਸ਼ਤੇਦਾਰ, ਸਾਡੇ ਸੱਜਣ ਮਿੱਤਰ, ਸਾਡੇ ਸਕੇ ਸੰਬੰਧੀ ਬਹੁਤੇ ਐਸੇ ਸਾਨੂੰ ਸਾਡੇ ਘਰ ਚ ਹੀ ਮਿਲ ਜਾਣਗੇ ਜਿਹੜੇ ਨਹੀਂ ਇਸ ਚੀਜ਼ ਨੂੰ ਮੰਨਣਗੇ, ਤੇ ਫਿਰ ਅਸੀਂ ਉਹਨਾਂ ਦਾ ਵੀ ਵਿਰੋਧ ਕਰਾਂਗੇ, ਉਹਨਾਂ ਨੂੰ ਵੀ ਕਹਾਂਗੇ ਜਾ ਕੇ ਮਤਲਬ ਦੂਜੀਆਂ ਸਟੇਜਾਂ ਤੇ ਜਾ ਕੇ ਦੂਜਿਆਂ ਨੂੰ ਇਹ ਪਾਠ ਪੜਾਵਾਂਗੇ। ਕਿਸੇ ਵਾਸਤੇ ਖਾਸ ਪ੍ਰਾਣੀ ਲਈ ਉਪਦੇਸ਼ ਨਹੀਂ ਹੈ, ਇਹ ਸਭਨਾਂ ਵਾਸਤੇ ਹੈ। ਦੇਖੋ ਚਾਹੇ ਉਹ ਘਰ ਦੇ ਆ ਚਾਹੇ ਬਾਹਰਲੇ, ਸਾਨੂੰ ਨਾ ਕੋਈ ਆਪਣਾ ਦੁਸ਼ਮਣ ਆ ਨਾ ਕੋਈ ਆਪਣਾ ਇਸ ਤਰ੍ਹਾਂ ਦਾ ਮਿੱਤਰ ਆ ਵੀ ਅਸੀਂ ਤੁਸੀਂ ਜਿਹੜੇ ਮਿੱਤਰ ਦੀ ਜਿੱਦਾਂ ਉਦਾਹਰਣ ਦੇ ਰਹੇ ਵੀ ਜਿਹਨਾਂ ਅਸੀਂ ਹਿੱਤ ਕਰੀਏ ਜੀ,
ਇਹਦੇ ਵਿੱਚ ਗੁਰਮਤ ਦੇ ਵਿੱਚ ਕੋਈ ਦੋ ਚੀਜ਼ਾਂ ਨਹੀਂ ਹੈਗੀਆਂ ਸਾਹਿਬਾਨਾਂ ਚ ਹੁੰਦੇ ਤੇ ਕਈ ਵਾਰ ਅਸੀਂ ਦੇਖ ਕੇ ਅੱਖਾਂ ਮੀਟ ਲੈਂਦੇ ਸਾਨੂੰ ਪਤਾ ਕਿ ਗੁਰਮਤ ਦੇ ਅਨੁਸਾਰ ਨਹੀਂ ਹੋ ਰਿਹਾ, ਉਹਨਾਂ ਦਾ ਪਹਿਰਾਵਾ ਹੋ ਜਾਏ, ਉਹਨਾਂ ਦਾ ਖਾਣ ਪੀਣ ਹੋ ਜਾਏ, ਪਰ ਕਹਿਣ ਤੋਂ ਭਾਵ ਮੇਰਾ ਇਹ ਹੈ ਕਿ ਜਦੋਂ ਅਸੀਂ ਕਿਸੇ ਦੂਸਰੇ ਨੂੰ ਬੜੀ ਦ੍ਰਿੜਤਾ ਦੇ ਨਾਲ ਰੋਕਦੇ ਹਾਂ ਵੀ ਭਾਈ ਸਿਰ ਧੜ ਦੀ ਬਾਜੀ ਲਾ ਦਿਆਂਗੇ, ਫਿਰ ਉੱਥੇ ਨਰਮ ਰਵੱਈਆ ਕਿਉਂ, ਉੱਥੋਂ ਕਿਉਂ ਨਹੀਂ ਸ਼ੁਰੂਆਤ ਕਰਦੇ? ਦੇਖੋ ਜੀ, ਤੁਹਾਨੂੰ ਪਤਾ ਨਾ ਵੀ ਕਾਨੂੰਨ ਦੀ ਪ੍ਰੋਵੀਜ਼ਨ ਹੈ ਵੀ ਸਰਪੰਚ ਲਈ ਲਾ ਹੋ ਰਿਹਾ, ਟੈਕਸੀ ਵਾਲੇ ਲਈ ਹੋ ਰਿਹਾ, ਐਂਬੂਲੈਂਸ ਲਈ, ਮਤਲਬ ਲਾਅ ਤਾਂ ਸਭ ਲਈ ਇੱਕੋ ਹੀ ਹੈ ਜੀ, ਨਹੀਂ ਇੱਕ ਨਹੀਂ, ਲਾਅ ਕਾਨੂੰਨ ਸਾਰੇ ਲਈ ਇੱਕ ਹੈ। ਨਹੀਂ ਨਹੀਂ ਦੇਖੋ, ਇਹ ਉਹਦਾ ਵੱਡਾ ਛੋਟਾ ਹੋ ਸਕਦਾ, ਕਾਨੂੰਨ ਕਾਨੂੰਨ ਵੱਖੋ ਵੱਖਰਾ ਨਹੀਂ ਸਕਦਾ। ਨਹੀਂ ਭਾਜੀ, ਇਹ ਫਿਰ ਤੁਸੀਂ ਭੁਲੇਖੇ ਵਿੱਚ ਹੈ, ਮੈਂ ਤੁਹਾਨੂੰ ਮੀਡੀਆ ਤੇ ਕਹਿ ਰਿਹਾ, ਤੁਸੀਂ ਵੀ ਕਹਿ ਰਹੇ, ਤੁਸੀਂ ਪਤਾ ਕਰ ਲਿਓ ਜੀ, ਜੇ ਟੈਕਸੀ ਵਾਲਾ ਹੈ ਨਾ ਗਲਤ ਕਰੇ ਤੁਹਾਨੂੰ ਡਬਲ ਪੁਆਇੰਟ ਲੱਗਦੇ ਆ, ਦੁੱਧ ਰੱਖਣ ਵਾਲੇ ਨੂੰ, ਕਿਉਂਕਿ ਉਹ ਕਹਿੰਦੇ ਤੁਸੀਂ ਸਦਾ ਹੀ ਰੋਡ ਤੇ ਰਹਿੰਦੇ ਆ ਜੀ, ਇਹਦਾ ਨਾ ਕਰੇ ਤੁਸੀਂ ਕਹਿੰਦੇ ਲੰਬੜਦਾਰ ਲਈ, ਵਕੀਲ ਲਈ, ਦੂਜਿਆਂ ਲਈ ਸਜ਼ਾ ਜ਼ਿਆਦਾ ਕਹੋਗੇ, ਕਹਿੰਦੇ ਤੁਸੀਂ ਮਤਲਬ ਪੜ੍ਹੇ ਲਿਖੇ ਔਰ ਕਾਨੂੰਨ ਦੇ ਵਾਕਫ ਬੰਦੇ ਆ, ਇਹਦਾ ਨਹੀਂ ਉਹਦੇ ਤੇ ਇਦਾਂ ਆ ਜੀ, ਮੈਂ ਵੀ ਮੀਡੀਆ ਦੇ ਵਿੱਚ ਰਹਿਣਾ ਵਾ, ਤੁਹਾਨੂੰ ਇਹ ਗੱਲ ਕਲੈਰਿਟੀ ਕਰ ਦਿੰਦਾ, ਜਦੋਂ ਤੁਸੀਂ ਉੱਥੇ ਉਹ ਤੁਹਾਨੂੰ ਪੁੱਛਦੇ ਆ ਵੀ ਤੁਸੀਂ ਗਿਲਟੀ ਆ ਜਾਂ ਨਹੀਂ, ਉੱਥੇ ਜੇ ਤੁਸੀਂ ਸਟੇਟਮੈਂਟ ਦਿੰਦੇ ਜੀ ਮੇਰੇ ਤੋਂ ਭੁਲੇਖੇ 'ਚ ਹੋ ਗਿਆ, ਉੱਥੇ ਉਹ ਤੁਹਾਨੂੰ ਕਹਿੰਦੇ ਵੀ ਭਾਈ ਤੂੰ ਇਸ ਗੱਲ ਦਾ ਪ੍ਰੋਫੈਸ਼ਨਲ ਬੰਦਾ ਆ, ਤੈਨੂੰ ਭੁਲੇਖਾ ਨਹੀਂ ਹੋ ਸਕਦਾ, ਪਰ ਇਸ ਗੱਲ ਨੂੰ ਮੈਂ ਇੱਥੇ ਔਨ ਮੀਡੀਆ ਤੇ ਨਹੀਂ ਮੰਨ ਸਕਦਾ ਕਿ ਜੇ ਮੈਂ ਕਾਨੂੰਨ ਤੋੜਿਆ ਤੇ ਮੈਨੂੰ 3 ਪੁਆਇੰਟ ਮਿਲਣਗੇ ਤੇ ਕਿਸੇ ਨੂੰ 5 ਮਿਲਣਗੇ, ਜੇ 3 ਦਾ ਆਇਆ ਤਾਂ 3 ਹੀ ਮਿਲਣੇ ਆ। ਹਾਂ, ਉਹ ਤੁਹਾਡੀ ਗੱਲ ਨੂੰ ਇਹ ਕਹਿ ਸਕਦੇ ਵੀ ਭਾਈ ਤੂੰ ਝੂਠ ਬੋਲ ਰਿਹਾ, ਤੈਨੂੰ ਪਤਾ ਨਹੀਂ, ਜਾਣ ਕੇ ਤੂੰ ਗੁਮਰਾਹ ਕਰ, ਜਦੋਂ ਤੁਸੀਂ ਹੈ ਨਾ ਸਾਰੀ ਸਮਝੋਗੇ, ਜਾਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧਨਾ ਜਾਣਿਆ ਹਰਾਇਆ, ਉਹਦੇ ਵਿੱਚ ਸੇਵਾ ਵੀ ਆ ਜਾਂਦੀ। ਤੁਹਾਨੂੰ ਪਤਾ ਨਹੀਂ ਆਪਾਂ ਸਿੱਧੀ ਸੇਵਾ ਨਹੀਂ ਕਰਦੇ, ਸੇਵਾ ਕਰਨ ਵਾਲੇ ਦੀ ਵੀ ਸੇਵਾ ਆਪਾਂ ਕਰ ਦਿੰਦੇ ਹਾਂ, ਕਈ ਆਪਾਂ ਡਾਇਰੈਕਟ ਸੇਵਾਵਾਂ ਨਹੀਂ ਕਰਦੇ ਜੀ, ਪਰ ਜਿੱਦਾਂ ਹੁਣ ਫਰਜ਼ ਕਰੋ ਹੁਣ ਕਈ ਸਿੱਧੀ ਨਹੀਂ ਨਿੰਦਿਆ ਕਰਦੇ, ਪਰ ਨਿੰਦਕ ਦਾ ਸਾਥ ਦਿੰਦੇ ਆ ਬੰਦੇ ਜੀ, ਸਮਝਦੇ ਵੀ ਨਹੀਂ, ਤੇ ਉਹ ਆਪਣੀਆਂ ਗੱਲਾਂ ਥੋੜੀਆਂ ਜਿਹੀਆਂ ਪਹਿਲਾਂ। ਪਰ ਆਪਣਾ ਮੇਰਾ ਸਵਾਲ ਕਲੀਅਰ ਨਹੀਂ ਹੋਇਆ ਵੀ ਸਾਡੇ ਆਪਣੇ ਵਾਲੇ ਨਰਮ ਰਵੱਈਆ ਕਿਉਂ, ਉਹਨਾਂ ਦੀ ਫਿਰ ਅਸੀਂ ਕਦੇ ਖਿੱਚਣ ਤੋਂ ਜਾਣ ਜਾਵਾਂਗੇ ਜਾਂ ਆਪਣੇ ਕਿਸੇ ਰਿਸ਼ਤੇਦਾਰ ਦਾ ਸਮਾਗਮ ਰੋਕਾਂਗੇ ਜਾਂ ਗੁਰਮਤ ਦੇ ਉਲਟ ਹੈ ਤੇ ਅਸੀਂ ਹੋਣ ਨਹੀਂ ਦੇਣਾ, ਕਿੱਦਾਂ ਦਾ ਭਲਾ ਜੇਕਰ ਕੋਈ ਗੁਰਮਤ ਦੇ ਉਲਟ ਕਾਰਜ ਹੁੰਦਾ? ਹਾਂਜੀ, ਨਹੀਂ ਆਪਾਂ ਜਿੰਨੀ ਕੋਸ਼ਿਸ਼ ਹੁੰਦੀ ਆਪਾਂ ਜ਼ੋਰ ਲਾਉਂਦੇ ਹਾਂ ਵੀ ਆਪਾਂ ਅਗਲੇ ਨੂੰ ਕਹਿ ਹੀ ਸਕਦੇ ਹਾਂ, ਹਰੇਕ ਸਾਥ ਥੋੜਾ ਆਪਾਂ ਪੰਗਾ ਲੈ ਸਕਦੇ ਵੀ ਮਤਲਬ ਤੁਸੀਂ ਹਰੇਕ ਤੇ ਜਾ ਕੇ ਵਿਆਹ ਵਿੱਚ ਰੁੜੀ ਪਾ, ਤੁਸੀਂ ਨਾ ਜਾਓ ਉੱਥੇ, ਜਦੋਂ ਆਪਾਂ ਨੂੰ ਪਤਾ ਵੀ ਆਪਣੇ ਬੰਦੇ ਇੰਨੇ ਆਖੇ ਲੱਗਦੇ ਆ, ਉਹਨਾਂ ਤੁਸੀਂ ਗੁਰਮਤ ਦਾ ਜਿੰਨਾ ਕੁ ਸਾਥ ਦਿੰਦੇ, ਹੁਣ ਬਹੁਤੇ ਬੰਦੇ ਆਪਣੇ ਜਿਹੜੇ ਵੀ ਗੁਰੂ ਘਰੋਂ ਵਿਆਹ ਹੁੰਦਾ, ਚੰਗਾ ਜੀ ਸਾਡੀ ਸਤਿ ਸ੍ਰੀ ਅਕਾਲ। ਮੈਂ ਸਵਾਲ ਇਹ ਆਪਣੇ ਸਤਿੰਦਰ ਸਿੰਘ ਜੀ ਇਸ ਕਰਕੇ ਕੀਤਾ ਕਿਉਂਕਿ ਜਿਹੜੇ ਆਮ ਸੰਗਤ ਦੇ ਵਿੱਚ ਗੱਲ ਪ੍ਰਚਾਰੀ ਜਾਂਦੀ ਹੈ ਉਹ ਗੱਲ ਕਹੀ ਜਾਂਦੀ ਜੇ ਵਿਹਲੇ ਬੰਦੇ ਆ, ਇਹਨਾਂ ਨੂੰ ਕੰਮ ਕੋਈ ਨਹੀਂ, ਜਿੱਥੇ ਦੇਖਦੇ ਆ ਪੰਗਾ ਖੜਾ ਕਰ ਜਾਂਦੇ ਆ, ਸਿੱਧੀ ਬੋਲੀ ਵਰਤਦੇ ਆ, ਆਪਣਿਆਂ ਨੂੰ ਕੁਛ ਨਹੀਂ ਕਹਿੰਦੇ ਤੇ ਦੂਜਿਆਂ ਦੇ ਗੱਲ ਨੂੰ ਪੈਂਦੇ, ਅਸੀਂ ਤੇ 12-12 ਘੰਟੇ ਕਰਦੇ। ਹੁਣ ਦੇਖੋ ਇੱਕ ਬੇਨਤੀ ਹੈ, ਹੁਣ ਇਹਦਾ ਸਵਾਲ ਹੱਲ ਹੋ ਜਾਊਗਾ। ਦੇਖੋ ਹੁਣ ਮੈਂ ਗਿਣ ਕੇ ਦੱਸਣੇ ਬੰਦੇ, ਸਭ ਤੋਂ ਪਹਿਲਾਂ ਸਾਡਾ ਪੰਜਾਬ ਰੇਡੀਓ ਵਾਲੇ ਨਾਲ ਮਤਲਬ ਥੋੜ੍ਹਾ ਜਿਹਾ ਵਿਰੋਧ ਚੱਲਿਆ ਸੀਗਾ, ਕਿਉਂਕਿ ਉਹਨੇ ਬਾਬਾ ਦੀਪ ਸਿੰਘ ਹੁਣਾਂ ਨੂੰ ਤੱਤ ਖਾਲਸਾ ਗਦਾਰ ਕਿਹਾ ਸੀ, ਉਹਨਾਂ ਨੇ ਝਗੜਾ ਚੱਲਿਆ, ਬੰਦੇ ਰਾਤ ਅੰਦਰ ਵੀ ਰਹਿਣਾ ਪਿਆ ਮਤਲਬ, ਅਤੇ ਬੰਦੇ ਚਾਰਜ ਵੀ ਹੋਏ, ਚਲੋ ਕੇਸ ਰਫੂ ਦਫੂ ਹੋ ਗਿਆ, ਅਤੇ ਉਦੋਂ ਬਾਅਦ ਦੇ ਵਿੱਚ ਤਕਰੀਬਨ ਕਾਲੇ ਫਗਾਨੇ ਦਾ ਮਸਲਾ ਆ ਗਿਆ, ਅਤੇ ਘੱਗੇ ਦਾ ਵੀ ਆਇਆ, ਪ੍ਰੋਫੈਸਰ ਦਾ ਵੀ ਆਇਆ, ਗੁਰਬਚਨਾ ਥਾਈਲੈਂਡ ਵਾਲਾ ਆਇਆ, ਧੁੰਦਾ ਆਇਆ, ਢੱਡਰੀਆਂ ਵਾਲਾ, ਚੰਡੀਗੜ੍ਹੀਆ ਹੁਣ ਆਇਆ, ਦਲਗੀਰ ਦਾ ਵੀ ਆਇਆ ਜੀ। ਹੁਣ ਜਿੰਨੇ ਬੰਦਿਆਂ ਦੇ ਤੁਹਾਨੂੰ ਮੈਂ ਨਾਂ ਦਿੱਤੇ ਆ, ਹੈ ਨਾ, ਇਹਨਾਂ ਬੰਦਿਆਂ ਨਾਲ ਟਸਲ ਚੱਲਦੀ ਰਹੀ ਆ ਮੌਕੇ ਮੌਕੇ ਦੇ, ਜੋ ਹੁਣ ਕਰਦੇ ਉਦੋਂ ਹੀ ਉਦੋਂ ਕਰਦੇ, ਪਰ ਉਹਨਾਂ ਬੰਦਿਆਂ ਨੂੰ ਸਾਰੇ ਹੀ ਜਾਣਦੇ ਆ ਉਹ ਬੰਦੇ ਗਲਤ ਆ ਜੀ, ਸਮਝਦੇ ਕਿ ਨਹੀਂ, ਉਹ ਬੰਦਿਆਂ ਨੂੰ ਤਾਂ ਨਹੀਂ ਲਾਈਕ ਕਰਦੇ ਕੋਈ ਵੀ। ਆਪਾਂ ਬਲਵਿੰਦਰ ਸਿੰਘ ਉਹਨਾਂ ਦੇ ਲੈ ਲਈਏ ਵਿਚਾਰ, ਫਿਰ ਮੈਂ ਤੁਹਾਡੇ ਕੋਲ ਵਾਪਸ ਇਸੇ ਨੋਟ ਤੋਂ ਆਉਣਾ। ਹਾਂਜੀ ਬਲਵਿੰਦਰ ਸਿੰਘ ਜੀ, ਆਪ ਜੀ ਵੀ ਪ੍ਰੋਗਰਾਮ 'ਚ ਸ਼ਾਮਿਲ ਹੋ, ਸੋ ਇਹ ਸਾਰੀ ਗੱਲਬਾਤ ਤੁਸੀਂ ਸੁਣੀ ਹੈ,
ਜੋ ਵੀ ਆਪਾਂ ਗੱਲਬਾਤ ਕਰ ਰਹੇ ਹਾਂ। ਪਰ ਆਮ ਜਦੋਂ ਸੰਗਤ ਦੇ ਵਿੱਚ ਫਿਰ ਇਹ ਗੱਲ ਪ੍ਰਚਾਰੀ ਜਾਂਦੀ ਹੈ ਵੀ ਸਾਰੀ ਇੰਗਲੈਂਡ ਦੇ ਵਿੱਚੋਂ ਇਹੀ ਕੁਝ ਇੱਕ ਚੁਣੇ ਹੋਏ ਬੰਦੇ ਨੇ ਜਿਹੜੇ ਹਰ ਗੱਲ 'ਤੇ ਰੌਲਾ ਪਾਉਂਦੇ ਨੇ, ਕਿ ਬਾਕੀ ਬੰਦੇ ਪਤਾ ਹੁੰਦੇ ਵੀ ਚੁੱਪ ਬੈਠੇ ਨੇ ਜਾਂ ਜਾਣ ਕੇ ਕਿਸੇ ਗੱਲ ਤੋਂ ਬੋਲਦੇ ਨਹੀਂ, ਜਾਂ ਤੁਹਾਨੂੰ ਇਕੱਲਿਆਂ ਨੂੰ ਬਹੁਤਾ ਸਿੱਖੀ ਦਾ ਜ਼ਿਆਦਾ ਕੀ ਕਹਿੰਦੇ ਵੀ ਤੁਹਾਨੂੰ ਪਛਾਣ ਹੈ ਇਸ ਕਰਕੇ ਤੁਸੀਂ ਬੋਲਦੇ ਹੋ, ਕੀ ਜਵਾਬ ਦਿਓਗੇ ਉਹਨਾਂ ਲੋਕਾਂ ਨੂੰ ਜਿਹੜੇ ਇਹ ਗੱਲ ਕਹਿੰਦੇ ਨੇ ਕਿ ਭਾਈ ਇਹ ਥੋੜ੍ਹੇ ਬੰਦੇ ਮਾਹੌਲ ਖਰਾਬ ਕਰਦੇ? ਨਹੀਂ ਨਹੀਂ, ਥੋੜ੍ਹੇ ਨਹੀਂ, ਸਾਰੀ ਇੰਗਲੈਂਡ ਤੋਂ ਬੰਦੇ ਉੱਥੇ ਗਏ ਸੀਗੇ, ਅਸੀਂ ਗੱਲ ਥੋੜ੍ਹੇ ਥੋੜ੍ਹੇ ਜਾਈਦਾ। ਪਰ ਨਾ ਗਿਣਿਆ ਚੁਣਿਆ 4-5 ਬੰਦਾ ਨਹੀਂ ਪਤਾ, ਉਹ ਨਹੀਂ ਟਾਰਗੇਟ ਕੀਤਾ ਸਾਨੂੰ, ਸਿਲੈਕਟਿਵ ਹੀ ਟਕਸਾਲ ਨੂੰ ਕਰਦੇ ਆ, ਬਾਕੀ ਉੱਥੇ ਸਾਰੀਆਂ ਜਥੇਬੰਦੀਆਂ ਦੇ ਗਏ ਸੀ। ਦੂਜਾ ਇੱਕ ਮੈਂ ਤੁਹਾਨੂੰ ਗੱਲ ਦੱਸਾਂ ਨਾ ਜੀ, ਬੰਦੇ ਉਹ ਜ਼ਿਆਦਾ ਰੌਲਾ ਪਾਉਂਦੇ ਆ ਜਿਹਨਾਂ ਨੂੰ ਕੋਈ ਨਾ ਕੋਈ ਬਿਮਾਰੀ ਆ, ਜਿੱਦਾਂ ਕਿਸੇ ਨੂੰ ਕੇਚਕ ਦੀ ਬਿਮਾਰੀ ਹੋਵੇ ਕੋਈ, ਉਹਨਾਂ ਬੰਦਿਆਂ ਨੂੰ ਜਿਹਨਾਂ ਨੂੰ ਤਾਂ ਗੁਰੂ ਦੀ ਬਾਣੀ 'ਤੇ ਵੀ ਸ਼ੱਕ ਆ ਜੀ, ਦਸਵੇਂ ਗ੍ਰੰਥ 'ਤੇ ਵੀ ਸ਼ੱਕ ਆ, ਇਤਿਹਾਸ 'ਤੇ ਵੀ ਸ਼ੱਕ ਆ, ਹਰੇਕ ਚੀਜ਼ 'ਤੇ ਸ਼ੱਕ ਆ, ਤਾਂ ਉਹ ਫਿਰ ਨਾ ਬੰਦੇ ਜਿਹੜੇ ਇਹ ਬੰਦੇ ਗਲਤ ਪ੍ਰਚਾਰ ਕਰਦੇ ਉਹ ਤਾਂ ਸਾਥ ਦਿੰਦੇ ਆ। ਆਮ ਸੰਗਤ ਨੂੰ ਵੀ ਜੇ ਜਦ ਉੱਥੇ ਅਸੀਂ ਗਏ ਸੀ, ਸੰਗਤ ਦੇ ਆ ਬੀਬੀਆਂ ਦੱਸੋ ਕਹਿੰਦੇ ਇਹਨੂੰ ਵੰਡ ਕਿਉਂ ਦਿੱਤਾ ਇੱਥੇ ਇੱਦਾਂ ਦੇ ਬੰਦੇ ਨੂੰ? ਹੁਣ ਦੱਸਿਆ ਵੀ ਅਬੇਰ ਸਾਹਿਬ ਬਾਰੇ ਇੱਦਾਂ ਖਿਆਲ ਰੱਖਦਾ, ਇਸ ਬਾਰੇ ਆਹ ਬੋਲਦਾ ਜੀ, ਉਹ ਕਹਿੰਦੇ ਇੱਦਾਂ ਦੀ ਵੰਡ ਨਹੀਂ ਚਾਹੀਦੀ। ਹੋਰ ਉੱਥੇ ਹੋਰ ਸਿੰਘ ਉੱਥੇ ਦੇ ਜਿਹੜੇ ਸੀਗੇ ਸੰਗਤ ਦੇ ਬੰਦੇ, ਉਹ ਕਹਿੰਦੇ ਇੱਦਾਂ ਦਾ ਬੰਦਾ ਆਉਣਾ ਨਹੀਂ ਚਾਹੀਦਾ ਜਿਹੜਾ ਮਾਹੌਲ ਖਰਾਬ ਕਰਦਾ। ਸੋ ਤੁਸੀਂ ਕਹਿ ਰਹੇ ਹੋ ਕਿ ਸੰਗਤ ਨੂੰ ਜੇਕਰ ਪਤਾ ਹੋਵੇ ਤਾਂ ਸੰਗਤ ਵੀ ਵਿਰੋਧ ਕਰਦੀ ਆ? ਹਾਂਜੀ, ਸੰਗਤ ਨੂੰ ਜਿੱਦਾਂ ਨਾ ਹੁਣ ਜਿੱਦਾਂ ਟੈਲੀਵਿਜ਼ਨ 'ਤੇ 2-3 ਵੀਕਾਂ ਹੋ ਗਈਆਂ, ਇਕੱਲਾ ਦਸਤਾਰ ਲੈ ਕੇ ਰੌਲਾ ਪਾਈ ਜਾਂਦੇ ਆ, ਅਰੀਜਨਲ ਗੱਲ ਕਰੀ ਉਹਦੀ ਫੁਟੇਜ ਦਿਖਾਲੀ ਤੇ ਉਹ ਬੇਰ ਸਾਹਿਬ ਬਾਰੇ ਕੀ ਕਹਿੰਦਾ, ਸਰੋਵਰ ਬਾਰੇ ਕੀ ਕਹਿੰਦਾ, ਗੁਰੂ ਦੀ ਬਾਣੀ ਦੇ ਸਿਮਰਨ ਬਾਰੇ ਕੀ ਕਹਿੰਦਾ, ਉਹ ਦਿਖਾਲਣ ਤੇ ਫਿਰ ਅਸਲੀਅਤ ਮੂਹਰੇ ਆਵੇ, ਹੈ ਨਾ ਜੀ? ਤੇ ਮੈਂ ਤੁਹਾਡੇ ਵੱਲ ਵਾਪਸ ਆਵਾਂਗਾ ਆਪਾਂ ਸੁਖਵਿੰਦਰ ਸਿੰਘ ਜੀ, ਤੇ ਜਿਹੜੇ ਇਹ ਆਪਾਂ ਕਹਿ ਰਹੇ ਹਾਂ ਕਿ ਜੀ ਉਹ ਜਾਣ ਕੇ ਮੁੱਦਾ ਬਣਾ ਰਹੇ ਆ, ਤੇ ਉਹਨਾਂ ਨੂੰ ਵੀ ਇਸ ਗੱਲ ਦਾ ਪਤਾ ਹੋਊਗਾ ਵੀ ਭਾਈ ਸੱਚ ਕੀ ਆ ਜਾਂ ਝੂਠ ਕੀ ਆ ਜਾਂ ਕਿਸ ਗੱਲ ਕਰਕੇ ਲੜਾਈ ਹੋਈ ਆ, ਤੇ ਪਰ ਜਦੋਂ ਫਿਰ ਆਪਾਂ ਬਿਆਨ ਦੇਖਦੇ ਹਾਂ, ਫੋਟੋ ਲਾ ਕੇ ਬਿਆਨ ਹੁੰਦੇ ਆ, ਤੇ ਬਿਆਨ ਫਿਰ ਕੁਛ ਹੋਰ ਹੁੰਦੇ ਆ। ਉਹਦਾ ਰੀਜਨ ਇਹ ਆ ਵੀ ਉਹ ਪੱਕੇ ਬੰਦੇ, ਉਹਨਾਂ ਨੇ ਧਾਰੀ ਹੁੰਦੀ ਆ, ਪਿਛਲੇ ਸਾਲ ਇਹਨੇ ਚੰਡੀਗੜ੍ਹ ਨੇ ਆਉਣਾ ਸੀਗਾ ਕਿ ਤੰਬੂ ਦੇ ਵਿੱਚ ਅਖੰਡ ਪਾਠ ਸਾਹਿਬ ਆਪਣੇ ਪ੍ਰੋਗਰਾਮ ਕਰਾਇਆ ਸੀ ਸਬਦਾਰ, ਉਹ 'ਚ ਉਹਦੀ ਫੋਟੋ ਲੱਗੀ ਸੀ ਪਰ ਉਹ ਆਇਆ ਨਹੀਂ ਸੀਗਾ, ਪਰ ਉਹ ਦੇਖਦੇ ਲੈਂਦੇ ਆ ਵੀ ਮਤਲਬ ਕਿ ਫੋਟੋ ਲਾ ਦਿਓ, ਅਗਲੀ ਵਾਰ ਨੂੰ ਸੱਦ ਲਵਾਂਗੇ, ਹੈ ਨਾ? ਇੱਦਾਂ ਤਾਂ ਉਹ ਹੁਣ ਫੜਨਾ ਤਾਂ ਉਹਨਾਂ ਨੂੰ ਚਾਹੀਦਾ, ਸੰਗਤ ਉਹਨਾਂ ਨੂੰ ਚਾਹੀਦੀ ਆ ਵੀ ਅਸੀਂ ਇਸ ਹਿਸਾਬ ਦੇ ਨਾਲ ਕੰਮ ਕਰੀਏ ਵੀ ਨਾ ਆਈਏ। ਅਤੇ ਜਿਹੜੀ ਫੋਟੋ ਦੀ ਗੱਲ ਆ, ਹਰੇਕ ਵੇਲੇ ਹੁਣ ਮੈਂ ਜਿੰਨੇ ਬੰਦਿਆਂ ਦੇ ਨਾਂ ਲਏ ਯਾਰ, ਹਰ ਘੜੀ ਉਹਨਾਂ ਦੇ ਲੈਣੇ ਪੈਣੇ, ਪੰਜਾਬ ਰੇਡੀਓ ਦਾ ਜਸਵੀਰ ਸਿੰਘ ਘੱਗਾ, ਪ੍ਰੋਫੈਸਰ ਕਾਲਾ ਫਗਾਨਾ, ਗੁਰਬਚਨ ਥਾਈਲੈਂਡ ਵਾਲਾ ਧੁੰਦਾ, ਇਹਨਾਂ ਵਾਰੀ ਵੀ ਆਹੀ ਮਸਲੇ ਚੱਲਦੇ ਸੀ, ਉਹ ਕਿੱਥੇ ਗਏ ਬੰਦੇ? ਪਰ ਇਹ ਸਵਾਲ ਆਪਣੇ ਸੁਖਵਿੰਦਰ ਸਿੰਘ ਜੀ ਇਹ ਪੈਦਾ ਹੁੰਦਾ ਹੈ ਕਿ ਚਲੋ ਆਪਾਂ ਇੱਥੇ ਜਿਹੜੀ ਤੁਸੀਂ ਗੱਲ ਕੀਤੀ ਜੀ ਗੁਰਮਤ ਦੀ ਕਸਮੱਟੀ ਨਾਲ ਆਪਾਂ ਪਰਖਦੇ ਹਾਂ ਵੀ ਕਿਹੜਾ ਬੰਦਾ ਸਹੀ ਹੈ ਤੇ ਕਿਹੜਾ ਗਲਤ ਹੈ, ਪਰ ਜੇਕਰ ਉਹਨਾਂ ਦੇ ਗਰੁੱਪ ਦੀ ਗੱਲ ਕਰੀਏ ਜਾਂ ਜਿਹੜੀ ਸਾਹਮਣੇ ਵਾਲੀ ਧਿਰ ਹੈ ਉਹ ਤੁਹਾਨੂੰ ਜਾਂ ਜਿਹੜਾ ਵਿਰੋਧ ਕਰਦੇ ਉਹ ਉਹਨਾਂ ਨੂੰ ਕਹਿੰਦੇ ਜੀ ਨਹੀਂ ਇਹ ਗੁਰਮਤ ਦੇ ਉਲਟ ਨੇ, ਇਹ ਬਾਹਮਣਵਾਦੀ ਸੋਚ ਦੇ ਲੋਕ ਨੇ, ਮੇਰੀ ਗੱਲ ਦਾ ਪਹਿਲਾਂ ਪੂਰਾ ਮੈਂ ਤੁਹਾਡੇ ਤੋਂ ਜਵਾਬ ਲਵਾਂਗਾ ਕਿ ਇਹ ਬਾਹਮਣਵਾਦੀ ਸੋਚ ਦੇ ਲੋਕ ਨੇ, ਸੋ ਕਹਿਣ ਤੋਂ ਭਾਵ ਜਿੱਥੇ ਉਹਨਾਂ ਦਾ ਜ਼ੋਰ ਚੱਲੇਗਾ ਉਹ ਰੋਕਣਗੇ, ਜਿੱਥੇ ਤੁਹਾਡਾ ਜ਼ੋਰ ਚੱਲੂਗਾ ਤੁਸੀਂ ਰੋਕਾਂਗੇ, ਪਰ ਜਿਹੜਾ ਮੌਜੂਦਾ ਸਾਡਾ ਮੈਂ ਅਕਾਲ ਤਖਤ ਦੀ ਗੱਲ ਕਰਾਂ ਜਾਂ ਜਿੱਥੋਂ ਇਹ ਫੈਸਲੇ ਹੋਣੇ ਚਾਹੀਦੇ ਨੇ, ਉਹਨਾਂ ਦੇ ਫੈਸਲਿਆਂ ਨੂੰ ਤੁਸੀਂ ਮੰਨਦੇ ਹੋ ਜਾਂ ਅਕਾਲ ਤਖਤ ਨੂੰ ਕਿਉਂ ਨਹੀਂ ਤੁਸੀਂ ਅਪਰੋਚ ਕਰਦੇ ਜਾਂ ਅਕਾਲ ਤਖਤ ਨੂੰ ਤੁਸੀਂ ਮੰਨਦੇ ਹੋ ਜਾਂ ਨਹੀਂ? ਜਿਹੜੀ ਜਿਹੜੇ ਅਕਾਲ ਤਖਤ ਸਾਹਿਬ ਜਿਹੜਾ ਜੀ ਜਿਹੜਾ ਬੰਦਾ ਗੁਰੂ ਨੂੰ ਮੰਨਦਾ ਉਹ ਅਕਾਲ ਤਖਤ ਸਾਹਿਬ ਨੂੰ ਮੰਨਦਾ, ਪਰ ਅਕਾਲ ਤਖਤ ਦੇ ਜਿਹੜੇ ਫੈਸਲੇ ਹੁੰਦੇ ਉਹ ਗੁਰਮਤ ਅਨੁਸਾਰ ਹੋਣ, ਭਾਵੇਂ ਟੋਪੀ ਪਾਉਣ ਵਾਲਾ ਜਾਂ ਉੱਦਾਂ, ਜਾਂ ਖਾਲਿਸਤਾਨ ਦੇ ਕੱਲ ਨੂੰ ਕੋਈ ਉਲਟ ਆ ਜਾਂਦਾ ਜਾਂ ਗੁਰਮਤ ਦੇ ਉਲਟ ਆ ਜਾਂਦਾ, ਉਹ ਨਾ ਮੰਨਿਆ ਨਾ ਮੰਨਿਆ ਜਾ ਸਕਦਾ, ਕਿਉਂਕਿ ਗੁਰੂ ਗੱਲ ਆਪਾਂ ਆਪਣੇ ਵਾਸਤੇ ਗੁਰੂ ਸਭ ਤੋਂ ਵੱਡਾ ਮਹਾਨ ਆ। ਜਿਹੜੀ ਗੱਲ ਕਰਦੇ ਉਹਦਾ ਇੱਕੋ ਹੀ ਜਵਾਬ ਆਊਗਾ, ਚਲੋ ਜੇ ਉਹ ਕਹਿੰਦੇ ਆ ਵੀ ਇਹ ਵੀ ਇਹ ਗੁਰਮਤ ਦੇ ਉਲਟ ਆ, ਤੇ ਅਸੀਂ ਜਿਹੜੇ ਬੰਦੇ 15-16 ਨਾਲ ਜਿਹਨਾਂ ਦਾ ਪਿੱਛੇ ਟਸਲ ਚੱਲਦੀ ਰਹੀ ਆ, ਦਲਗੀਰ ਦਾ ਮੇਨ ਇਤਿਹਾਸ ਲਿਖਿਆ, ਹੁਣ ਉਹਨਾਂ ਬੰਦਿਆਂ ਨੂੰ ਯਾਰ ਉਹ ਮੰਨਦੇ ਆ, ਉਹ ਢੱਡੀਆਂ ਵਾਲੇ ਦਾ ਪਿਛਲੇ ਸਾਲ ਦਾ ਮਸਲਾ ਆ, ਲੈ ਉਹ ਢੱਡੀਆਂ ਵਾਲੇ ਨੂੰ ਬੁਲਾ ਲਓ, ਪਤਾ ਨਹੀਂ ਉਹ ਕਿਹਦੇ ਨੂੰ ਗਿਆ ਆ, ਉਹਦੀ ਕੋਈ ਗੱਲ ਨਹੀਂ ਕਰਦਾ ਹੁਣ। ਪਰ ਜਿੱਦਣ ਜਿੱਦਾਂ ਹੁਣ ਚੰਡੀਗੜ੍ਹੀਏ ਦਾ ਪਿਛਲੇ ਸਾਲ ਕਿੱਦਾਂ ਵੀਡੀਓ ਪੈਂਦੀ ਸੀ, ਕੋਈ ਫ੍ਰਿਜਨ ਤੋਂ ਪੈ ਗਈ, ਕੋਈ ਕੈਲੀਫੋਰਨੀਆ ਤੋਂ ਪੈ ਗਈ, ਕੋਈ ਨਿਊਜ਼ੀਲੈਂਡ ਤੋਂ, ਕੋਈ ਸਪੇਨ ਤੋਂ ਖੜੇ ਹੋ ਗਏ, ਜਾਂ ਕੋਈ ਦੁਬਈ ਤੋਂ ਪੈ ਗਈ ਜੀ, ਜਿਹੜੀਆਂ ਗਾਲਾਂ ਹੁਣ ਕੱਢਦੇ ਆ ਉਹੀ ਉਦੋਂ ਕੱਢਦੇ ਸੀਗੇ। ਹੁਣ
ਸੋਚਣਾ ਤਾਂ ਉਹਨਾਂ ਨੂੰ ਚਾਹੀਦਾ ਕਿ ਨਰਕਧਾਰੀ ਨਹੀਂ ਪੱਗਾਂ ਬੰਨਦੇ, ਜਿਹੜੇ ਗੁਰੂ ਸਾਹਿਬ 'ਤੇ ਹਮਲਾ ਕਰਦੇ ਉਹ ਪੱਗਾਂ ਨਹੀਂ ਬੰਨਦੇ। ਘੇਰੜ ਚੰਦ ਜਿਹੜਾ ਸੀਗਾ ਛੇਵੇਂ ਪਾਤਸ਼ਾਹ ਦੇ ਕੋਲ ਗਿਆ ਆ, ਕਹਿਣ ਲੱਗਾ ਵੀ ਪੰਜਵੇਂ ਪਾਤਸ਼ਾਹ ਦਾ ਤੇਰੇ ਪਿਤਾ ਦਾ ਉਹ ਹਾਲ ਕੀਤਾ ਸੀ, ਅਸੀਂ ਨਦੀ ਦੇ ਵਿੱਚ ਜਾ ਕੇ ਮਾਰੇ, ਤੇਰਾ ਵੀ ਇਹ ਹਾਲ ਕਰਾਂਗੇ। ਹਰਗੋਬਿੰਦਪੁਰੇ ਜਦੋਂ ਗੁਰੂ ਸਾਹਿਬ ਬਣਾਉਂਦੇ ਸੀ ਕਿਲ੍ਹਾ, ਤੇ ਗੁਰੂ ਸਾਹਿਬ ਨੇ ਜਦੋਂ ਪੰਜਵੇਂ ਪਾਤਸ਼ਾਹ ਦਾ ਨਾਂ ਲਿਆ, ਉਹਨੇ ਬਿਧੀ ਚੰਦ ਉਹਨਾਂ ਨੂੰ ਢਾਹ ਕੇ ਗੋਡਾ, ਫਿਰ ਉਹਦੀ ਪੱਗ ਲਾਈ, ਉਹਨੂੰ ਮਾਰ ਕੇ ਤੇ ਨਦੀ ਦੇ ਵਿੱਚ ਰੋੜਿਆ ਸਿੱਖਾਂ ਨੇ। ਅਨਵਰ ਖਾਨ ਪਠਾਨ ਆਇਆ ਕਰਤਾਰਪੁਰ, ਉਹਦੀ ਪੱਗ ਲਾ ਕੇ ਤੇ ਉਹਦੀ ਦਾੜੀ ਲਾਮੀ ਲਾਈ, ਉਹਦੀ ਉਹਦੇ ਨਾਲ ਝਗੜਾ। ਜਿਹੜਾ ਗੁਰੂ ਘਰ ਨਿੰਦ ਪਾਉਂਦਾ ਉਹਦਾ ਕੋਈ ਸਤਿਕਾਰ ਥੋੜਾ ਹੁੰਦਾ ਹੁੰਦਾ ਦਰਬਾਰਾ। ਗੁਰੂ ਸਾਹਿਬ ਤੇ ਨਿੰਦਿਆ ਕਰਦਾ, ਗੁਰੂ ਦਾ ਵਿਰੋਧ ਕਰਦਾ, ਉਹ ਗੁਰੂ ਦਾ ਫੈਸਲਾ ਸੀ, ਸਾਡਾ ਆਪ ਦਾ ਥੋੜਾ ਫੈਸਲਾ ਆ। ਹੋਰ ਤੁਸੀਂ ਦੱਸੋ ਵੀ ਪੰਜਾਂ ਸਾਲਾਂ ਧੁੰਦੇ ਤੋਂ ਬਾਅਦ ਉੱਥੇ ਝਗੜਾ ਹੋਇਆ, ਆਪਣੀ ਕਿੰਨੀਆਂ ਪੱਗਾਂ ਲੱਥੀਆਂ ਵੇਚਦੀਆਂ? ਕੋਈ ਚੈਲੰਜ ਕਰਕੇ ਥੋੜਾ ਜਾਂਦਾ ਪੱਗ ਲਾਉਣ, ਵੀ ਅਸੀਂ ਚੱਲੇ ਹਾਂ ਉੱਥੇ ਪੱਗ ਲਾਈ ਜਾਊਗੀ? ਉਹ ਇਹ ਤਾਂ ਮਸਲਾ ਹੀ ਨਹੀਂ ਹੁੰਦਾ ਵੀ ਪੱਗ ਲਾਉਣੀ ਚਾਹੀਦੀ ਹੈ। ਜਿਹੜਾ ਮੌਜੂਦਾ ਸਮੇਂ 'ਚ ਸਵਾਲ ਫਿਰ ਇਹ ਪੈਦਾ ਹੋ ਰਿਹਾ ਹੈ, ਤੇ ਕਿਉਂਕਿ ਉਹਨਾਂ ਵੱਲੋਂ ਵੀ ਇਹ ਸਵਾਲ ਕੀਤਾ ਜਾਂਦਾ ਹੈ ਕਿ ਚਲੋ ਆਪਾਂ ਇੱਕ ਗੱਲ ਤੇ ਮੰਨ ਲੈਂਦੇ ਹਾਂ ਕਿ ਸਾਡੇ ਗੁਰਮੁਖ ਵੀਰ ਵੀ ਐਸੇ ਹੋਣਗੇ ਕਿ ਜਿਹੜੇ ਪੰਜ ਬਾਣੀਆਂ ਪੜ੍ਹਦੇ ਨੇ ਪਰ ਦੂਸਰੀਆਂ ਬਾਣੀਆਂ ਨਹੀਂ ਪੜ੍ਹਦੇ, ਜਾਂ ਅਗਿਆਨਤਾ ਬਸ ਨਹੀਂ ਪੜ੍ਹਦੇ, ਜਾਂ ਵੈਸੇ ਹੀ ਕਿਸੇ ਕਾਰਨ ਕਰਕੇ ਨਹੀਂ ਪੜ੍ਹਦੇ। ਸੋ ਸਵਾਲ ਇਸ ਵਕਤ ਇਹ ਖੜਾ ਕੀਤਾ ਜਾ ਰਿਹਾ ਕਿ ਭਾਈ ਜੇਕਰ ਕੋਈ ਸਿੱਖ ਕਹਿੰਦਾ ਕਿ ਜੀ ਮੈਂ ਵਿਰੋਧ ਨਹੀਂ ਕਰਦਾ ਪਰ ਮੈਂ ਗੁਰੂ ਗ੍ਰੰਥ ਸਾਹਿਬ ਤੋਂ ਬਗੈਰ ਹੋਰ ਕੋਈ ਬਾਣੀ ਪੜ੍ਹਨਾ ਨਹੀਂ ਚਾਹੁੰਦਾ, ਜਾਂ ਮੈਂ ਕਿਸੇ ਚੀਜ਼ ਨੂੰ ਹੋਰ ਨੂੰ ਮੰਨਣਾ ਨਹੀਂ ਚਾਹੁੰਦਾ, ਤਾਂ ਫਿਰ ਅਸੀਂ ਉਹਨੂੰ ਨਿੰਦਕ ਕਹਿਣਾ ਸ਼ੁਰੂ ਕਰ ਦਾਂਗੇ? ਨਹੀਂ ਪੱਕਾ ਜੀ, ਜਿਹੜਾ ਗੁਰੂ ਦੇ ਪੰਜ ਬਾਣੀਆਂ ਦੇ ਖਿਲਾਫ ਬੋਲਦਾ, ਦੇਖੋ ਜੀ ਜਿਹੜਾ ਚਾਹੇ ਮੂੰਹ ਨਾਲ ਉਹ ਬੋਲ ਕੇ ਨਹੀਂ, ਮੈਂ ਗੁਰੂ ਗ੍ਰੰਥ ਸਾਹਿਬ ਜੀ ਦੀ ਗੱਲ ਕਰ ਰਿਹਾ ਕਿ ਭਾਵੇਂ ਕੋਈ ਅਗਿਆਨਤਾ ਬਸ ਹੋਵੇ ਜਾਂ ਕੋਈ ਇਹ ਨਾ, ਮੈਂ ਇਹ ਨਹੀਂ ਕਹਿ ਰਿਹਾ ਕਿ ਵਿਰੋਧ ਕਰ ਰਹੇ ਨੇ, ਪਰ ਜੇ ਕੋਈ ਸਿੱਖ ਇਹ ਗੱਲ ਕਹਿ ਰਿਹਾ ਕਿ ਜੀ ਮੈਂ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹਨਾ ਚਾਹੁੰਦਾ ਤੇ ਮੈਂ ਉਹਨਾਂ ਬਾਣੀਆਂ ਨਾਲ ਹੀ ਜਿਹੜਾ ਪ੍ਰਚਾਰਕਾਂ ਹੋ ਸਕਦਾ ਕੋਈ ਸਧਾਰਨ ਕੋਈ ਸਿੱਖ ਮਤਲਬ ਹੋਵੇ ਜਿਹਨੂੰ ਬਾਣੀ ਸਮਝੇਗੀ, ਜਿੱਦਾਂ ਸਾਡਾ ਇੱਕ ਸਿੱਖ ਉਹਨੂੰ ਸਿੰਘ ਆ ਮਤਲਬ ਫਰਿੰਡ ਆ, ਉਹਨੂੰ ਪਤਾ ਨਹੀਂ ਸੀ ਚੌਬੀ ਸਾਹਿਬ, ਕਹਿੰਦਾ ਯਾਰ ਗੁਰੂ ਗ੍ਰੰਥ ਸਾਹਿਬ ਜੀ ਦੀ ਚੌਬੀ ਸਾਹਿਬ ਹੈ ਨਹੀਂ ਗਈ, ਉਹਨੂੰ ਪਤਾ ਨਹੀਂ ਸੀ। ਉਹਨਾਂ ਦੇ ਤੇ ਲਾਗੂ ਹੁੰਦਾ ਜੇ ਪ੍ਰਚਾਰਕਾਂ ਤੇ ਵੀ ਜਾਣ ਬੁੱਝ ਕੇ ਤੇ ਐਨ ਮਿਹਨਤ ਕਰਕੇ ਤੇ ਬਾਣੀਆਂ ਦੇ ਖੰਡਨ ਕਰਦੇ ਆ ਉਹ ਜੀ, ਏਦਾਂ ਥੋੜਾ ਪਧਕਾਰ ਦੇ ਸਕਦੇ? ਕੋਈ ਕਹੇ ਮੈਂ ਚੌਬੀ ਸਾਹਿਬ ਨਹੀਂ ਪੜ੍ਹਨੀ, ਕੋਈ ਜਾਪ ਸਾਹਿਬ ਨਹੀਂ ਪੜ੍ਹਨਾ, ਤੁਹਾਡੇ ਸਾਹਮਣੇ ਮਸਲੇ ਆਏ ਕਿ ਨਹੀਂ? ਮਸਲਾ ਚੱਲਿਆ ਕਿੱਥੋਂ ਸੀਗਾ ਤੇ ਕਿੱਥੇ ਆ ਕੇ ਖਲੋ ਗਿਆ ਜੀ? ਤੇ ਜੇ ਆਪਾਂ ਏਦਾਂ ਕਰਨੀ 2020-08 ਦੇ ਵਿੱਚ ਆਪਾਂ ਜੋਤੀ ਜੋਤ ਸਮਾਉਣਾ ਆਪਣੇ ਗੁਰਤਖ ਦੀ ਗੁਰੂ ਗ੍ਰੰਥ ਸਾਹਿਬ ਦਾ ਮਨਾਇਆ ਜੀ, ਉੱਥੇ ਦਰਬਾਰਾ ਸਿੰਘ ਸਿਉਣਾ ਉਹਨੇ ਮਤਲਬ ਇਸ਼ਤਿਹਾਰ ਵੰਡਦਾ ਸੀ, ਹੋਰ ਬੜੀਆਂ ਬੁੱਕਾਂ ਛਪਾਈਆਂ ਉਹਨੇ ਤੇ ਅੰਮ੍ਰਿਤਸਰ ਆ ਗਿਆ ਤੇ ਉਹਦੀ ਉਹਨਾਂ ਨੇ ਨਾਲੇ ਸਿਰ ਪਾੜਿਆ, ਨਾਲੇ ਉਹਦੀ ਪੱਗ ਲੱਥੀ, ਸਿੱਖਾਂ ਨੂੰ ਪਤਾ ਲੱਗਿਆ ਤੂੰ ਤੇ ਗੁਰੂ ਸਾਹਿਬ ਦੇ ਉਲਟ ਬੋਲਦਾ ਆ, ਕਿ ਗੁਰੂ ਸਾਹਿਬ ਦੇ ਕਹਿੰਦਾ ਸੀ ਗੁਰਤਖ ਦੀ ਦਿੱਤੀ ਨਹੀਂ, ਐਵੇਂ ਰੁਮਾਲਾ ਜਲਵੇਟੀ ਫਿਰਦੇ ਆ, ਬਾਅਦ ਚ ਕਹਿੰਦੇ ਚਲੋ ਗੱਡੀ ਵੀ ਚੜਾਤਾ ਉਹਨੂੰ ਜੀ ਪਟਿਆਲੇ ਵਾਲੇ ਨੂੰ, ਹਨਾ? ਪਰ ਹੁਣ ਇੱਥੇ ਸਵਾਲ ਮੈਂ ਤੁਹਾਡੇ ਵੱਲ ਵਾਪਸ ਆਉਣਾ ਬਾਬਾ ਚਰਨ ਸਿੰਘ ਜੀ, ਤੁਹਾਨੂੰ ਪੁੱਛਣਾ ਚਾਹਾਂਗਾ, ਅੱਜ ਸਭ ਤੋਂ ਵੱਡਾ ਜਿਹੜਾ ਸੰਗਤਾਂ 'ਚ ਭੁਲੇਖਾ ਕਹਿ ਲਓ ਜਾਂ ਮੁੱਦਾ ਬਣਾਇਆ ਜਾਂਦਾ ਹੈ, ਹਰ ਇੱਕ ਵਿਅਕਤੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪੰਕਤੀ ਲੈ ਕੇ ਉਹਦੇ ਅਰਥ ਕਰਦਾ ਹੈ, ਤੇ ਫਿਰ ਉਹ ਕਹਿੰਦਾ ਜੀ ਇਹਦੇ ਅਰਥ ਜਿਹੜੇ ਮੈਂ ਕੀਤੇ ਨੇ ਇਹ ਠੀਕ ਨੇ, ਜਿਹੜੇ ਦੂਸਰੇ ਅਰਥ ਕੀਤੇ ਹੋਏ ਨੇ ਉਹ ਗਲਤ ਨੇ, ਗੁਰੂ ਸਾਹਿਬ ਇਹ ਨਹੀਂ ਆਹ ਕਹਿ ਰਹੇ ਨੇ, ਫਿਰ ਇਸ ਦਾ ਫੈਸਲਾ ਕਿੱਦਾਂ ਹੋਵੇਗਾ ਕਿ ਭਾਈ ਕੌਣ ਜ਼ਿਆਦਾ? ਗੁਰੂ ਸਾਹਿਬ ਕਿਸੇ ਨੂੰ ਫਿਰ ਪਰਸਨਲੀ ਆ ਕੇ ਸਾਰਿਆਂ ਨੂੰ ਦੱਸਣਾ ਸ਼ੁਰੂ ਕਰਨਗੇ ਵੀ ਭਾਈ ਤੂੰ ਸਹੀ ਆ ਜਾਂ ਤੂੰ ਗਲਤ ਹੈ? ਹਰ ਇੱਕ ਬੰਦਾ ਇਹ ਗੱਲ ਕਹਿ ਰਿਹਾ ਜੀ ਜਿਹੜੇ ਅਰਥ ਮੈਂ ਕਰ ਰਿਹਾ ਜਾਂ ਜਿਹੜੀ ਪੰਕਤੀ ਮੈਂ ਪੜ੍ਹੀ ਆ ਇਹ ਠੀਕ ਹੈ, ਜਿਹੜੇ ਦੂਸਰੇ ਵਾਲੇ ਨੇ ਉਹ ਗਲਤ ਨੇ। ਪਹਿਲੀ ਤਾਂ ਗੱਲ ਇਹ ਆ ਵੀ ਬਘੇਲ ਸਿੰਘ ਜੀ, ਤੁਸੀਂ ਸਕੂਲੇ ਜਾਵੋ ਨਾ ਤੇ ਤੁਸੀਂ ਕਹੋ ਵੀ ਜਿਹੜੇ ਮੈਂ ਲਿਖ ਦਿੱਤੀ ਆ ਲਾਈਨ ਲਿਖੀ ਆ ਜੀ ਇਹ ਸਹੀ ਆ, ਤੇ ਸਕੂਲੇ ਕਦੇ ਗਏ ਨਹੀਂ, ਤੁਹਾਡੀ ਲਿਖੀ ਸਹੀ ਕਿੱਦਾਂ ਹੋਊ? ਪਹਿਲਾਂ ਸਿੱਖਣੀ ਤਾਂ ਪਊ ਨਾ, ਕਿਸੇ ਤੂੰ ਲਕੀਰਾਂ ਮਾਰ ਦਵੇ ਜੀ ਪੈਨ ਲੈ ਕੇ ਕਵੇਂ ਬਈ ਆਹ ਜੀ ਮੈਂ ਤਾਂ ਸਹੀ ਲਿਖਿਆ, ਆਹ ਲਿਖਿਆ ਮੈਨੂੰ ਪਤਾ ਲੱਗਦਾ ਮੈਂ ਕੀ ਲਿਖਿਆ, ਮੈਂ ਰੋਟੀ ਖਾਣੀ ਆ ਤੇ ਤੇਰੀਆਂ ਲਕੀਰਾਂ ਇੱਦਾਂ ਮਾਰੀਆਂ ਹੁਣ ਕਾਟੇ ਮਾਰੇ ਹੋਣ
ਦੂਆ ਕਹੂ ਇਹ ਗਲਤ ਆ, ਤੂੰ ਇਹ ਸਕੂਲੇ ਗਿਆ ਕਦੇ? ਵੀ ਰੋਟੀ ਖਾਣੀ ਆ ਤੇ ਉਹ ਰਾੜੇ ਅੱਖਰ ਵਰਤਣੇ ਪੈਣਗੇ ਜੀ, ਪਰ ਤੂੰ ਅੜੀ ਜਾਵੇਂ ਨਹੀਂ ਮੈਂ ਸਹੀ ਆ। ਤੇ ਫਿਰ ਬਘੇਲ ਸਿੰਘ ਜੀ ਛਿੱਤਰ ਖਾਣ ਵਾਲੀ ਗੱਲ ਹੀ ਆ। ਫਿਰ ਦੂਸਰੀ ਗੱਲ ਇਹ ਆ, ਮਸਲੇ ਦਾ ਹੱਲ ਫਿਰ ਕੋਈ ਨਾ ਹੋਇਆ। ਸੁਣੋ ਮੇਰੀ ਮੇਰੀ ਗੱਲ, ਤਾਂ ਹੱਲ ਮਸਲੇ ਪਹਿਲਾਂ ਵੀ ਏਦਾਂ ਹੁੰਦੇ ਰਹੇ ਆ ਜਿੱਦਾਂ ਹੋਣੇ ਆ, ਏਦਾਂ ਹੀ ਪਹਿਲਾਂ ਹੁੰਦੇ ਰਹੇ। ਪਹਿਲੀ ਗੱਲ ਇਹ ਆ ਵੀ ਗੁਰੂ ਮਹਾਰਾਜ ਜੀ ਨੇ ਜਿਹੜੇ ਮਸੰਦ ਜੀ ਅਨੰਦਪੁਰ ਸਾਹਿਬ ਖੂਹ ਦੇ ਵਿੱਚ ਸਿੱਟੇ ਜੀ, ਉਹਨਾਂ ਦੀਆਂ ਪੱਗਾਂ ਹੀ ਲਾ ਕੇ ਹੱਥ ਪੈਰ ਉਹਨਾਂ ਦੇ ਬੰਨ ਕੇ ਤੇ ਉਹ ਸਿੱਟੇ ਸੀ ਸਾਰੇ ਜੀ। ਉਹ ਕੌਣ ਸੀ? ਇੱਕ ਕਹਿੰਦਾ ਉਹ ਸਿੱਖ ਨਹੀਂ, ਉਹ ਤਾਂ ਹੋਰ ਸਿੱਟੇ ਮਸੰਦ ਸੀ। ਮੈਂ ਕਿਹਾ ਤੂੰ ਕੀ ਮਸੰਦਾਂ ਨੂੰ ਸਮਝਦਾ ਵੀ ਸਿੱਖ ਨਹੀਂ ਸੀ? ਉਹ ਤਾਂ ਸਤਿਕਾਰ ਯੋਗ ਸਿੱਖ ਸੀ, ਜਿੱਦਾਂ ਆਹ ਸਤਿਕਾਰ ਯੋਗ ਆ ਜੀ। ਇਹ ਪੱਗ ਦਾ ਰੌਲਾ ਪਾਉਂਦੇ ਵੀ ਪੱਗ ਲਾਤੀ ਲਾਤੀ, ਚਲੋ ਲੱਥੀ ਡਿੱਗ ਕੇ ਲੱਥੀ ਉਹਦੀ ਆਪਦੀ ਜੀ, ਲਾਤੀ ਲਾਤੀ। ਇਹਨਾਂ ਦੇ ਇੱਥੇ ਬਲਬਰਹਾਂਟਨ ਸੈਗਰਿਸਟਰੀ ਗੁਰਦੁਆਰਾ ਸਾਹਿਬ, ਇਹਨਾਂ ਦੇ ਬੰਦੇ ਨੇ ਮਸ਼ੀਨਰੀ ਨੇ ਇੱਕ ਨੇ ਆਪਦੀ ਪੱਗ ਮੋਹਰ ਸਿੰਘ ਨੇ ਆਪ ਲਾਈ ਸੀ ਸਿਰ ਤੋਂ, ਉਹਨੂੰ ਨਹੀਂ ਪਤਾ ਵੀ ਪੱਗ ਆ ਉਦੋਂ। ਇਹ ਸਿਰਫ ਆਪਦੀ ਕੁਟਨੀਤੀ ਜਿਹੜੀ ਹੈ ਨਾ, ਦੁੱਖ ਭੰਜਨੀ ਬੇਰ ਸਾਹਿਬ ਦੇ ਬਰਖਲਾਫ ਬੋਲਿਆ ਜੀ, ਉਸ ਦੇ ਉੱਤੇ ਪਰਦਾ ਪਾਉਣ ਲਈ ਇਹਨਾਂ ਨੇ ਜੋ ਗੁਰੂ ਸਾਹਿਬਾਂ ਦੇ ਬਰਖਲਾਫ ਬੋਲੇ ਉਹ ਤੇ ਪਰਦਾ ਪਾਉਣ ਲਈ ਪੱਗ 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 ਕਰਨਾ ਸ਼ੁਰੂ ਕਰ ਦਿੱਤਾ। ਕਿਉਂਕਿ ਕਈ ਇੱਥੇ ਕੇਸ ਹੁੰਦੇ ਦੇਖੇ ਤੁਸੀਂ, ਕਈ ਬੀਬੀਆਂ ਆਪਦੇ ਕੱਪੜੇ ਆਪ ਹੀ ਪਾੜ ਕੇ ਤੇ ਮੋਰ ਕੇਸ ਤੁਹਾਡੇ ਉੱਤੇ ਬਣਾਉਣਾ ਪੈ ਜਾਂਦੀਆਂ ਵੀ ਹੱਥ ਕੇ ਜਿੱਦ ਕੀਤੀ ਆ। ਇਹਨਾਂ ਦਾ ਇਹ ਕੰਮ ਸੀ। ਇਹਦੀਆਂ ਟੇਪਾਂ ਦੇ ਵਿੱਚੋਂ ਤੁਸੀਂ ਸੁਣੋਗੇ ਕਿ ਕਿਵੇਂ ਇਹ ਜਗਤਾਰ ਸਿੰਘ ਹਵਾਰਾ ਜੀ ਦੇ ਬਿਆਨਾਂ ਨੂੰ ਕਹਿੰਦਾ ਤੁਸੀਂ ਲਿਖਾ ਲਓ ਬਿਆਨ, ਆਪਾਂ ਤਰੋੜ ਮਰੋੜ ਆਪੇ ਲਵਾਂਗੇ ਜੀ, ਉਹ ਕੱਢ ਲਵਾਂਗੇ ਜੋ ਵਰਤਣਾ। ਉਹ ਮੈਨੂੰ ਦੱਸ ਵੀ ਇਹ ਕਿੱਥੇ ਦਾ ਪ੍ਰਚਾਰ ਕਿਆ, ਜਿਹੜਾ ਬੰਦਾ ਇਹ ਕੌਮ ਦਾ ਤੇ ਧਰਮ ਦਾ ਪ੍ਰਚਾਰ ਕਰਦਾ ਤਾਂ, ਔਰ ਬੇਈਮਾਨੀ ਇਹਦੀ ਬੋਲੀ ਭਰੀ ਭਰ ਹੋ ਰਹੀ ਆ। ਮੈਂ ਇੱਕ ਹੋਰ ਬੇਨਤੀ ਕਰਦਾ, ਇੱਕ ਮੈਂ ਥੋੜੀ ਬੇਨਤੀ ਕਰ ਲੈਂਦਾ, ਕਿਉਂਕਿ ਇਹਨਾਂ ਦੇ ਵਿੱਚ ਹੁਣ ਜਿਹੜੇ ਬੋਲਦੇ ਆ ਵੀ ਪਾਣੀ ਦੇ ਉੱਤੇ ਬਾਣੀ ਦਾ ਕੀ ਅਸਰ ਪੈਂਦਾ, ਕੋਈ ਅਸਰ ਨਹੀਂ ਪੈਂਦਾ ਜੀ। ਉਹ ਪੰਜਾਂ ਆਪਣੇ ਜਿਹੜੀ ਅੰਮ੍ਰਿਤ ਦੀ ਖੰਡੇ ਵਾਟੇ ਦੀ ਰਹਿਤ ਆ ਨਾ, ਉਸ ਦੇ ਉੱਤੇ ਅਟੈਕ ਆ, ਔਰ ਕਰ ਕੁਝ ਤਰੀਕੇ ਰਹੇ ਆ, ਕੁਝ ਤਰੀਕੇ ਨਾਲ ਕਈਆਂ ਨੇ ਸਾਹਮਣੇ ਕੀਤਾ ਕਿ ਅੰਮ੍ਰਿਤ ਹੈ ਹੀ ਨਹੀਂ ਜੀ, ਕੋਈ ਅੰਮ੍ਰਿਤ ਨਹੀਂ। ਜਿਹੜੇ ਕਹਿੰਦੇ ਵੀ ਇਹਦਾ ਅਸਰ ਕਿੱਦਾਂ ਹੋਜੂ ਪਾਣੀ ਦੇ ਉੱਤੇ ਜੀ, ਉਹਨਾਂ ਨੂੰ ਇਹ ਪੁੱਛਣਾ ਚਾਹੀਦਾ ਵੀ ਜਿੱਦਣ ਭਾਈ ਤਾਰੂ ਸਿੰਘ ਦਾ ਜੋੜਾ ਜਕਰੀਆ ਖਾਨ ਦੇ ਸਿਰ ਦੇ ਉੱਤੇ ਕੱਪੜਿਆਂ ਸਣੇ ਲਾਇਆ ਜੀ, ਤੇ ਉਹਦਾ ਵੰਨ ਨਹੀਂ ਟੁੱਟਾ ਪਿਸ਼ਾਬ ਦਾ, ਉਹ ਫਿਰ ਕਹਿੰਦਾ ਵੀ ਕੱਪੜੇ ਦੇ ਵਿੱਚੋਂ ਲਾ ਲਓ, ਉਹਨਾਂ ਨੇ ਵੀ ਕਿਹਾ ਵੀ ਨੰਗਾ ਕਰਕੇ ਮਾਰੇਗਾ ਤੇ ਫਿਰ ਗੱਲ ਬਣਨੀ ਆ। ਸਵੇਕ ਸਿੰਘ ਹੋਣਾ ਨੇ ਕਿਹਾ, ਉਹਨੇ ਕਿਹਾ ਵੀ ਨੰਗਾ ਕਰਕੇ ਲਾ ਮੇਰੇ ਸਿਰ ਤੇ ਲਾਓ। ਉਹ ਪਹਿਲਾਂ ਇੱਦਾਂ ਥੋੜਾ ਹੌਲੀ ਹੌਲੀ ਮਾਰਿਆ ਤੇ ਉਹਦਾ ਥੋੜਾ ਥੋੜਾ ਪਿਸ਼ਾਬ ਚੱਲਿਆ। ਮੈਨੂੰ ਇਹ ਦੱਸੋ ਵੀ ਜੋੜੇ ਵਿੱਚ ਦੀ ਦਵਾਈ ਜਾਂਦੀ ਸੀ ਅੰਦਰ ਥੱਲੇ ਪਿਸ਼ਾਬ ਵਾਲੇ ਥਾਂ ਤੇ ਵੀ ਜਿਹੜਾ ਪਿਸ਼ਾਬ ਤੁਰਦਾ ਸੀ? ਬਚਨੀ ਉਹ ਬਚਨ ਦਾ ਅਸਰ ਉਹਦੇ ਜਾ ਰਿਹਾ ਸੀ ਤੇ ਉਹਦਾ ਪਿਸ਼ਾਬ, ਫਿਰ ਉਹ ਆਪ ਹੀ ਕਹਿਣ ਲੱਗਾ ਵੀ ਜ਼ੋਰ ਜ਼ੋਰ ਨਾਲ ਮਾਰੋ। ਇਹ ਸਾਰਾ ਨਾਲੇ ਇਤਿਹਾਸ ਸਾਹਮਣੇ ਕਿ 22 ਦਿਨ ਉਹਦੇ ਸਿਰ ਦੇ ਵਿੱਚ ਜੁੱਤੀਆਂ ਆਪ ਹੀ ਮਾਰਦਾ ਰਿਹਾ ਜੀ, ਤੇ ਉਹਦੇ ਨਾਲ ਇਹਦਾ ਮੈਂ ਬੋਲਿਆ। ਮੈਂ ਇੱਕੋ ਸਕਿੰਟ ਇੱਕੋ ਪੁਆਇੰਟ ਹੋਰ ਕਹਿਣਾ, ਜਿੱਦਣ ਨਾ ਹੁਣ ਭਾਈ ਆਪਣੇ ਰਣਜੀਤ ਸਿੰਘ ਹੋਣੀ ਕਹਿ ਰਹੇ ਆ ਵੀ ਦੇਖੋ ਜੀ ਬਾਣੀ ਤੇ ਕਿੱਦਾਂ ਅਸਰ ਹੋਜੂ, ਬਾਣੀ ਦੇ ਕਾਨਿਆਂ ਜਾਂ ਫਲਾਣਾ ਧੀਂਗੜਾ ਆ, ਬਾਣੀ ਪੜ੍ਹਨ ਦਾ ਪਾਣੀ ਤੇ ਕਿੱਦਾਂ ਅਸਰ ਹੋਜੂ, ਇਹ ਤਾਂ ਦਿਮਾਗ ਤੇ ਅਸਰ ਹੋਣਾ। ਜਿੱਦਣ ਇਹਨਾਂ ਦੀ ਕਾਰ ਦੇ ਬਾਹਰਲੇ ਪਾਸੇ ਰੌਲਾ ਪੈਂਦਾ ਵੀ ਫੜ ਲਓ ਤੇ ਪਿਸ਼ਾਬ ਅੰਦਰ ਨਿਕਲਦਾ ਸੀ, ਉਹ ਬਾਣੀ ਦਾ ਅਸਰ ਆ, ਉਹ ਬੋਲਾਂ ਦਾ ਅਸਰ ਸੀ ਤੇ ਅੰਦਰ ਜਾ ਰਿਹਾ ਸੀ, ਉਹ ਸਾਰਿਆਂ ਦੇ ਸਾਹਮਣੇ ਆ। ਔਰ ਆਪ ਕਿਹਾ ਵੀ ਸਾਡੇ ਦੀ ਕਮਜ਼ੋਰੀ ਵੀ ਹੋ ਸਕਦੀ ਆ ਚੰਦ ਸਿੰਘ ਜੀ, ਕਿਉਂਕਿ ਜਿਹੜਾ ਚੋਰ ਬੰਦਾ ਹੈ ਚਲੋ ਉਹ ਤਾਂ ਡਰਦਾ ਹੀ ਹੁੰਦਾ, ਪਰ ਇੱਥੇ ਮੈਂ ਸਵਾਲ ਤੁਹਾਨੂੰ ਜਿਹੜਾ ਕਰਨ ਜਾ ਰਿਹਾ ਸੀ ਕਿ ਜੇ ਮੇਰੇ ਕਹਿਣ ਦਾ ਮਤਲਬ ਆ ਇਹਦੇ ਨਾਲ ਹੀ ਬਾਣੀ ਦਾ ਬੋਲਾਂ ਦਾ ਅਸਰ ਆ, ਜਿੱਦਾਂ ਦੇ ਵੀ ਤੁਸੀਂ ਬੋਲਦੇ ਆ ਉਹਨਾਂ ਦਾ ਉਸੇ ਤਰ੍ਹਾਂ ਦਾ
ਦੂਏ ਪਾਸੇ ਅਸਰ ਪੈਂਦਾ। ਤੇ ਮੈਂ ਤੁਹਾਨੂੰ ਇਹ ਗੱਲ ਪੁੱਛਣਾ ਚਾਹ ਰਿਹਾ ਸੀ ਕਿ ਅਸਰ ਪੈਂਦਾ, ਇਹ ਲੋਕ ਨਿੰਦਿਆ ਕਰਦੇ ਨੇ, ਤੁਸੀਂ ਬੇਰੀਆਂ ਦੀ ਗੱਲ ਕੀਤੀ ਹੈ, ਫਿਰ ਸਵਾਲ ਇਹ ਵੀ ਪੈਦਾ ਹੁੰਦਾ ਵੀ ਜਿਹੜੇ ਸਵਰਗਾਂ ਚੋਂ ਸੰਤਰੇ ਲਿਆਉਣ ਦੀ ਗੱਲ ਕਰਦੇ ਨੇ ਉਹਨਾਂ ਬਾਰੇ ਫਿਰ ਤੁਹਾਡੀ ਕੋਈ ਸਟੇਟਮੈਂਟ ਨਹੀਂ, ਉਹਨਾਂ ਨੂੰ ਤੁਸੀਂ ਕੁਛ ਨਹੀਂ ਕਹਿੰਦੇ, ਤੇ ਇਹਨਾਂ ਦੇ ਵਾਸਤੇ ਤੁਹਾਡਾ ਮੈਂ ਬੇਨਤੀ ਕਰਾਂ ਇਹਨਾਂ ਦਾ ਜਾ ਕੇ ਤੇ ਕਮੇਟੀ ਨੂੰ, ਸਾਡਾ ਫਰਜ਼ ਸੀ ਕਮੇਟੀ ਨੂੰ ਦੱਸਣਾ ਸੁਣਾਈਆਂ ਟੇਪਾਂ ਜੀ ਬਈ ਆ ਹੈ ਜੀ, ਜੇ ਇਹ ਕਿਸੇ ਨਾਲ ਬਹਿਸ ਕੇ ਫਸ ਪਿਆ ਤੇ ਸਾਡਾ ਉਹਦੇ ਵਿੱਚ ਨਹੀਂ ਕੋਈ ਹੈਗਾ ਕਸਰ, ਭਾਵੇਂ ਤੂੰ ਮੇਰੇ ਨਾਲ ਬਹਿਸ ਪਾ ਜੀ, ਆਪਾਂ ਹੁਣ ਤੂੰ ਮੇਰੇ ਨਾਲ ਬਹਿਸ, ਮੈਂ ਤਾਂ ਆਪ ਤੁਹਾਨੂੰ ਮਾਰ ਹੀ ਦੇਣਾ ਜੀ, ਤੇ ਦਸਤਾਰਾਂ ਕਿਹੜੀਆਂ ਵੀ ਕਿਲ ਠੋਕੇ ਵਿੱਚ ਲੱਥਣੀ ਨੇ, ਨਹੀਂ ਚਲੋ ਉਹ ਗੱਲ ਹੋ ਗਈ, ਮੈਂ ਜਿਹੜੀ ਗੱਲ ਪੁੱਛੀ ਆਪਦਿਆਂ ਵਾਸਤੇ ਮੈਂ ਸੁਣ ਲਓ ਮੇਰੀ ਗੱਲ ਤਾਂ ਕਰਨ ਦਿਓ ਜੀ, ਤਾਂ ਹੀ ਗੱਲ ਕਰਨ ਦੇਵੇਗਾ ਤਾਂ ਫੇਰ ਹੀ ਦੱਸੂਗਾ ਜੀ, ਉਹਨਾਂ ਨੇ ਵੀ ਜਾ ਕੇ ਕਿਹਾ ਵੀ ਆਈਡੀਆਂ ਗੱਪਾਂ ਕਾਹਤੋਂ ਮਾਰਦੇ ਆ ਜੀ, ਦੂਜੀ ਗੱਲ ਉਹ ਗਾਪਿਆ ਇਹ ਗੁਰੂ ਕੀ ਨਿੰਦਿਆ, ਉਹ ਗਾਪਿਆ ਅੱਛਾ ਜੀ, ਕਿਉਂਕਿ ਛੇਵੇਂ ਪਾਤਸ਼ਾਹ ਦੇ ਸਮੇਂ ਦੇ ਵਿੱਚ ਇੱਕ ਪੰਡਿਤ ਕੋਲੋਂ ਕਥਾ ਕਰਾਉਂਦੇ ਸੀ, ਉਹ ਸਿੱਖ ਚਾਰ ਬੈਠੇ ਕਰਨ ਲੱਗ ਪਿਆ, ਪੰਡਿਤ ਕਹਿੰਦਾ ਸਾਲ ਦੇ ਵਿੱਚ ਪਹੁੰਚਦੀ ਰੂਹ ਜੀ, ਤੇ ਇੱਕ ਸਿੱਖ ਕਹਿੰਦਾ ਵੀ ਮੈਂ ਤਾਂ ਇੱਕ ਦਿਨ ਚ ਚਲ ਜਾਣਾ, ਦੂਆ ਕਹਿੰਦਾ ਮੈਂ ਅੱਠਾਂ ਘੜੀਆਂ, ਦੂਆ ਚੋਂ ਚ, ਇੱਕ ਕਹਿੰਦਾ ਮੇਰਾ ਤਾਂ ਅੱਖ ਅੱਖ ਪਲਕਾਰੇ ਦੇ ਵਿੱਚ ਆ, ਉਹ ਪੰਡਿਤ ਨੇ ਆ ਕੇ ਛੇਵੇਂ ਪਾਤਸ਼ਾਹ ਕੋਲ ਸ਼ਿਕਾਇਤ ਲਾਈ ਵੀ ਮੈਨੂੰ ਮਸ਼ਕਰੀਆਂ ਕਰਦੇ ਆ ਜੀ, ਤੇ ਛੇਵੇਂ ਪਾਤਸ਼ਾਹ ਨੇ ਫਿਰ ਉਹਨਾਂ ਨੂੰ ਉਸ ਪੰਡਿਤ ਨੂੰ ਕਿਹਾ ਵੀ ਤੂੰ ਛੇ ਮਹੀਨੇ ਇੱਥੇ ਰਹਿ, ਆ ਜਾਪ ਕਰ, ਉਦੋਂ ਬਾਅਦ ਤੇਰੀ ਗੱਲ ਦਾ ਜਵਾਬ ਦਿਆਂਗੇ। ਜਦੋਂ ਉਹਨੇ ਜਾਪ ਕੀਤਾ ਤੇ ਉਸ ਨੂੰ ਆਪ ਮਹਿਸੂਸ ਹੋਣ ਲੱਗ ਪਿਆ ਵੀ ਮੈਂ ਅੱਖ ਫਰੋਕੇ ਦੇ ਵਿੱਚ ਜਾ ਸਕਦਾ, ਇਹ ਤਾਂ ਗੁਰੂ ਨੇ ਕਿਰਪਾ ਕਰਨੀ ਸੀ ਜੀ। ਜਿਹੜਾ ਕੋਈ ਕਹਿੰਦਾ ਵੀ ਮੈਂ ਸੰਤਰੇ ਲੈ ਆਇਆ ਸੱਚਖੰਡ ਦੇ ਵਿੱਚੋਂ ਜੀ, ਅਸੀਂ ਕਹਿੰਦੇ ਵੀ ਸਾਡੇ ਮੰਨਣ ਯੋਗ ਨਹੀਂ, ਤੇ ਜਿਹੜੇ ਕਹਿੰਦੇ ਵੀ ਸਾਡੇ ਸਾਧੂ ਮਹਾਤਮਾ ਵੱਡੇ ਹੋਏ 65-65 ਘੰਟੇ 70-70 ਘੰਟੇ ਚੌਂਕੜਾ ਮਾਰ ਕੇ ਤੇ ਸਿਮਰਨ ਕਰਦੇ ਸੀ ਇੱਕ ਚੌਂਕੜੇ ਤੇ, ਉਹਨੇ ਗਿਆਨੀ ਠਾਕੁਰ ਸਿੰਘ ਨੇ ਕਿਹਾ ਆ ਜੀ, ਉਹ ਵੀ ਗਿਆਨੀ ਠਾਕੁਰ ਸਿੰਘ ਨੇ ਕਿਹਾ, ਭਾਈ ਰਣਧੀਰ ਸਿੰਘ ਜੀ ਇੰਨੇ ਘੰਟੇ, ਉਸੇ ਗਿਆਨੀ ਠਾਕੁਰ ਸਿੰਘ ਨੇ, ਭਾਈ ਰਣਧੀਰ ਸਿੰਘ ਜੀ ਖੰਡ ਕੀਰਤਨੀ ਜਥੇ ਵਾਲੇ ਇੰਨੇ ਘੰਟੇ ਚੌਂਕੜਾ ਮਾਰ ਕੇ ਸਿਮਰਨ ਕਰਦੇ, ਅਖੰਡ ਪਾਠ ਸਾਹਿਬ ਉਹ ਬਹਿ ਕੇ ਇੱਕ ਚੌਂਕੜੇ ਸੁਣਦੇ, ਜੇ ਤੇਰੇ ਕੋਲੋਂ ਨਹੀਂ ਸੁਣਿਆ ਜਾਂਦਾ, ਮੇਰੇ ਕੋਲੋਂ ਨਹੀਂ ਸੁਣਿਆ ਜਾਂਦਾ, ਤਾਂ ਮੈਂ ਕਹਾਂ ਵੀ ਭਾਈ ਰਣਧੀਰ ਸਿੰਘ ਜੀ ਗਲਤ ਸੀਗੇ। ਨਹੀਂ ਉਹ ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ ਜੀ, ਠੀਕ ਹੈ, ਗਲਤ ਜਾਂ ਸਹੀ ਨਹੀਂ ਸੀ, ਪਰ ਜਿੰਨੇ ਵੱਡੇ ਪੱਧਰ ਤੇ ਵਿਰੋਧ ਦੂਜਿਆਂ ਦਾ ਕੀਤਾ ਜਾਂਦਾ ਹੈ, ਭਾਵ ਹੁਣ ਉਹ ਵੀ ਸਟੇਜਾਂ ਤੇ ਕਥਾ ਕਰਦੇ ਨੇ ਜਾਂ ਆਉਂਦੇ ਨੇ, ਵੀ ਉਹਨਾਂ ਨੂੰ ਫਿਰ ਰੋਕਣ ਜਾਂਦੇ ਆ, ਪ੍ਰਬੰਧਕਾਂ ਨੂੰ ਬੇਨਤੀ ਕਰੋ ਜੇ ਕੋਈ ਸੱਦਦਾ ਤਾਂ ਅਸੀਂ ਉੱਥੇ ਜਾਂਦੇ, ਕਈ ਇੱਥੇ ਹੁਣ ਤੇਰੇ ਸਾਹਮਣੇ ਜੀ ਬਈ ਸਾਰੇ ਮਹਾਰਾਜ ਦੇ ਕੋਲ ਹੀ ਮਸਾਂ ਦੇ ਜਿਹੜੇ ਸੀਗੇ ਉਹ ਸਾਰਾ ਕੁਝ ਕਰਦੇ ਰਹੇ ਜੀ, ਜਦੋਂ ਬੇਨਤੀ ਕੀਤੀ ਵੀ ਸੱਚੇ ਪਾਤਸ਼ਾਹ ਆਹ ਕੁਛ ਆ ਹਾਲ ਮਰਾਸੀਆਂ ਨੂੰ ਨਕਲ ਲਾ ਕੇ ਦਿਖਾ ਲਈ ਵੀ ਆਹ ਕੁਛ ਕਰਦੇ ਮਸੰਦ, ਉਸ ਵੇਲੇ ਮਹਾਰਾਜ ਨੇ ਮਸੰਦ ਸੱਦੇ, ਨਹੀਂ ਤਾਂ ਬਈ ਮਹਾਰਾਜ ਦੇ ਕੋਲ ਹੀ ਸੀ ਪਹਿਲਾਂ ਕਰਦੇ, ਜੇ ਤੋਂ ਮਸੰਦ ਮਹਾਰਾਜ ਦੇ ਦਰਬਾਰ ਦਾ ਮੋਹਰੇ ਮੁਖੀਆ ਸੀ, ਜਦੋਂ ਕਿਸੇ ਸਿੱਖ ਨੇ ਕੜੇ ਲਿਆ ਕੇ ਦਿੱਤੇ ਤੇ ਉਹ ਕਹਿੰਦਾ ਮੈਂ ਦੇ ਦੂੰਗਾ ਤੇ ਤੂੰ ਚੱਲ ਬਾਹਰ ਰਹਿ, ਉਹ ਕੜੇ ਮਹਾਰਾਜ ਦੇ ਕੋਲ ਉਹਨੇ ਪਹੁੰਚਾਏ ਨੇ ਘਰੋਂ ਲੈ ਗਿਆ, ਉਹ ਸਿੱਖ ਬੈਠਾ ਰਿਹਾ ਵੀ ਦੇਖਦਾ ਵੀ ਮੈਂ ਕੜੇ ਦੇਖਣੇ ਮਹਾਰਾਜ ਦੇ ਪਾਏ, ਤੇ ਉਹਨਾਂ ਕੰਗਣ ਸੀ ਉਹਨਾਂ ਨੂੰ ਲਿਖਿਆ ਉਦੋਂ ਦਾ, ਉਹ ਬੈਠਾ ਰਿਹਾ ਤੇ ਉਹਨੂੰ ਉਹ ਅੰਦਰ ਨਾ ਜਾਣ ਦੇਵੇ, ਉਹ ਕਹੇ ਤੂੰ ਭੱਜਾ ਜਾ ਹੁਣ ਤੂੰ ਤੇਰੇ ਪਹੁੰਚਾ ਤੇ ਅਗੜੇ ਜੀ, ਉਹ ਜੋ ਬੈਠਾ ਰਿਹਾ ਤਾਂ ਹੁਣ ਗੁਰੂ ਮਹਾਰਾਜ ਦੇ ਅੱਗੇ ਅਰਦਾਸਾ ਕਰਦਾ ਰਿਹਾ ਸੱਚੇ ਪਾਤਸ਼ਾਹ ਮੇਰੀ ਦਸਵੇਂ ਪਾਤਸ਼ਾਹ ਦੀ ਗੱਲ ਹੈ ਜੀ, ਕਿ ਮੇਰੀ ਇੱਛਾ ਸੀ ਮੈਂ ਤੁਹਾਨੂੰ ਦੇਖਾਂ ਪਾਇਆ ਤੋਂ, ਗੁਰੂ ਮਹਾਰਾਜ ਜੀ ਨੇ ਫਿਰ ਸਿੱਖਾਂ ਨੂੰ ਕਿਹਾ ਵੀ ਇੱਕ ਸਿੱਖ ਬਾਹਰ ਬੈਠਾ ਉਹ ਸੋਚ ਰਿਹਾ ਜਾਣੀ ਸਾਡੇ ਬਾਰੇ ਯਾਦ ਕਰ ਰਿਹਾ, ਉਹਨੂੰ ਲਿਆਓ, ਜਦੋਂ ਲਿਆਂਦਾ ਤੇ ਫਿਰ ਚੇਤੋਂ ਰੋਕ ਨਹੀਂ ਸਕਦਾ, ਦਸਵੇਂ ਪਾਤਸ਼ਾਹ ਨੇ ਸੱਦਿਆ ਅੰਦਰ ਜੀ,
ਜਦੋਂ ਗਿਆ ਤੇ ਉਹ ਕਹਿੰਦੇ ਵੀ ਸਿੱਖਾਂ ਕੀ ਗੱਲ, ਕਹਿੰਦਾ ਮਹਾਰਾਜ ਮੇਰੀ ਇੱਛਾ ਸੀਗੀ ਮੈਨੂੰ ਲੰਘਣ ਨਹੀਂ ਦਿੰਦਾ ਜਿਹੜਾ ਬਾਹਰ ਆ, ਤੇ ਉਹ ਮੈਂ ਕੰਗਣ ਭੇਜੇ ਸੀਗੇ ਸੋਨੇ ਦੇ। ਉਹ ਕਹਿੰਦੇ ਅੱਛਾ ਤੈਂ ਭੇਜ ਦਿੱਤੇ ਸਾਨੂੰ ਮਿਲ ਗਿਆ, ਪਰ ਉਹਨਾਂ ਨੇ ਸਿੱਖਾਂ ਨੂੰ ਕਿਹਾ ਲਿਆਓ ਚੇਤੋਂ ਨੂੰ ਇੱਥੇ ਸਦੋ। ਉਹਨੂੰ ਕਿਹਾ ਤੂੰ ਅਜੇ ਵੀ ਸੱਚ ਦੱਸ ਦੇ, ਲੋਭ ਕਰਕੇ ਤਾਂ ਕਰ ਲਿਆ, ਸੱਚ ਦੱਸ ਦੇ ਛੱਡ ਦਿਆਂਗੇ ਤੈਨੂੰ। ਪਰ ਉਹ ਚੇਤੋ ਜਦੋਂ ਮੱਤ ਮਾਰ ਹੁੰਦੀ ਨਾ, ਜਿੱਦਾਂ ਇਹਨਾਂ ਦੀ ਮਾਰ ਹੋਈ ਹੁਣ ਪੰਜਾਂ ਦਸਾਂ ਜਿਹੜੇ ਇਹਨਾਂ ਨੇ ਨਾਂ ਲਏ ਆ, ਜਦੋਂ ਮੱਤ ਮਾਰ ਹੁੰਦੀ ਫਿਰ ਬੰਦਾ ਸਹੀ ਨਹੀਂ ਹੁੰਦਾ, ਜਿਵੇਂ ਹੁਣ ਢੱਡੀਆਂ ਵਾਲਾ ਵੀ ਕਰੀ ਜਾਂਦਾ ਰੋਜ਼ ਦੀ ਰੋਜ਼, ਆ ਸੰਗਤਾਂ ਦੇ ਆਪੇ ਸਾਹਮਣੇ ਆ ਜਾਣਾ। ਉਹ ਜਦੋਂ ਨਾ ਮੰਨਿਆ ਤੇ ਫਿਰ ਚੇਤੋ ਨੇ ਸਿੱਖ ਆਪਣਾ ਭੇਜਿਆ ਔਰ ਉਹ ਉਹਨਾਂ ਦੇ ਘਰੋਂ ਕੰਗਣ ਲਿਆਂਦੇ। ਕੰਗਣ ਲਿਆ ਕੇ ਤੇ ਫਿਰ ਉਹ ਚੇਤੋ ਨੂੰ ਕੜਾਏ ਤੱਤੇ ਦੇ ਵਿੱਚ ਪਾ ਕੇ ਤੇ ਸਾੜਿਆ ਜੀ, ਕੜਾ ਉਬਾਲ ਕੇ, ਗੁੜ ਤੱਤਾ ਸਿੱਟ ਕੇ ਉਬਾਲ ਕੇ ਚੇਤੋ ਮਸੰਗ ਨੂੰ ਮਾਰਿਆ। ਉਹਦੀ ਪੱਗ ਲਾ ਕੇ ਮਾਰਿਆ ਸੀ, ਉਹ ਸਣੇ ਪੱਗ ਤਾਂ ਨਹੀਂ ਸਿੱਟਿਆ। ਹੁਣ ਮਤਲਬ ਜਿਹੜੀ ਗੱਲ ਇਹ ਕਰਦੇ ਰੌਲਾ ਪਾਉਂਦੇ, ਇਹ ਦੇਖ ਨਹੀਂ ਰਹੇ ਵੀ ਇਹ ਗੁਰੂ ਸਾਹਿਬਾਂ ਦੇ ਉਲਟ ਕੀ ਬੋਲ ਰਿਹਾ। ਪਰ ਉੱਥੇ ਬਾਬਾ ਚਰਨ ਸਿੰਘ ਜੀ, ਮੈਂ ਤੁਹਾਡੇ ਵੱਲ ਬਾਅਦ ਚ ਆਉਣਾ ਆ, ਭਾਈ ਵਰਿੰਦਰ ਸਿੰਘ ਜੀ ਮੈਂ ਤੁਹਾਨੂੰ ਪੁੱਛਣਾ ਚਾਹਾਂਗਾ ਕਿ ਇਤਿਹਾਸ ਪੜ੍ਹਦੇ ਆ, ਦਾਸ ਨੂੰ ਵੀ ਮੌਕਾ ਮਿਲਿਆ ਕਿਤਾਬਾਂ ਪੜ੍ਹਨ ਦਾ, ਕਿਉਂਕਿ ਕਿਤਾਬਾਂ ਮਨੁੱਖਾਂ ਦੀਆਂ ਲਿਖੀਆਂ ਹੋਈਆਂ ਨੇ, ਕੋਈ ਐਸੀ ਤਾਂ ਗੱਲ ਹੈ ਨਹੀਂ ਕਿ ਕੋਈ ਇਲਾਹੀ ਫਰਮਾਨ ਹੈ। ਗੁਰਬਾਣੀ ਤੋਂ ਬਗੈਰ ਜੋ ਵੀ ਕੁਛ ਹੈ ਉਹ ਇਨਸਾਨ ਦੁਆਰਾ ਲਿਖਿਆ ਗਿਆ ਤੇ ਇਨਸਾਨ ਭੁੱਲਣਹਾਰ ਹੈ, ਗੁਰਬਾਣੀ ਵੀ ਕਹਿੰਦੀ ਹੈ। ਤੇ ਜੇਕਰ ਇਤਿਹਾਸ ਦੇ ਵਿੱਚ ਕਿਤੇ ਕੋਈ ਕਮੀ ਹੈ ਜਾਂ ਕਿਤੇ ਕੋਈ ਸ਼ਬਦ ਐਸਾ ਆ ਜਾਂਦਾ ਹੈ ਤੇ ਉਹਨਾਂ ਵੱਲੋਂ ਇਹ ਗੱਲ ਕਹੀ ਜਾਂਦੀ ਹੈ ਜੀ, ਅਸੀਂ ਉੱਥੋਂ ਪੜ੍ਹ ਕੇ ਇਸ ਗੱਲ ਦੀ ਗੱਲ ਕੀਤੀ ਹੈ ਵੀ ਉਹਦੀ ਸੋਧ ਕਰਨੀ ਚਾਹੀਦੀ ਹੈ, ਨਾ ਕਿ ਸਾਨੂੰ ਫੜਨਾ ਚਾਹੀਦਾ, ਇਹਦਾ ਕੀ ਜਵਾਬ ਦਿਓ? ਦੂਜਾ ਬੇਨਤੀ ਹੈ, ਜਿੱਦਾਂ ਹੁਣ ਆਪਣੀ ਦਮਦਮੀ ਚ ਸਾਲ ਦਸਵੀਂ ਪਾਤਸ਼ਾਹ ਨੇ ਸ਼ੁਰੂ ਕੀਤੀ ਸੀ ਇਸ ਗੱਲ ਲਈ, ਸੰਥਿਆ ਕਰਾਉਣ ਲਈ, ਬਾਣੀ ਪੜ੍ਹਾਉਣ ਲਈ, ਹੋਰ ਸਾਰੀ ਵਿੱਦਿਆ ਪੜ੍ਹਾਉਣ ਲਈ, ਆਪਾਂ ਸਿੱਖਾਂ ਨੂੰ ਹੁਕਮ ਵੀ ਹੈਗਾ ਵੀ ਆਪਾਂ ਦਮਦਮੀ ਸਾਲ ਗੁਰੂ ਕੀ ਖਾਂਸੀ ਤੋਂ ਸ਼ੁਰੂ ਹੋਈ ਸੀ ਉਹ ਤੋਂ ਵਿੱਦਿਆ ਪ੍ਰਾਪਤ ਕਰੀਏ ਜੀ। ਤਕਰੀਬਨ ਗੋਰਿਆਂ ਤੋਂ ਪਹਿਲਾਂ ਸਾਰੀ ਵਿੱਦਿਆ ਸਿਰਫ ਉਹਨਾਂ ਐਕਸੈਂਟ ਵੀ ਜਿਹੜਾ ਚੱਲਦਾ ਹੈ ਉਹੋ ਹੀ ਸੀਗਾ, ਬਾਅਦ ਜਾਂ ਮਿਸ਼ਨਰੀ ਦਾ ਜੇ ਪੜ੍ਹੇ ਲਿਖੇ ਆਏ ਨਹੀਂ ਤਾਂ ਤੁਸੀਂ ਉਹ ਬਾਣੀ ਪੜ੍ਹ ਲਿਓ ਜੀ, ਤੁਹਾਨੂੰ ਪਤਾ ਲੱਗ ਜਾਊਗਾ ਵੀ ਭਾਠੀ ਸਿੰਘ ਜਾਂ ਪਾਠ ਕਰਦਾ ਵੀ ਇਹਨੇ ਕਿੱਥੋਂ ਪਾਠ ਕੀਤਾ ਜੀ। ਉਹਦੀ ਸਿਹਾੜੀਆਂ ਵਿਹਾਰੀਆਂ ਹਾਏ ਹੋ ਗਏ, ਸਾਰਾ ਔਂਕੜ ਦਰੌਂਕੜ ਛੱਡੀ ਜਾਣੇ ਸਾਰੇ ਜੀ, ਜਿਹੜਾ ਉਹ ਸੰਪਰਦਾਇ ਪੜ੍ਹਿਆ ਪਾਠੀ ਅਤੇ ਉਹਦਾ ਤਾਂ ਤੁਹਾਨੂੰ ਸਾਰੇ ਕੋਲ ਪਤਾ ਲੱਗ ਜਾਊਗਾ ਜੀ। ਇਸੇ ਤਰ੍ਹਾਂ ਜਿੱਦਾਂ ਜਿੱਦਾਂ ਟਕਸਾਲ ਜੀ ਉਦੋਂ ਪੜ੍ਹਾਉਂਦੇ ਆ ਨਾ ਜੀ, ਉਹਨਾਂ ਨੇ ਦੱਸਿਆ ਵੀ ਇਹਦੇ ਵਿੱਚ ਆਹ ਚੀਜ਼ਾਂ ਜਿਹੜਾ ਰੜਾ ਸੰਤ, ਇਹਦੇ ਬਾਰੇ ਸੰਤ ਬਾਬਾ ਜਰਨੈਲ ਸਿੰਘ ਜੀ ਨੇ ਵੀ ਇੱਕ ਟੇਪ ਭਰੀ ਆ ਜੀ, ਵੀ ਜਿੱਦਾਂ ਜਦ ਉਹ ਤਿਆਰ ਹੋ ਗਿਆ ਸੀ ਇਤਿਹਾਸ ਹੈ ਨਾ, ਬਾਅਦ 'ਚ ਉਹਦੇ ਵਿੱਚ ਰੜਾ ਪਾਇਆ ਗਿਆ ਜਦ ਉਹ ਜਲਦ ਬਣੀ ਆ ਜੀ, ਕਿਉਂਕਿ ਜਿਹੜੀ ਅਫੀਮ ਦੀਆਂ ਗੱਲਾਂ ਹੋਰ ਪੁੱਠੀਆਂ ਸਿੱਧੀਆਂ ਦੱਸਦੇ ਆ ਨਾ ਵਿੱਚ ਉਹ ਕੀਤੀਆਂ ਗਈਆਂ ਬਾਅਦ 'ਚ ਮਿਕਸ। ਪਰ ਤੁਸੀਂ ਇੱਦਾਂ ਜਿਹੜਾ ਚੰਗਾ ਪਾਠੀ ਕਥਾ ਬਾਅਦ 'ਚ ਗਿਆ ਨਾ ਜੀ, ਉਹ ਜਿਹੜਾ ਉਹ ਗਲਤ ਆ ਉਹਨੂੰ ਨਹੀਂ ਪ੍ਰਚਾਰਦਾ, ਜਿਹੜਾ ਅਸਲੀ ਉਹਦਾ ਮੀਨ ਆ ਨਾ ਉਹਦਾ ਪ੍ਰਚਾਰ ਕਰਦੇ। ਇਹ ਹੁਣ ਸਿਰਫ ਕਰਦੇ ਹੀ ਉਹ ਆ, ਹੋਰ ਕੁਛ ਕਰਦੇ ਹੀ ਨਹੀਂ, ਹੋਰ ਕੋਈ ਉਹਨੂੰ ਪ੍ਰਚਾਰ ਹੀ ਨਹੀਂ ਕਰਨਾ ਜੀ। ਇਹ ਇਸੇ ਤਰ੍ਹਾਂ ਹੀ ਉਹ, ਚਲੋ ਉਹ ਤਾਂ ਇਤਿਹਾਸ ਆ ਜੀ, ਇਹ ਦਸਵੇਂ ਪਾਤਸ਼ਾਹ ਦੀ ਬਾਣੀ ਬਾਰੇ ਕਿੰਨਾ ਘਟੀਆ ਸ਼ਬਦ ਬੋਲਦੇ ਆ, ਕਿੰਨਾ ਇਹਨੇ ਜਵਾਨ ਪੂਰੀ ਹੋਣ ਦਿਓ, ਫਿਰ ਤੁਸੀਂ ਜਵਾਬ ਦਿਓ ਕਿ ਜੇਕਰ ਇਤਿਹਾਸ ਦੇ ਵਿੱਚ ਕੋਈ ਕਮੀ ਹੈ ਜਾਂ ਕੋਈ ਸ਼ਬਦ ਐਸਾ ਆ ਗਿਆ ਸੋ ਉਸ ਨੂੰ ਕੱਢਣਾ ਜ਼ਿਆਦਾ ਜ਼ਰੂਰੀ ਹੈ। ਅੱਜ ਚਲੋ ਆਪਾਂ ਇੱਕ ਨੂੰ, ਦੋ ਨੂੰ, ਚਾਰ ਨੂੰ ਚੁੱਪ ਕਰਾ ਲਾਂਗੇ, ਆਉਣ ਵਾਲੇ ਸਮੇਂ 'ਚ ਫਿਰ ਕੋਈ ਪੜ੍ਹੇਗਾ, ਫਿਰ ਕੋਈ ਬੋਲੇਗਾ, ਸੋ ਜੜ ਮਟਾਉਣੀ ਚਾਹੀਦੀ ਹੈ ਜਾਂ ਇੱਧਰ ਕੰਮ ਕਰਨਾ ਚਾਹੀਦਾ? ਇਹ ਸਦਾ ਹੀ ਚੱਲਦਾ ਰਹਿਣਾ। ਦੇਖੋ ਤੁਸੀਂ ਆਪਾਂ ਸਾਰੇ ਹੈ ਨਾ, ਆਪਾਂ ਇੱਕ ਦੂਜੇ ਨੂੰ ਇੱਦਾਂ ਨਾ ਕਰੀਏ ਵੀ ਬਾਹਲੇ ਕੁਐਸਚਨ ਜੇ ਇੱਦਾਂ ਕਰਦੇ ਹਾਂ ਆਪਾਂ ਵੀ ਅਗਲੇ ਨੂੰ, ਜਿੱਦਾਂ ਵੀ ਆਪਾਂ ਨੂੰ ਮਹਿਸੂਸ ਕਰ ਆਪਾਂ ਸਾਰੇ ਹੀ ਸਿੱਖ ਆ ਗੁਰੂ ਦੇ,
ਪਰ ਜੇ ਤੁਸੀਂ ਉਹਨਾਂ ਨੂੰ ਗੱਲ ਪੁੱਛਦੇ ਆ ਵੀ ਇਤਿਹਾਸ ਆ ਇੱਦਾਂ ਯਾਰ ਗੁਰਬਾਣੀ ਦੇ ਗੁਰਬਾਣੀ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਬੰਦੇ ਰਾਗ ਮਾਲਾ ਨਹੀਂ ਮੰਨਦੇ ਤੁਸੀਂ ਉਹਨਾਂ ਬਾਰੇ ਕੀ ਕਹੋਗੇ? ਉਹ ਰਲਾ ਪਾਤਾ ਗਏ ਨੇ ਪਰ ਉਹ ਤੇ ਆਪਣੇ ਧਾਰਮਿਕ ਮੇਰੀ ਇੱਕ ਗੱਲ ਮੈਂ ਇੱਥੇ ਤੁਹਾਨੂੰ ਦੇਣੀ ਨਹੀਂ ਦਿੱਤਾ ਮੈਨੂੰ ਦੇਣਾ ਪੈਣਾ ਅਕਾਲ ਤਖਤ ਸਾਹਿਬ ਨੂੰ ਹਰ ਸਿੱਖ ਮੰਨਦਾ ਠੀਕ ਹੈ ਜੀ ਤੇ ਉੱਥੋਂ ਇਹ ਕਿਸੇ ਨੂੰ ਜ਼ਬਰਦਸਤੀ ਨਹੀਂ ਗਈ ਉੱਥੇ ਨਾਲ ਇਹ ਫੈਸਲਾ ਪੰਥਕ ਲਿਆ ਗਿਆ ਕਿ ਭਾਈ ਜੇ ਕੋਈ ਪੜ੍ਹਨਾ ਚਾਹੁੰਦਾ ਪੜ੍ਹ ਦੇਵੇ ਜੇ ਕੋਈ ਨਹੀਂ ਪੜ੍ਹਨਾ ਚਾਹੁੰਦਾ ਨਾ ਪੜ੍ਹੇ ਨਾ ਤਾਂ ਪੜ੍ਹਨ ਨੂੰ ਕਹਿੰਦੇ ਨੇ ਨਾ ਪੜ੍ਹਨ ਤੋਂ ਰੋਕਦੇ ਨੇ ਮਤਲਬ ਇਹ ਕਹਿਣ ਤੋਂ ਭਾਵ ਇਹ ਜਿਹੜੇ ਮੰਨਦੇ ਨੇ ਉਹਨਾਂ ਦੇ ਵੀ ਕੋਈ ਬੰਦਿਸ਼ ਨਹੀਂ ਤੇ ਜਿਹੜੇ ਨਹੀਂ ਮੰਨਦੇ ਨੇ ਉਹਨਾਂ ਦੀ ਆਪਦੀ ਨਿੱਜੀ ਜ਼ਿੰਦਗੀ ਹੋ ਸਕਦੀ ਆ ਆਪਾਂ ਕਿਸੇ ਨੂੰ ਕਿਸ ਤਰ੍ਹਾਂ ਰੋਕਾਂਗੇ ਇੱਥੇ ਇੱਥੇ ਸਾਰੇ ਝਗੜੇ ਮੁੱਕ ਜਾਂਦੇ ਫਿਰ ਜਿਹੜੇ ਦਸ ਗ੍ਰੰਥ ਨੂੰ ਜੋ ਕਰਨਾ ਉਸੇ ਤੇ ਤਿੰਨ ਬਾਣੀਆਂ ਪੜ੍ਹਦੇ ਉਹਨਾਂ ਦੀ ਆ ਉਹ ਕੱਲ ਉਹ ਉੱਥੇ ਇਹਨਾਂ ਦਾ ਕਬਜ਼ਾ ਉਹ ਲਿਖ ਦੇਣਗੇ ਇਹ ਨਹੀਂ ਗੱਲ ਹੁੰਦੀ ਹੁਣ ਜਿਹੜੀਆਂ ਇਹਨਾਂ ਨੇ ਸਹੁੰ ਖਾਧੀ ਆ ਵੀ ਜਿਹੜਾ ਗੁਰੂ ਗ੍ਰੰਥ ਸਾਹਿਬ ਤੇ ਵੀ ਕੈਤੂ ਕਰਨਾ ਦਸ ਗ੍ਰੰਥ ਤੇ ਵੀ ਕੈਤੂ ਕਰ ਜਾਣਾ ਹੁਣ ਤੁਸੀਂ ਦੱਸਿਓ ਵੀ ਮਾਤਾ ਸਾਹਿਬ ਕੌਰ ਮਾਤਾ ਅਜੀਤ ਕੌਰ ਮਾਤਾ ਸੁੰਦਰ ਕੌਰ ਤਿੰਨਾਂ ਮਾਤਾਵਾਂ ਦੇ ਅੰਗੀਠੇ ਬਣੇ ਆ ਜੀ ਦਰਸ਼ਨ ਕੀਤੇ ਆ ਜੀ ਤੇ ਸਮਝੇ ਕਿ ਨਹੀਂ ਤੇ ਹੁਣ ਕਿੰਨੇ ਬੰਦੇ ਆ ਤੈਨੂੰ ਮੈਂ ਨਾਂ ਲੈ ਕੇ ਦੇਵਾਂ ਜਿਹੜੇ ਕਹਿੰਦੇ ਆ ਨਹੀਂ ਮਤਲਬ ਤਿੰਨ ਮਾਤਾ ਹੋਈਆਂ ਉਹ ਮਾਤਾ ਦਾਮਾ ਦਾ ਕਿੱਥੋਂ ਤੁਸੀਂ ਕਲੈਰੀਫਿਕੇਸ਼ਨ ਲਓਗੇ ਉਹ ਕੋਈ ਸੋਧਣ ਵਾਲੀ ਗੱਲ ਹੈ ਯਾਰ ਜੀ ਕਿ ਆਪਾਂ ਜੇ ਇੱਦਾਂ ਦੀਆਂ ਗੱਲਾਂ ਕਰਦੇ ਹਾਂ ਵਿਸ਼ਵ ਰਾਮ ਐਡਵਰਡ ਸਟੀਜ ਤੇ ਖਹਿਰਾ ਬੋਲਿਆ ਕਹਿੰਦਾ ਮੈਂ ਆਪ ਸੁਣਿਆ ਉਹਨੂੰ ਹਨਾ ਸੰਗਤ ਟੀਵੀ ਤੇ ਚਾਰ ਪੰਜ ਸਾਲਾਂ ਦੀ ਗੱਲ ਆ ਤੇ ਸੋਹਰ ਰੋਡ ਵਾਲੇ ਭਾਈ ਸਾਹਿਬ ਜਿਹੜੇ ਮਹਿੰਦਰ ਸਿੰਘ ਜੀ ਹੋਣੀ ਆ ਉਹਨਾਂ ਨੇ ਬੋਲਿਆ ਕਹਿੰਦੇ ਨਹੀਂ ਜੀ ਇੰਨੇ ਥੋੜੇ ਵਿਆਹ ਮਾਤਾਵਾਂ ਦੇ ਉਹ ਸਿੰਘ ਉੱਥੇ ਹਾਜ਼ਰ ਸੀ ਉਹ ਕਹਿੰਦਾ ਮੈਂ ਗੀਠੇ ਦੇਖੇ ਸਾਰੀਆਂ ਮਾਤਾਵਾਂ ਦੇ ਕਹਿ ਦੋ ਜਿਹੜੇ ਆਪਾਂ ਨੂੰ ਚੰਗੇ ਹਨਾ ਆਪਣੇ ਅਹੁਦੇਦਾਰ ਬੰਦੇ ਆ ਉਹ ਗੰਦ ਪਾਉਂਦੇ ਆ ਉਹ ਕਹਿ ਦਿੰਦੇ ਆ ਵੀ ਮਾਤਾਵਾਂ ਦੇ ਨਾਂ ਨੇ ਇੱਕ ਪ੍ਰੋਫੈਸਰ ਹੁੰਦਾ ਸੀ ਇੰਡੀਆ ਜੋ ਵੀ ਹੋ ਰਿਹਾ ਮਤਲਬ ਹੈ ਦਲਗੀਰ ਹੋਣੀ ਸਾਰੇ ਇੱਦਾਂ ਹੀ ਕਹਿੰਦੇ ਆ ਉਹ ਕਹਿੰਦੇ ਨਹੀਂ ਹੋਈਆਂ ਤੁਸੀਂ ਦੱਸੋ ਇਹ ਗੱਲ ਯਾਰ ਕੋਈ ਇਤਿਹਾਸ ਦੀ ਥੋੜੋ ਮੈਂ ਤੁਹਾਡੀ ਗੱਲ ਮੰਨ ਲੈਣਾ ਜੀ ਆਪਾਂ ਨਹੀਂ ਜਸਟੀਫਾਈ ਕਰ ਸਕਦੇ ਪਰ ਕਹਿਣ ਤੋਂ ਭਾਵ ਇਹ ਹੈ ਕਿ ਜਿਹੜੀਆਂ ਕਿਤਾਬਾਂ ਛਪਦੀਆਂ ਨੇ ਜਾਂ ਜਿਹੜੇ ਗੁਰਮਤ ਦੇ ਅਦਾਰੇ ਛਾਪਦੇ ਨੇ ਉਹਨਾਂ ਨੂੰ ਰੋਕਣਾ ਅਤੀ ਜ਼ਰੂਰੀ ਹੈ ਨਾ ਕਿ ਬੰਦਿਆਂ ਨੂੰ ਰੋਕਣਾ ਅਤੀ ਜ਼ਰੂਰੀ ਹੈ ਮੈਂ ਇਹ ਤੁਹਾਨੂੰ ਪੁੱਛ ਰਿਹਾ ਕਿ ਬਿਲਕੁਲ ਤੁਹਾਡੀ ਗੱਲ ਜੇ ਆਪਾਂ ਮੰਨ ਵੀ ਲਈਏ ਸਾਰਾ ਕੁਝ ਜਿੰਨਾ ਮੋਰਚਾ ਜਾਂ ਜਿੰਨਾ ਆਪਣਾ ਜ਼ੋਰ ਲੱਗਦਾ ਹੈ ਤੇ ਉਹ ਕਿਉਂ ਨਹੀਂ ਫਿਰ ਉੱਥੇ ਜਾ ਕੇ ਝਾਲੇ ਲੱਗਦੇ ਨੇ ਕਿਉਂ ਨਹੀਂ ਉਹਨਾਂ ਦੇ ਮੋਰੇ ਮੋਰਚੇ ਕੱਢੇ ਜਾਂਦੇ ਵੀ ਭਾਈ ਇਹਨੂੰ ਬੰਦ ਕਰੋ ਜਾਂ ਇਹਦੀ ਛਪਾਈ ਦੁਬਾਰਾ ਕਰੋ ਦੇਖੋ ਭਾਈ ਸਾਹਿਬ ਜੀ ਆਪਾਂ ਇੰਨੇ ਵੇਸੜੇ ਨਾ ਹੋਈਏ ਆਪਾਂ ਨਿਆਣੇ ਨਾ ਬਣੀਏ ਡਰੱਗ ਜਿੱਥੋਂ ਬਣਦਾ ਉੱਥੇ ਵੀ ਅਗਲੇ ਕੋਸ਼ਿਸ਼ ਕਰਦੇ ਜਿੱਥੋਂ ਜਿਹੜੇ ਵੇਚਦੇ ਆ ਜਿਹੜੇ ਖਾਂਦੇ ਆ ਉਹਨਾਂ ਨੂੰ ਵੀ ਕਰਦੇ ਆ ਜਿੱਥੇ ਕਿਸੇ ਦਾ ਦਾਅ ਲੱਗਦਾ ਇਹ ਨਹੀਂ ਵੀ ਡਰੱਗ ਖਾਣ ਵਾਲੇ ਨੂੰ ਵੀ ਪੁੱਛ ਲਿਆ ਕਈ ਜਣੇ ਜਿਹੜੇ ਚੰਗੀਆਂ ਗਵਰਨਮੈਂਟ ਜੇ ਆਪਣੀਆਂ ਚੀਜ਼ਾਂ ਲਾਉਂਦੀਆਂ ਆ ਤੇ ਇਹਦਾ ਮਤਲਬ ਇਹ ਨੀ ਆਪਾਂ ਕਹਿੰਦੇ ਵੀ ਸਾਰੀਆਂ ਹੀ ਰੋਕੋ ਜਿਹੜੀਆਂ ਛਾਪਦੇ ਉਹਨਾਂ ਨੂੰ ਵੀ ਰੋਕੋ ਪਰ ਜਿੰਨੀ ਤਾਕਤ ਆ ਉਨੀ ਲਾਓ ਤਾਂ ਸਹੀ ਆਪਾਂ ਪਰ ਜੇ ਆਪਾਂ ਕਹੀਏ ਵੀ ਇਤਿਹਾਸ ਆ ਹੁਣ ਆਪਾਂ ਕਿਸੇ ਦੇ ਘਰੇ ਜਾਂਦੇ ਹਾਂ ਆਪਾਂ ਕਿਸੇ ਦੇ ਗੁਰੂ ਘਰ ਕਿਤੇ ਵੀ ਗੁਰੂ ਘਰ ਜਾਂਦੇ ਹਾਂ ਜਾਂ ਦਾਮੀ ਟਕਸਾਲ 'ਚ ਸੰਤ ਗੁਰਬਚਨ ਸੋਹਣਾ ਦੀ ਮਤਲਬ ਜਿਹੜਾ ਤੁਸੀਂ ਸਵਾਲ ਉਹਨਾਂ ਨੂੰ ਕਰਦੇ ਸੀ ਨਾ ਵੀ ਕਿੱਥੋਂ ਨਿਰਣਾ ਕਰਨਾ ਜੀ ਸੰਤ ਗੁਰਬਚਨ ਸਿੰਘ ਹੋਣਾ ਨੇ ਕਥਾ ਕੀਤੀ ਸਾਰੀ ਰਿਕਾਰਡ ਆ ਔਰ ਸਾਰੀ ਕਥਾ ਜਿੱਥੋਂ ਜਿੱਥੋਂ ਸਾਰੀ ਦੇ ਉੱਟ ਬੋਲਦੇ ਬੰਦੇ ਔਰ ਸ਼ੁਰੂ ਤੋਂ ਬੋਲਦੇ ਉਹਨਾਂ ਦੇ ਜਥੇਬੰਦੀਆਂ ਬਣੀਆਂ ਆ ਵੀ ਆਹ ਗੱਲ ਅਸੀਂ ਖੰਡਨ ਕਰਨੀ ਆਹ ਤੁਸੀਂ ਕਰਨੀ ਆਹ ਤੁਸੀਂ ਕਰਨੀ ਉਹ ਕਿੱਥੇ ਤੱਕ ਪਹੁੰਚੇ ਤੇ ਆਪਾਂ ਕਹੀ ਜਾਂਦੇ ਆਪਾਂ ਸੋਧ ਲਈਏ ਇੱਦਾਂ ਕਰ ਲਈਏ ਉਹ ਜਸਟੀਫਾਈ ਕਰਦੀ ਆ ਗੁਰੂ ਗ੍ਰੰਥ ਸਾਹਿਬ ਦੀ ਕਥਾ ਸੰਤਾਂ ਦੀ ਵੀ ਹਾਂ ਇਹਦੇ ਅਰਥ ਸਹੀ ਆ ਤੇ ਜੇ ਆਪਾਂ ਉਹ ਅਰਥ ਵੀ ਨਹੀਂ ਮੰਨਣੇ ਤੇ ਮਤਾਵਾਂ ਤੇ ਵੀ ਆਪਾਂ ਨੂੰ ਸ਼ੰਕਾ ਆ ਪੰਜਾਂ ਬਾਣੀਆਂ ਤੇ ਵੀ ਸ਼ੰਕਾ ਆ ਅੰਮ੍ਰਿਤ ਤੇ ਵੀ ਸ਼ੰਕਾ ਹੁਣ ਦਮਦਮੀ ਟਕਸਾਲ ਦੇ ਨਾਂ ਤੇ ਕਿੰਨਾ ਮਤਲਬ ਇੱਥੇ ਰੌਲੀ ਪਾਉਂਦੇ ਆ ਜੀ ਇਹਨਾਂ ਦੇ ਸਾਧ ਆਹ ਬੋਲਦੇ ਇਹਨਾਂ ਦੇ ਸਾਧ ਮਾਤਾ ਕੌਲਾਂ ਬਾਰੇ ਆਹ ਬੋਲਦੇ ਤੁਸੀਂ ਦੱਸੋ ਪਹਿਲਾਂ ਸੰਤ ਜਰਨੈਲ ਸਿੰਘ ਜੀ ਹੋਣਾ ਨੇ ਸੰਤ ਕਰਤਾਰ ਸਿੰਘ ਜੀ ਹੋਣਾ ਨੇ ਜਾਂ ਹੋਰ ਵੀ ਮਹਾਂਪੁਰਖ ਹੋਏ ਪ੍ਰਾਤੇ ਜਿੰਨੇ ਮਰਜ਼ੀ ਲੈ ਲਓ ਜਿਹੜੀਆਂ ਉਹਨਾਂ ਨੇ ਕਥਾ ਕੀਤੀਆਂ ਆ ਉਹਨਾਂ ਨੇ ਕੋਈ ਵੀ ਕਥਾ ਦੇ ਵਿੱਚ ਕੋਈ ਗਲਤ ਗੱਲ ਇੱਦਾਂ ਦੀ ਨਹੀਂ ਕੀਤੀ ਹੋਈ ਜੇ ਜਿਹਨੂੰ ਆਪਾਂ ਲੈ ਕੇ ਕਹਿ ਦਈਏ ਵੀ ਆਹ ਗਲਤ ਗੱਲ ਆ ਹੁਣ ਆਪਾਂ ਕਿਸੇ ਦੇ ਘਰੇ ਜਾਂਦੇ ਹਾਂ ਤਾਂ ਆਪਾਂ ਨੂੰ ਪ੍ਰਸ਼ਾਦਾ ਪਕਾ ਕੇ ਦਿੰਦਾ ਆ
ਕੈਮਿਸਟ ਦੇ ਜਾਂਦੇ ਹਾਂ, ਆਪਾਂ ਨੂੰ ਦਵਾਈ ਲਿਖੀ ਹੋਈ ਦੇਖ ਕੇ ਦਿੰਦਾ ਆ, ਤੇ ਜੇ ਕੋਈ ਉੱਥੇ ਚੋਰੀ ਲਿਆ ਕੇ ਮੁੱਠ ਭਰ ਕੇ ਦੇ ਦੇਵੇ ਤਾਂ ਬੰਦਾ ਉਹਨਾਂ ਮਰ ਜਾਣਾ, ਕਹਿਣਾ ਇਹ ਤੁਹਾਡੀ ਦਵਾਈ ਨਾਲ ਬੰਦੇ ਮਰੀ ਜਾਂਦੇ, ਤੁਸੀਂ ਦਵਾਈ ਗਲਤ ਕਿਉਂ ਰੱਖੀ ਆ, ਦਵਾਈ ਨਹੀਂ ਗਲਤ, ਉਹਨੂੰ ਵਰਤਾਉਣ ਵਾਲਾ ਬੰਦਾ ਗਲਤ ਹੋ ਗਿਆ ਜੀ। ਇਸ ਕਰਕੇ ਜਿਹੜੇ ਹੈ ਨਾ ਆਪਣੇ, ਆਪਾਂ ਕਿਸੇ ਦੇ ਘਰੇ ਜਾਂਦੇ ਹਾਂ ਜੋ ਉਹਨਾਂ ਨੇ ਬਣਾ ਕੇ ਦੇਣਾ ਆਪਣੇ ਰਿਸ਼ਤੇਦਾਰਾਂ ਨੇ, ਉਹਦੇ ਨਾਲ ਮਤਲਬ ਹੈ ਆਪਣਾ ਵੀ ਸਾਨੂੰ ਉਹਨਾਂ ਗਲਤ ਨਹੀਂ ਖਿਲਾਇਆ ਕੋਈ, ਜੇ ਉਹਨਾਂ ਦੀ ਗੈਰ 'ਚ ਕੋਈ ਓਵਰਡੇਟ ਹੋਈ ਚੀਜ਼ ਜਾਂ ਗਲਤ ਮਿਕਸ ਹੋ ਗਈ ਆ ਜਾਂ ਸੈਲਡ ਦੇ ਉੱਤੇ ਲਿਆ ਕੇ ਉਹਨਾਂ ਨੇ ਕਹਿ ਲਓ ਜਿਹੜੀ ਆਪਣੀ ਹੁੰਦੀ ਆ ਟੋਟਾ 'ਚ ਪਾਉਣ ਵਾਲੀ ਚੀਜ਼ ਕੋਈ ਪਾ ਦੇਵੇ, ਤਾਂ ਆਪਾਂ ਇਹਦਾ ਮਤਲਬ ਇਹ ਥੋੜ੍ਹਾ ਹੁੰਦੀ ਤਾਂ ਉਹ ਵੀ ਘਰੇ ਹੀ ਆ ਜੀ, ਪਰ ਹੁੰਦੀ ਉਹ ਭਾਂਡੇ ਸਾਫ਼ ਕਰਨ ਵਾਸਤੇ ਆ। ਹੁਣ ਗੁਰੂ ਘਰ ਜਾਂਦੇ ਸਾਰਿਆਂ ਨੂੰ ਪਤਾ ਗੁਰੂ ਘਰ ਇੰਨੀਆਂ ਚੀਜ਼ਾਂ ਵਰਤਦੀਆਂ, ਸ਼ੱਕਰ ਪਾਰੇ ਉੱਥੇ ਮਿਲਦੇ ਆ, ਇਹ ਮਤਲਬ ਆਉਣ ਤਾਂ ਚਲੋ ਚਿਪਸ ਵੀ ਮਿਲਦੇ ਆ, ਪੀਜ਼ਾ ਵੀ ਮਿਲਦਾ, ਲੰਗਰ ਮਿਲਦਾ, ਕਿੰਨੇ ਪਦਾਰਥ ਮਿਲਦੇ ਆ ਜੀ। ਤੇ ਜੇ ਕੋਈ ਉੱਥੋਂ ਜਾ ਕੇ ਹੁਣ ਗਲਤ ਥਾਂ ਚੁੱਕ ਕੇ ਤਾਂ ਸ਼ਗਰ ਪਾਰੇ ਦੇ ਭੁਲੇਖੇ ਫਰਨੈਲ ਦੀਆਂ ਗੋਲੀਆਂ ਖਾ ਕੇ ਆ ਜਾਵੇ, ਕਹਿੰਦੇ ਗੁਰਦੁਆਰੇ ਯਾਰ ਇੱਦਾਂ ਦੀਆਂ ਚੀਜ਼ਾਂ ਕਾਹਤੋਂ ਰੱਖੀਆਂ, ਉਹ ਰੱਖਣੀਆਂ ਪਈਆਂ ਪਰ ਤੇਰੇ ਖਾਣ ਨੂੰ ਨਹੀਂ ਉਹ ਜੀ। ਮੈਂ ਚਲੋ ਇਸ ਗੱਲ ਨੂੰ ਲਾਗੇ ਕਰਾਂ, ਤੇ ਫਿਰ ਸੰਗਤ ਕੀ ਸੋਚਦੇ ਹੋ ਵੀ ਸੰਗਤ ਕੀ ਮਹਿਸੂਸ ਕਰਦੀ ਹੈ ਫਿਰ ਇਹ ਚਲਾਕੀਆਂ ਜਿਹੀਆਂ ਜਿਹੜੀਆਂ ਚੱਲਦੀਆਂ ਨੇ, ਇਹ ਫਿਰ ਕਿੱਦਾਂ ਨਿਬੇੜਾ ਕਰਦਾ ਹੋਊਗਾ? ਸੰਗਤ ਦੇਖੋ, ਸੰਗਤ ਮੈਂ ਤੁਹਾਨੂੰ ਉਹ ਬੇਸ ਆਪਣਾ ਉਹ ਰਹਿਣਾ, ਸੰਗਤ ਨੇ ਜਦੋਂ ਮਤਲਬ ਜਸਵੀਰ ਸਿੰਘ ਨੇ ਸਭ ਤੋਂ ਪਹਿਲਾਂ ਘੱਗੇ ਨੂੰ ਲਿਆ ਲਿਆ ਕੇ ਬੁਲਾਉਣਾ ਸ਼ੁਰੂ ਕੀਤਾ ਪੰਜਾਬ ਰੇਡੀਓ ਤੇ, ਉਦੋਂ ਵੀ ਸੰਗਤ ਨੂੰ ਪਤਾ ਲੱਗ ਗਿਆ ਉੱਥੇ ਨਿਗਾਹ ਹੁਣ ਜੀ, ਦਲਗੀਰ ਦਾ ਪਤਾ ਲੱਗ ਗਿਆ ਹਨਾ, ਪ੍ਰੋਫੈਸਰ ਦਾ ਪਤਾ ਲੱਗ ਗਿਆ, ਕਾਲੇ ਫਗਾਨੇ ਦਾ ਪਤਾ ਲੱਗ ਗਿਆ, ਤੇ ਇਹਦਾ ਲੱਗਾ ਹੀ ਆ। ਹੁਣ ਕਿਸੇ ਨੇ ਇਹ ਥੋੜੋ ਕਿਹਾ ਭਈ ਬੇੜੀਆਂ ਨੂੰ ਗਾਲਾਂ ਕੱਢਣੀਆਂ ਬਹੁਤ ਗੱਲ ਆ, ਬੇੜੀਆਂ ਨੂੰ ਏਦਾਂ ਕਹਿਣਾ ਬਹੁਤ ਗੱਲ ਆ, ਸਿਰਫ ਉਹ ਪੱਗ ਦਾ ਮਸਲਾ ਲੈ ਕੇ ਉਹਨਾਂ ਚਾਰ ਦਿਨ ਰੋਲੀ ਪਾਉਣੀਆਂ ਪਾ ਲੈਣ ਤੇ ਅਸੀਂ ਤਾਂ ਕੁਛ ਨਹੀਂ ਕਹਿੰਦੇ, ਬਾਕੀ ਅਸੀਂ ਜਿਹੜਾ ਸਾਨੂੰ ਗਾਲ ਕੱਢੂਗਾ ਕਦੀ ਜਵਾਬ ਨਹੀਂ ਦੇਣਾ ਸੀ, ਜਿਹੜਾ ਗੁਰੂਆਂ ਤੇ ਤਰਕ ਕਰੂਗਾ ਗਾਂ ਵੀ ਕਰਦਾ ਆ, ਉਹ ਜਿਹੜੇ ਤਰੀਕੇ ਨਾਲ ਬੋਲੂਗਾ ਉਹਦਾ ਜਵਾਬ ਜ਼ਰੂਰ ਹਰ ਹਾਲਤ ਦੇ ਵਿੱਚ ਦੇਣ ਦੀ ਕੋਸ਼ਿਸ਼ ਕਰਾਂਗੇ, ਤੇ ਹੋਰ ਅਸੀਂ ਇਕੱਲੇ ਨਹੀਂਗੇ, ਇਹ ਸਾਰੀਆਂ ਜਥੇਬੰਦੀਆਂ ਨਾਨਕ ਸਰੀਏ ਨਿਹੰਗ ਸਿੰਘ ਖੰਡ ਕੀਰਤਨੀ ਵੀ ਵਿੱਚ ਨੌਜਵਾਨ, ਇਹ ਨਹੀਂ ਵੀ ਅਸੀਂ ਇਕੱਲੇ ਹੀ ਆ, ਪਰ ਨਾ ਇਹ ਵੱਜਦਾ ਵੀ ਟਕਸਾਲੀ ਗੁੰਡੇ ਕੰਮ ਕਰ ਰਹੇ ਆ, ਉਹ ਕਹਿਣ ਦੇ ਨਾਲ ਮਸਲਾ ਹੱਲ ਹੁੰਦਾ ਹੈ, ਤੇ ਟਕਸਾਲੀ ਸੰਤ ਜਨੈਲ ਸੁਣਾ ਦੇ ਬੇੜੇ ਸਾਰੀਆਂ ਟੇਪਾਂ ਪੜ ਲਓ, ਕਹਿੰਦੇ ਜੋ ਕੋਈ ਹੋ ਜਿਹਨੂੰ ਮਾਰਨਾ ਹੁੰਦਾ ਜੀ, ਮਹਿਤੇ ਮੋੜ ਨੂੰ ਮਹਿਤੇ ਮੋੜ ਤੋਂ ਫੜਿਆ ਸੀ, ਦੂਜੇ ਨੂੰ ਫਿਰ ਨਾਨਕ ਨਿਵਾਸ ਚੋਂ ਫੜਿਆ ਜੀ, ਇਹ ਭਿੰਡਰਾਂ ਵਾਲੇ ਦਾ ਬੰਦਾ ਜੀ, ਇਹ ਫਲਾਨਾ, ਉਹ ਕਿਉਂਕਿ ਉਹਨੂੰ ਜੇ ਬਦਨਾਮ ਕਰਨਾ ਹੁੰਦਾ ਨਾ, ਤੇ ਜਦੋਂ ਇਹ ਸਤਿਕਾਰ ਨਹੀਂ ਕਰਦੇ ਬੇਰ ਸਾਹਿਬ ਦਾ ਜਾਂ ਦੂਜੀਆਂ ਚੀਜ਼ਾਂ ਦਾ, ਉਦੋਂ ਇਹਨਾਂ ਚੀਜ਼ਾਂ ਨੂੰ ਦੁੱਖ ਲੱਗਣਾ, ਪਰ ਸੰਗਤ ਨੇ ਜੋ ਮਹਿਸੂਸ ਕੀਤਾ, ਸੰਗਤ ਨੂੰ ਪਤਾ ਲੱਗ ਚੁੱਕਾ ਵੀ ਇਹ ਪ੍ਰਚਾਰ ਗਲਤ ਕਰਦੇ ਆ, ਉਹਦਾ ਵੱਡਾ ਪ੍ਰੂਫ ਤੁਹਾਡੇ ਸਾਹਮਣੇ ਜੇ ਸਾਲ ਹੋਇਆ ਢੱਡਰੀਆਂ ਵਾਲੇ ਦਾ ਆ, ਜਿੰਨਾ ਢੱਡਰੀਆਂ ਵਾਲੇ ਬਾਰੇ ਮਤਲਬ ਸਾਡਾ ਵਿਰੋਧ ਹੋਇਆ, ਤੁਹਾਡਾ ਵੀ ਵਿੱਚ ਗਾਲਾਂ ਕੱਢਦੇ ਨੇ ਤੁਹਾਨੂੰ ਆਪਾਂ ਪਤਾ ਨਾ, ਤੇ ਤੁਸੀਂ ਦੱਸੋ ਕਿੱਥੇ ਗਿਆ ਉਹ, ਜਿੰਦਾ ਹੀ ਆ, ਬੰਦੇ ਵੀ ਜਾਂਦੇ ਆ, ਕੰਪਿਊਟਰ ਨਾਲ ਠੀਕ ਆ, ਬਾਹਲੇ ਦਿਖਾਲਤੇ ਇੱਦਾਂ ਦਿਖਾਲਤੇ, ਪਰ ਸੱਚ ਆਪਣੇ ਆਪ ਸਾਹਮਣੇ ਆਈ ਜਾਂਦਾ, ਤਾਂ ਆਪਾਂ ਨੂੰ ਪਤਾ ਸਾਰਿਆਂ ਨੂੰ ਹੁੰਦਾ ਆ ਵੀ ਸੱਚ ਕਿੱਥੇ, ਆਪਾਂ ਕਹਿ ਦਿੰਦੇ ਵੀ ਸੰਗਤ ਸੰਗਤ ਜੇ ਆਪਣੇ ਆਪਾਂ ਘਰਾਂ ਵਾਸਤੇ ਪਤਾ ਆ ਵੀ ਮੋਰਗੇ ਕਿੱਦਾਂ ਲੈਣੀ ਆ, ਕੰਮ ਕਿੱਦਾਂ ਕਰਨਾ ਆ, ਬਿਜ਼ਨਸ ਕਿੱਦਾਂ ਵਧਾਉਣਾ ਆ, ਤੇ ਇਹਨਾਂ ਨੂੰ ਜੇ ਧਰਮ ਦਾ ਪਤਾ ਹੋਵੇ, ਤੁਹਾਨੂੰ ਪਤਾ ਹੋਵੇ, ਆ ਜਿੰਨੀਆਂ ਤੁਹਾਨੂੰ ਦੱਸੀਆਂ ਵੀ ਗੁਰੂ ਕਾਲ ਦੇ ਵਿੱਚ ਜਿੰਨੇ ਜਿੰਨੇ ਮਸਲੇ ਹੁੰਦੇ ਰਹੇ ਆ, ਮਤਲਬ ਦਸਤਾਰਾ ਸਮੇਤ ਰਾਜਾ ਜਸਵਾਲ ਭੀਮ ਚੰਦ ਦਾ ਸਕਾ ਸਾਲਾ, ਉਹ ਦਸਵੇਂ ਪਾਤਸ਼ਾਹ ਨੂੰ ਆ ਕੇ ਮਹਾਰਾਜ ਦੀ ਹਜ਼ੂਰੀ 'ਚ ਵੱਧ ਘੱਟ ਬੋਲਣ ਲੱਗ ਪਿਆ, ਹੰਕਾਰ ਦੀਆਂ ਗੱਲਾਂ ਕਰਨ ਲੱਗ ਪਿਆ, ਗੁਰੂ ਸਾਹਿਬ ਨੇ ਉੱਥੇ ਪੱਗ ਲਾਈ, ਧੀਰ ਮੱਲ ਦੀ ਪੱਗ, ਛੇਵੇਂ ਪਾਤਸ਼ਾਹ ਅੰਦਰ ਬਹਿ ਗਿਆ 7 ਦਿਨਾਂ ਵਾਸਤੇ, ਬਾਬਾ ਭਾਨਾ ਜੀ ਹੁਣ, ਬਾਬਾ ਬੁੱਢਾ ਜੀ ਹੁਣਾਂ ਨੇ ਉਹਦੀ ਪੱਗ ਨਹੀਂ ਲਾਈ, ਚੋਰ ਨਹੀਂ ਖੋਇਆ, ਸਾਰਾ ਕੁਛ ਇਹਦਾ ਗੁਰੂ ਦਾ ਪੁੱਤਰ ਸੀਗਾ ਜੀ, ਇਹ ਜਿਹੜੀਆਂ ਨਿੰਦਕਾਂ ਦੇ ਨਾਲ ਪੱਗ ਨੇ, ਪੱਗ ਨਾਲ ਉਹ ਦਾੜੇ ਦੀ ਜ਼ਿਆਦਾ ਕੀਮਤ ਆ, ਦਾੜਾ ਤੇ ਆਪਣੇ ਸਰੀਰ ਦੇ ਉੱਤੇ ਆ, ਇਹਦਾ ਮਤਲਬ ਕਿ ਪੱਗ ਬਚਾ ਲਓ ਤੇ ਮਤਲਬ ਭਾਵੇਂ ਅਗਲੇ ਦੀ ਸ਼ਰਾ ਮਾਰ ਕੇ ਚੱਲ ਜਾਓ, ਇਹਦਾ ਮਤਲਬ ਥੋੜਾ ਹੁੰਦਾ ਵੀ ਪੱਗ ਨੂੰ ਬਚਾਰਾ ਤਾਂ ਅਗਲੇ ਬਚਨ ਸਿੰਘ ਜੀ, ਮੈਂ ਤੁਹਾਡੇ ਵੱਲ ਆਉਣਾ ਚਾਹਾਂਗਾ ਕਿ ਜਿਹੜਾ ਫਿਰ ਇਹ ਨਾਂ ਵੱਜਦਾ ਹੈ ਕਿ ਜੀ ਇਕੱਲੇ ਟਕਸਾਲ ਦੇ ਨਾਂ ਤੇ ਜਿਹੜਾ ਸਿੰਘੇ ਕੰਮ ਕਰਦੇ ਆ, ਤੇ ਟਕਸਾਲੀ ਗੁੰਡੇ ਜਾਂ ਹੋਰ ਵੀ ਐਸੇ ਸ਼ਬਦ ਵਰਤੇ ਜਾਂਦੇ, ਮੈਂ ਨਹੀਂ ਵਰਤਣਾ ਚਾਹੁੰਦਾ, ਤੇ ਹੋਰ ਕਿਸੇ, ਤੁਸੀਂ ਉਦਣ ਗੱਲ ਕੀਤੀ ਹੈ ਕਿ ਹੋਰ ਵੀ ਜਥੇਬੰਦੀਆਂ ਦੇ ਸਿੰਘ ਨਾਲ ਸੀਗੇ ਜਾਂ ਹੋਰ ਵੀ ਜਥਿਆਂ ਦੇ ਕਹਿ ਲਓ ਜਾਂ ਜਿਹੜੇ ਵੀ ਜਿੱਥੇ ਜਿੱਥੇ ਵੀ ਉਹਨਾਂ ਦੀ ਮਾਨਤਾ ਹੈ,
ਪਰ ਨਾਂ ਹਮੇਸ਼ਾ ਟਕਸਾਲ ਦਾ ਹੀ ਆਉਂਦਾ, ਟਕਸਾਲ ਨਿਸ਼ਾਨੇ ਤੇ ਕਿਉਂ? ਦਰਅਸਲ ਜਿਹੜੀ ਵੱਡੀ ਇਹ ਇਹਨਾਂ ਦੇ ਜਿਹੜੇ ਲੋਕ ਇਹ ਬਕਾਊ ਛੱਡੇ ਹੋਏ ਆ ਨਾ ਜੀ, ਇਹਨਾਂ ਦਾ ਕਾਰਨ ਆ ਕਿ ਸੰਤ ਗਿਆਨੀ ਜਰਨੈਲ ਸਿੰਘ ਭਿੰਡਰਾਂ ਵਾਲੇ ਦਾ ਜਿਹੜਾ ਪ੍ਰਭਾਵ, ਜਿਹੜੀ ਪ੍ਰਭਤਾ, ਜਿਹੜਾ ਉਹਨਾਂ ਦਾ ਜੋਸ਼, ਜੋ ਉਹਨਾਂ ਦੀ ਕਮਾਈ ਆ, ਉਹ ਜਿਹੜੇ ਵੀ ਬੱਚੇ ਹੁਣ ਗਾਂਹ ਜੰਮਦੇ ਉਹ 5-7 ਸਾਲਾਂ ਤੋਂ ਹੀ ਗਾਉਣ ਲੱਗ ਪੈਂਦੇ, ਸੰਤ ਭਿੰਡਰਾਂ ਵਾਲੇ ਦਾ ਨਾਂ ਲੈਣ ਲੱਗ ਪੈਂਦੇ ਆ ਜੀ। ਇਹ ਸੰਤ ਭਿੰਡਰਾਂ ਵਾਲਿਆਂ ਦੀ ਪ੍ਰਭਤਾ ਨੂੰ ਘਟਾਉਣ ਵਾਸਤੇ ਜੋ ਕੁਛ ਹੁੰਦਾ ਵੀ ਟਕਸਾਲ ਨਾਲ ਜੋੜ ਦੇਵੇ, ਟਕਸਾਲ ਨੂੰ ਬਦਨਾਮ ਕਰੋ, ਟਕਸਾਲ ਨੂੰ ਬਦਨਾਮ। ਪਰ ਇਹ ਆਪਣਾ ਪ੍ਰਚਾਰ ਬਾਬਾ ਜੀ ਸ਼ੁਰੂ ਕਰਦੇ ਆ, ਸੰਤ ਬਾਬਾ ਜਰਨੈਲ ਸਿੰਘ ਜੀ ਦਾ ਨਾਂ ਲੈ ਕੇ ਫੋਟੋਆਂ ਉਹਨਾਂ ਦੀਆਂ ਲਾਉਂਦੇ ਆ ਤੇ ਗੱਲ ਵੀ ਇਹ ਕਹਿੰਦੇ ਆ ਜੀ ਸੰਤ ਬਾਬਾ ਜਰਨੈਲ ਸਿੰਘ ਜੀ ਦਾ ਠੱਗੀ, ਇਹ ਆ ਠੱਗੀ ਦੀ ਗੱਲ ਵੀ ਠੱਗੀ ਮਾਰਨੀ। ਜਿਹੜਾ ਇਹ ਕਹਿੰਦੇ ਵੀ ਬ੍ਰਾਹਮਣਵਾਦ ਆ ਸੰਤ ਗੁਰਬਚਨ ਸਿੰਘ ਦਾ, ਤੇ ਸੰਤ ਗੁਰਬਚਨ ਸਿੰਘ ਹੋਣੀ ਲਿਆਏ ਸੰਤ ਜਰਨੈਲ ਸਿੰਘ ਨੂੰ ਘਰੋਂ ਜੀ, ਸੰਤ ਜਰਨੈਲ ਸਿੰਘ ਹੋਣੀ ਕਹਿੰਦੇ ਕਿ ਮੈਨੂੰ ਜੋ ਕੁਛ ਬਣਾਇਆ ਮੈਂ ਸੰਤ ਗੁਰਬਚਨ ਸਿੰਘ ਉਹਨਾਂ ਦੀ ਬਦੌਲਤ ਆ, ਸੰਤ ਕਰਤਾਰ ਸਿੰਘ ਉਹਨਾਂ ਦੀ ਬਦੌਲਤ ਆ, ਤੇ ਇਹ ਉਹਨਾਂ ਨੂੰ ਬ੍ਰਾਹਮਣਵਾਦ ਸਾਧਦੇ ਆ ਤੇ ਕਹਿੰਦੇ ਸੰਤਾਂ ਨੂੰ ਅਸੀਂ ਚੰਗਾ ਸਮਝਦੇ। ਏਕ ਬਘੇਲ ਸਿੰਘ ਏਦਾਂ ਹੁੰਦਾ ਕਈ ਵਾਰੀ ਤੁਹਾਡੇ ਪਰਿਵਾਰ ਦੇ ਵਿੱਚ ਫੁੱਟ ਪਾਉਣ ਵਾਸਤੇ ਨਾ ਜੀ, ਤੈਨੂੰ ਕਹਿਣਾ ਬਘੇਲ ਸਿੰਘ ਤੂੰ ਬਈ ਬਹੁਤ ਕਮਾਈ ਕਰੀ ਜਾਂਦਾ ਸਾਰੀ ਦਿਹਾੜੀ, ਤੂੰ ਇੱਥੇ ਖੂਬ ਤੇ ਹੀ ਬੜਿਆ ਰਹਿੰਦਾ, ਬਾਪੂ ਤੇਰਾ ਤਾਂ ਯਾਰ ਸਾਈਕਲ ਤੇ ਚਿੱਟੇ ਕੱਪੜੇ ਪਾ ਕੇ ਉੱਧਰ ਨੂੰ ਜਾਂਦਾ, ਉੱਧਰ ਨੂੰ ਬੋਤਲ ਫੜੀ ਸੀ ਉਹਦੇ, ਤੇ ਤੈਂ ਆ ਕੇ ਸ਼ਾਮ ਨੂੰ ਬਾਪੂ ਨਾਲ ਲੜ ਪੈਣਾ। ਇਹਨਾਂ ਬੰਦਿਆਂ ਦਾ ਕੰਮ ਆ ਸੰਤ ਗਿਆਨੀ ਜਰਨੈਲ ਸਿੰਘ, ਜੋ ਟਕਸਾਲ, ਕਿਉਂਕਿ ਟਕਸਾਲ ਕਿਤੇ ਇਹਨਾਂ ਬੰਦਿਆਂ ਦੀ ਥੋੜ੍ਹੇ ਜਿਹੜੇ ਬੰਦੇ ਆਪਾਂ ਜੀ, ਟਕਸਾਲ ਤਾਂ ਦਸਵੇਂ ਪਾਤਸ਼ਾਹ ਦੀ ਆ, ਉਸ ਨੂੰ ਸਾਰੇ ਸਿਧਾਂਤ ਨੂੰ ਹਟਾਉਣ ਵਾਸਤੇ ਦਸਮ ਗ੍ਰੰਥ ਦੀ ਬਾਣੀ, ਹੁਣ ਦਸਮ ਦਾ ਸਰੂਪ ਜਿਹੜਾ ਇੱਕ ਗੁਰੂ ਗ੍ਰੰਥ ਸਾਹਿਬ ਦਾ ਸਰੂਪ, ਹੁਣ ਉਹ ਜਿਹੜਾ ਦਸਵੇਂ ਪਾਤਸ਼ਾਹ ਦਾ ਦਿੱਤਾ ਹੋਇਆ ਨਿਕਲਿਆ ਆਪਣੇ ਫਤਿਹਗੜ੍ਹ ਸਾਹਿਬ ਦੇ ਲਾਗੇ ਪਿੰਡ ਆ, ਤੇ ਉਹ ਟਰਾਂਕਾਂ ਦੇ ਵਿੱਚੋਂ ਲਿਖਿਆ ਉਹਨਾਂ ਦਾ ਸਾਰਾ ਕੁਛ, ਤੇ ਪੂਰੇ ਦਾ ਪੂਰਾ ਸਰੂਪ ਉਹ ਲਿਖਿਆ ਜੀ। ਜਿਹੜਾ ਬੰਦਾ ਕਹਿੰਦਾ ਵੀ ਆਪਣੇ ਹੁਣ ਮੰਨਣ ਤੇ ਵੀ ਆਉਂਦਾ, ਜਿੱਦਾਂ ਤੁਸੀਂ ਪਹਿਲਾਂ ਵੀ ਸਵਾਲ ਕੀਤਾ ਸੀ ਇੱਧਰ ਬਈ ਜਿਹੜੇ ਨਹੀਂ ਬੰਦੇ ਆ ਮੰਨਦੇ, ਆਪਾਂ ਕਿਸੇ ਨੂੰ ਜ਼ੋਰਾ ਜ਼ਰ ਵੀ ਥੋੜ੍ਹਾ ਮੰਨਾਉਂਦੇ ਹਾਂ ਵੀ ਤੂੰ ਆ ਮੰਨ, ਅਸੀਂ ਤਾਂ ਕਹਿੰਦੇ ਜੇ ਕੋਈ ਕਹਿੰਦਾ ਮੈਂ ਗੁਰੂ ਗ੍ਰੰਥ ਸਾਹਿਬ ਨੂੰ ਨਹੀਂ ਮੰਨਦਾ ਤਾਂ ਨਾ ਮੰਨੇ, ਪਰ ਉਹ ਬੰਦੇ ਨਹੀਂ ਹੋ ਸਕਦੇ ਜਿਹੜੇ ਪ੍ਰਚਾਰਕ ਸਾਡੇ ਪ੍ਰਚਾਰ ਕਰਨ ਜੀ, ਉਹ ਬੰਦੇ ਉਹ ਨਹੀਂ ਹੋ ਸਕਦੇ ਵੀ ਗੁਰੂ ਘਰ ਦੇ ਵਿੱਚ ਆ ਕੇ ਤਾਂ ਮੈਂ ਲੰਗਰ ਵਰਤਾਉਣਾ ਜਾਂ ਆਹ ਸੇਵਾ ਕਰਨੀ ਤਾਂ ਮੈਂ ਨਹੀਂ ਗੁਰੂ ਗ੍ਰੰਥ ਸਾਹਿਬ ਨੂੰ, ਉਹ ਨਹੀਂ ਕਰ ਸਕਦੇ ਇਹ ਚੀਜ਼ ਜੀ। ਸੋ ਇਸ ਕਰਕੇ ਇਹ ਜਿਹੜੇ ਬੰਦੇ ਗੁਰੂ ਦੀ ਨਿੰਦਿਆ ਕਰਦੇ, ਹਰੇਕ ਚੀਜ਼ ਦੀ ਨਿੰਦਿਆ ਕਰਦੇ, ਇਸ ਕਰਕੇ ਇਹਨਾਂ ਬੰਦਿਆਂ ਨੂੰ ਇਹ ਟਕਸਾਲ ਦਾ ਨਾਂ ਤਾਂ ਵਜਾਉਂਦੇ ਆ ਕਿਉਂਕਿ ਜੋ ਵੀ ਧਰਮ ਦੀ ਪੜ੍ਹਾਈ ਜੋ ਸਾਰਾ ਕੁਛ ਆ ਉਹ ਟਕਸਾਲ ਦਾ ਸੀਨਾ ਵਸੀਨਾ ਦਸਵੇਂ ਪਾਤਸ਼ਾਹ ਵਾਲਾ ਜਿਹੜਾ ਸਿਧਾਂਤ ਆ ਉਹ ਚੱਲ ਰਿਹਾ, ਇਹ ਉਸ ਨੂੰ ਠੇਸ ਮਾਰਨੀ ਚਾਹੁੰਦੇ, ਹੋਰ ਇਹਨਾਂ ਦਾ ਰੌਲਾ ਨਹੀਂ ਦੱਸ ਦਿੰਦਾ ਵੀ ਜਿੰਨੇ ਬੰਦੇ ਸਾਨੂੰ ਗੁੰਡੇ ਕਹਿੰਦੇ ਟਕਸਾਲੀਆਂ ਨੂੰ ਗਾਲਾਂ ਕੱਢਦੇ ਉਹ ਮਤਲਬ ਤੁਰੇ ਫਿਰਦੇ 84 ਤੋਂ ਬਾਅਦ ਚ ਉਹਨਾਂ ਦੇ ਨਾਲ ਵਿਚਰਦੇ ਰਹੇ ਸੀ ਇੱਥੇ ਵੀ ਸੰਗਤਾਂ ਦੇ ਵਿੱਚ ਜੀ, ਉਹ ਹਰੇਕ ਜਿਹੜੇ ਬੰਦੇ ਮੈਂ ਤੁਹਾਨੂੰ ਦੱਸੇ ਆ ਨਾ ਵੀ ਜਿਹੜੇ ਜਿਹੜੇ ਬੰਦਿਆਂ ਨੇ ਇੰਗਲੈਂਡ 'ਚ ਆ ਕੇ ਪ੍ਰੋਬਲਮਾਂ ਖੜੀਆਂ ਕੀਤੀਆਂ, ਗੁਰਮਤਿ ਦੇ ਉਲਟ ਪ੍ਰਚਾਰ ਕੀਤਾ ਕਰਦੇ ਰਹੇ ਆ, ਦਲਗੀਰ ਵਰਗੇ ਜਾਂ ਹੋਰ ਜਿੰਨੇ ਕੁ ਨਾਂ ਲਏ ਆ, ਉਹਨਾਂ ਬੰਦਿਆਂ ਨਾਲ ਰਿਲੇਟਡ ਆ ਬੰਦੇ ਉਹਨਾਂ ਦੇ ਨਾਲ ਉਹ ਮਤਲਬ ਕਿਉਂਕਿ ਬਹੁਤੇ ਬੰਦੇ ਭਾਈ ਸਾਹਿਬ ਜਿਹੜੇ ਬੰਦੇ ਹੈ ਨਾ ਲੋਕਾਂ ਵੋਟਾਂ ਲੋਕਾਂ ਮਗਰ ਵੋਟਾਂ ਮਗਰ ਤੇ ਨੋਟਾਂ ਮਗਰ ਲੱਗਣਗੇ ਨੇ ਉਹਨਾਂ ਧਰਮ ਦਾ ਪ੍ਰਚਾਰ ਨਹੀਂ ਕਰ ਸਕਣਾ ਕਿਉਂਕਿ ਉਹਨਾਂ ਨੂੰ ਲੋਕਾਂ ਨੂੰ ਖੁਸ਼ ਕਰਨ ਵਾਸਤੇ ਟਕਸਾਲ ਨੂੰ ਗਾਲਾਂ ਕੱਢਣੀਆਂ ਪੈਂਦੀਆਂ, ਗੁੰਡੇ ਕਹਿਣਾ ਪੈਂਦਾ ਸਾਰਾ ਕੁਝ, ਫਿਰ ਲੋਕੀ ਖੁਸ਼ ਹੁੰਦੇ ਆ ਜਿਹੜਾ ਪ੍ਰਚਾਰ ਤੁਸੀਂ 2-4 ਗਾਲਾਂ ਕੱਢੋ ਟਕਸਾਲ ਨੂੰ, ਸਾਧਾਂ ਨੂੰ ਕੱਢ ਦਿਓ 4-5 ਨੂੰ, ਸਾਧਾਂ ਨੇ ਪੈਸੇ ਦੇਣੇ ਆ, ਸਾਧਾਂ ਨੇ ਪ੍ਰਚਾਰਕ ਪਾਲਣੇ ਆ, ਉਹ ਦੂਜੇ ਬੰਦੇ ਤਾਂ ਪੈਸਾ ਦਿੰਦੇ ਨਹੀਂ ਨਾ ਮਿਸ਼ਨਰੀ ਵਾਲੇ ਨੇ ਦੇਣਾ ਨਾ ਦੂਜਿਆਂ ਨੇ ਦੇਣੇ ਆ, ਮਤਲਬ ਕੀਰਤਨ ਕਰਨ ਵਾਲੇ ਤੋਂ ਕਹਿੰਦੇ ਅਸੀਂ ਕੀਰਤਨ ਕਰਦੇ ਸਾਨੂੰ ਕੋਈ ਲੋੜ ਨਹੀਂ ਕਿਸੇ ਕਥਾ ਸੁਣਨ ਦੀ ਪ੍ਰਚਾਰ ਕਰਨ ਦੀ,
ਪੈਸੇ ਵੀ ਅਸੀਂ ਦਈਏ, ਉਹਨਾਂ ਦੇ ਭਾਂਡੇ ਵੀ ਅਸੀਂ ਮਾਂਜੀਏ, ਗੁਰਦੁਆਰੇ 'ਚ ਵੀ ਅਸੀਂ ਬੁਲਾਈਏ ਅਤੇ ਗਾਲਾਂ ਵੀ ਗੁਰੂ ਨੂੰ ਅਸੀਂ ਕਹੀਏ, ਕਿੱਦਾਂ ਹੋ ਸਕਦਾ? ਫਿਰ ਇੱਕ ਮਿੰਟ ਤੁਸੀਂ ਹੁਣ ਦੇਖੋ, ਇਹ ਇਹ ਕਰਦੇ ਆ ਜਥੇਬੰਦੀਆਂ ਵਿੱਚੋਂ ਵੀ ਰੰਜਿਸ਼ਾਂ ਕਰ ਕਰਕੇ ਅਤੇ ਇੱਕ ਦੂਜੇ ਦਾ ਥੱਲਾ ਲਾਉਂਦੇ ਆ। ਉਦੋਂ ਹੁਣ ਜਰਨੈਲ ਸਿੰਘ ਨਿਊਕੈਸਲ ਵਾਲੇ ਨੇ ਕੀਤਾ ਟੈਲੀਫੋਨ, ਕਹਿਣ ਲੱਗਾ ਜੇ ਉਹ ਸੁਣਦੇ ਆ ਕੀਤ ਰਾਜ ਆ ਅਤੇ ਕੱਲ੍ਹ ਨੂੰ ਕੁਐਸਚਨ ਕਰਨਗੇ, ਜੇ ਪੰਜਾਬ ਵਾਲੇ ਜਿਹੜੇ ਖਾਲਸਾ ਨਹੀਂ ਮੰਗਦੇ ਤਾਂ ਤੁਸੀਂ ਇੱਥੇ ਕਦੋਂ ਪਾਰਲੀਮੈਂਟ ਜਾ ਕੇ ਕਰਦੇ, ਲੋਕਾਂ ਤੋਂ ਗਾਲਾਂ ਖਾਣੀਆਂ ਨਾ ਬਾਅਦ ਦੇ ਵਿੱਚ, ਹੈਨਾ ਜੀ? ਹੁਣ ਹੁਣ ਦੇਖੋ ਉਹ ਮਤਲਬ ਉਹਨੇ ਬਚਨ ਤਾਂ ਕਹਿ ਦਿੱਤਾ, ਅਤੇ ਇੱਥੋਂ ਤੁਸੀਂ ਨਹੀਂ ਸ਼ਾਇਦ ਆਏ ਹੋਣੇ, ਰਵੀਰ ਹੋਣੀ ਸੋਹਣੀ ਇੱਥੇ ਹੋਣੇ ਆ, ਇੱਥੋਂ 300 ਮੀਲ ਜਾ ਕੇ ਤਾਂ ਉਹਨਾਂ ਦਾ ਗੁਰਦੁਆਰਾ ਨੂੰ ਦੁਆਤਾ ਸੰਗਤਾਂ ਨੇ, ਸੰਗਤਾਂ ਖੁਸ਼ ਸੀ ਉਹਨਾਂ ਬੰਦਿਆਂ ਨਾਲ, ਬਾਅਦ 'ਚ ਵੀ ਖੁਸ਼ ਆ, ਅਗਾਂਹ ਵੀ ਉਹਨਾਂ ਦਾ ਖੁਸ਼ ਹੋ ਸਕਦੀਆਂ। ਸਾਹਮਣੇ ਬਿਠਾ ਲਈਏ, ਉਹ ਤੁਹਾਨੂੰ ਜਵਾਬ ਦੇ ਦੇਣਗੇ। ਸਮਾਂ ਮੇਰਾ ਮੈਨੂੰ ਜਿਹੜਾ ਇਜਾਜ਼ਤ ਨਹੀਂ ਦਿੰਦਾ ਕਿ ਮੈਂ ਬਹੁਤਾ ਇੰਨਾ ਜ਼ਿਆਦਾ ਲੰਬਾ ਲੈ ਕੇ ਜਾਵਾਂ, ਤੇ ਇੱਕ ਆਖਰੀ ਗੱਲ ਦੇ ਨਾਲ ਮੈਂ ਤੁਹਾਨੂੰ ਸਾਰਿਆਂ ਤੋਂ ਇੱਕ ਇੱਕ ਮਿੰਟ ਦੇਣਾ ਚਾਹਾਂਗਾ ਕਿ ਬਹੁਤ ਲੰਬੇ ਸਮੇਂ ਤੋਂ ਕੰਮ ਚੱਲਦਾ ਆ ਰਿਹਾ, ਤੁਸੀਂ ਜ਼ਿਕਰ ਕੀਤਾ ਜੀ ਬਹੁਤ ਲੰਬੇ ਟਾਈਮ ਤੋਂ ਇਹ ਕੰਮ ਚੱਲਦਾ ਆ ਰਿਹਾ, ਤੇ ਇਹਦਾ ਹੱਲ ਕਦੇ ਕੋਈ ਕੱਢਣ ਦਾ ਯਤਨ ਨਹੀਂ ਕੀਤਾ, ਕਮੇਟੀਆਂ ਬਣਨਗੀਆਂ ਜਾਂ ਰੋਕਥਾਮ ਹੋਊਗੀ ਜਾਂ ਹੱਲ ਹੋਊਗਾ, ਪਰ ਹੱਲ ਹੋਇਆ ਨਹੀਂ, ਇਹਦੇ ਬਾਰੇ ਕੀ? ਉਹਦਾ ਰੀਜਨ ਹੈ ਜੀ ਬਹੁਤ ਤਕੜਾ ਜੀ, ਕਈ ਕਮੇਟੀ ਕਹਿਣਗੇ ਜੀ, ਉਦੋਂ ਕਮੇਟੀ ਬਣਾਉਣ ਨੂੰ ਕਿਹਾ ਸੀ ਧੁੰਦੇ ਵਾਰੀ ਜਾਂ ਪ੍ਰੋਫੈਸਰ ਵਾਰੀ ਜਾਂ ਪਹਿਲੋਂ, ਕਿਉਂਕਿ ਉਹ ਦੇਖਦੇ ਰਹਿੰਦੇ ਆ ਵੀ ਇਹ ਜਿਹਨਾਂ ਨੂੰ ਅਸੀਂ ਚਾਰ ਕੁ ਬੰਦੇ ਕਹਿੰਦੇ ਮਰ ਮੁਰ ਜਾਣੇ ਜਾਂ ਇੱਦਾਂ ਮਤਲਬ ਥੱਕ ਜਾਣਗੇ ਜਾਂ ਅੱਕ ਜਾਣਗੇ ਜਾਂ ਬਦਨਾਮ ਕਰ ਦਿਆਂਗੇ ਅਤੇ ਇਹ ਖਤਮ ਹੋ ਜਾਣੇ, ਵੀ ਚਲੋ ਹੁਣ ਦਾ ਪਤਾ ਲੱਗਾ ਵੀ ਇਹ ਨਹੀਂ ਵੀ ਉਹ ਵੀ ਚੱਲੀ ਜਾਂਦੇ, ਅਸੀਂ ਤਾਂ ਕਿਸੇ ਨੂੰ ਕਹਿੰਦੇ ਨਹੀਂ ਉਹ ਚੱਲਣੀ, ਜਿੰਨਾ ਚਿਰ 3 ਘੰਟੇ ਫਿਲਮ ਚੱਲਣੀ ਨਾ ਉਹਨਾਂ ਚਿਰ ਦੋਵੇਂ ਹੀਰੋ ਵੀ ਚੱਲਣੀ ਜਾਣਾ ਅਤੇ ਵਿਰੋਧ ਵਾਲੀ ਵੀ ਚੱਲੀ ਜਾਣੀ, ਉਹ ਖਤਮ ਨਹੀਂ ਹੋਣੇ, ਕਿਉਂਕਿ ਡਾਇਰੈਕਟਰ ਦੇ ਹੱਥ ਆ, ਜਿਹਨੇ ਹਰਨਾਕਸ਼ ਨੂੰ ਪੈਦਾ ਕੀਤਾ ਉਹਨੇ ਪ੍ਰਹਲਾਦ ਵੀ ਉਹਦੇ ਘਰੇ ਪੈਦਾ ਕੀਤਾ, ਪ੍ਰਹਲਾਦ ਇਕੱਲਾ ਕਮੇਟੀ ਬਣ ਜਾਣੀ, ਕਮੇਟੀ ਹੁਣ ਬਣੀ, ਕਮੇਟੀ ਤਾਂ ਨਹੀਂ ਅੱਗੇ ਬਣਦੀ ਜੀ, ਕਿਉਂਕਿ ਆਪਾਂ ਪੰਜਾਬ ਤੋਂ ਆਏ, ਜਦੋਂ ਆਪਾਂ ਫਸਲਾਂ ਬੀਜਦੇ, ਝੋਨਾ ਬੀਜਦੇ, ਕਣਕ ਬੀਜਦੇ, ਹੋਰ ਬੀਜਦੇ ਨਾ ਜੀ, ਤੇ ਆਪਾਂ ਝੋਨੇ ਦੇ ਵਿੱਚ ਮਛੈਟੀ ਨਹੀਂ ਪਾਉਂਦੇ ਹੁੰਦੇ ਸੀ, ਤੁਹਾਨੂੰ ਜਿੱਤਾ ਨਾ ਜੀ, ਤੇ ਮਛੈਟੀ ਕੌਣ ਪਾ ਸਕਦਾ ਜਿਹਦੇ ਕਿਤੇ ਚੀਰ ਨਾ ਆਇਆ ਹੋਵੇ, ਜਿਹਦੇ ਕਿਤੇ ਟੱਕ ਨਾ ਲੱਗਾ ਹੋਵੇ, ਜਿਹਦੇ ਬਿਆਈਆਂ ਨਾ ਹੋਈਆਂ ਹੋਣ, ਜਿਹਦੇ ਨਹੁੰ ਨਾ ਟੁੱਟੇ ਹੋਣ, ਤੇ ਉਹ ਸਰਦਾਰ ਪਾ ਸਕਦਾ, ਨਹੀਂ ਉਹਨੂੰ ਭਈਆ ਲਿਆ ਕੇ ਫੜ ਕੇ ਪਾਉਣੀ ਪੈਣੀ ਆ, ਕਿਉਂਕਿ ਉਹਨੂੰ ਪਤਾ ਵੀ ਜੇ ਕੱਖ ਨਹੀਂ ਮਰਨਾ ਮੈਂ ਮਰ ਜਾਣਾ ਜੀ। ਹੁਣ ਜਿਹੜੇ ਬੰਦੇ ਆਪ ਦਲਗੀਰ ਦਾ ਸਮਾਨ ਵੇਚਦੇ ਆ, ਗਲਤ ਚੀਜ਼ਾਂ ਵਰਤਾਉਂਦੇ ਆ, ਗਲਤ ਚੀਜ਼ਾਂ ਖਾਂਦੇ ਆ, ਆਂਡੇ ਖਾਂਦੇ, ਆਮਲੇਟ ਖਾਂਦੇ, ਪੱਗ ਬੰਨੀ ਬਣਾਈ ਰੱਖਦੇ ਆ, ਤੇ ਉਹਨਾਂ ਨੂੰ ਪਤਾ ਵੀ ਜੇ ਅਸੀਂ ਕਮੇਟੀ ਜਾ ਕੇ ਸਾਡੇ ਕੋਲ ਕੰਮ ਨਹੀਂ ਹੋਣਾ, ਅਸੀਂ ਤਾਂ ਆਪ ਇਹਨਾਂ ਚੀਜ਼ਾਂ ਦੇ ਉਲਟੇ ਆ। ਕਮੇਟੀ ਬਣਨੀ ਚਾਹੀਦੀ ਆ, ਬਣਾਉਣ ਜੇ ਕੋਈ ਜੀਵਨ ਵਾਲੇ ਬੰਦੇ, ਅਸੀਂ ਨੀ ਕਹਿੰਦੇ, ਅਸੀਂ ਦੇਖਿਆ ਜਾਵੇ ਇਹ ਸਿੰਘ ਪੰਜਾਂ ਪੈਰਾਂ 'ਚ ਲੱਗਦਾ, ਇਹਨੂੰ ਪੰਜਾਂ ਬਾਣੀਆਂ ਦਾ ਨਿਤਨੇਮੀ ਆ, ਤੇ ਜੇ ਹੁਣ 3 ਬਾਣੀਆਂ ਨੂੰ ਪਹਿਲਾਂ ਕੱਟ ਕੇ ਬੈਠਾ ਆ, ਤੇ ਉਹਨੂੰ ਪਤਾ ਵੀ ਮੈਂ ਕਮੇਟੀ 'ਚ ਆਇਆ ਤੇ ਕੰਮ ਖਰਾਬ ਹੋਊ, ਤਾਂ ਉਹ ਆਪਣੀ ਮਜੋਰਟੀ ਵਧਾਉਣਗੇ ਜੀ। ਪਰ ਇਸ ਕਰਕੇ ਅਸੀਂ ਕਹਿੰਦੇ ਕਮੇਟੀ ਬਣਨੀ ਚਾਹੀਦੀ, ਹੁਣ ਉਹਦਾ ਬਣ ਜਾਊਗੀ ਲੱਗਦਾ, ਕਿਉਂਕਿ ਉਹਨਾਂ ਦੇਖ ਲਿਆ ਵੀ ਇਹਨਾਂ ਨੂੰ ਤਕਰੀਬਨ 20-25 ਸਾਲਾਂ ਤੋਂ ਬਦਨਾਮ ਕਰਦੇ ਆਏ ਆ, ਔਰ ਵੱਡੀਆਂ ਵੱਡੀਆਂ ਜਥੇਬੰਦੀਆਂ ਸਾਥ ਸੂਥ ਕੋਈ ਨਹੀਂ ਦਿੰਦੀਆਂ, ਮਤਲਬ ਉਹਨਾਂ ਦੇ ਛੋਟੇ ਲੈਵਲ ਦੇ ਬੰਦੇ ਸਾਥ ਦਿੰਦੇ ਆ ਇਹਨਾਂ ਕੰਮਾਂ 'ਚ, ਤੇ ਦੂਜੇ ਵੱਡੇ ਕਹਿੰਦੇ ਆ ਨਹੀਂ ਜੀ। ਤੇ ਬਾਬਾ ਚਰਨ ਸਿੰਘ ਜੀ, ਮੈਂ ਤੁਹਾਡੇ ਵੱਲ ਆਵਾਂਗਾ ਕਿਉਂਕਿ ਸਮਾਂ ਵੀ ਆਪਣਾ ਤਕਰੀਬਨ ਸਮਾਪਤੀ ਵੱਲ ਹੀ ਹੈ, ਤੇ ਫਿਰ ਕੀ ਇਹਦਾ ਹੱਲ ਨਿਕਲੂਗਾ ਜੇ ਲਾਸਟ 'ਤੇ ਆਪਾਂ ਇਸ ਗੱਲ ਨੂੰ ਵਿਚਾਰੀਏ ਕਿ ਇਹ ਜਿਹੜੀ ਚੀਜ਼ ਹੈ ਰੁਕਣੀ ਚਾਹੀਦੀ ਹੈ, ਭਾਵੇਂ ਨਿੰਦਕਾਂ ਦੀ ਗੱਲ ਹੋਈ ਹੈ, ਭਾਵੇਂ ਪੱਗ ਦੀ ਗੱਲ ਹੋਈ ਹੈ, ਕਿ ਇਹ ਜਿਹੜਾ ਸਾਰਾ ਵਰਤਾਰਾ ਹੈ ਉਹ ਸੰਗਤ ਦੇ ਹਿੱਤ ਦੇ ਵਿੱਚ ਨਹੀਂ ਜਾਂਦਾ, ਗੱਲ ਰੁਕਣੀ ਚਾਹੀਦੀ ਹੈ। ਸੋ ਕਮੇਟੀਆਂ ਬਣਨਗੀਆਂ ਜਾਂ ਕੇਵਲ ਗੱਲਾਂ ਬਾਤਾਂ ਦੇ ਨਾਲ ਹੀ ਮਸਲਾ ਠੰਡਾ ਹੋ ਜੂ, ਤਾਂ ਫਿਰ 6 ਮਹੀਨਿਆਂ ਨੂੰ ਸਾਲ ਨੂੰ ਫਿਰ ਆਹ ਕੁਛ ਹੋ। ਇਹ ਦੇਖੋ, ਇਹ ਤਾਂ ਮਹਾਰਾਜ ਦੇ ਵਾਸਿਆ, ਪਰਮਾਤਮਾ ਦੇ ਵੱਸ, ਵਾਹਿਗੁਰੂ ਦੇ ਵਾਸਿਆ, ਗੁਰੂ ਸਾਹਿਬ ਸਮਰੱਥ ਆ ਜੀ।
ਬਈ ਐਤਕੀ ਜਿਹੜੇ ਅੱਗੇ ਚਿੱਠੀਆਂ ਪਾਉਂਦੇ ਸੀ ਵੀ ਇਹਨਾਂ ਬੰਦਿਆਂ ਨੇ ਗਲਤ ਕਰਤਾ, ਇੱਥੇ ਇੱਦਾਂ ਕਰਤਾ, ਐਤਕੀ ਪੰਜਾਬ ਦੇ ਵਿੱਚੋਂ ਜਿਹੜੇ ਦੂਏ ਜਿਹਨਾਂ ਨੂੰ ਵਿਰੋਧੀ ਸਮਝਿਆ ਜਾਂਦਾ ਸੀ ਉਹਨਾਂ ਤੋਂ ਚਿੱਠੀਆਂ ਲੈਣ ਦੀ ਕੋਸ਼ਿਸ਼ ਕੀਤੀ ਇਹਨਾਂ ਨੇ ਵਿਰੋਧੀਆਂ ਨੇ, ਉਹਨਾਂ ਨੇ ਕਿਸੇ ਨੇ ਵੀ ਇਹਨਾਂ ਦੇ ਮਾਨਤਾ ਵਾਲੀ ਸੰਪਰਦਾ ਜਾਂ ਕਿਸੇ ਜਥੇਬੰਦੀ ਨੇ ਜਾਂ ਅਕਾਲ ਤਖ਼ਤ ਸਾਹਿਬ ਨੇ ਜਾਂ ਦੂਏ ਸਿੰਘ ਸਾਹਿਬ ਜਿਹੜੇ ਬਣੇ ਆ ਸਰਬੱਤ ਖਾਲਸੇ ਵਾਲੇ, ਉਹਨਾਂ ਚੋਂ ਕਿਸੇ ਇੱਕ ਨੇ ਵੀ ਇਹਨਾਂ ਦੇ ਹੱਕ 'ਚ ਨਹੀਂ ਬਿਆਨ ਦਿੱਤਾ ਔਰ ਇਹਨਾਂ ਦੇ ਉਲਟ ਦਿੱਤਾ ਵੀ ਜਿਹੜੇ ਗੁਰੂ ਕੇ ਨਿੰਦ ਕਿਆ ਉਹਨਾਂ ਨੂੰ ਰੋਕਿਆ ਜਾਵੇ। ਇਹ ਸਾਰੇ ਜਿਹੜਾ ਨਿਊਜ਼ੀਲੈਂਡ ਵਾਲਾ ਨੇਕਾ ਸੀ ਇਹ ਸਭ ਉਹਦੇ ਮਿੱਤਰ ਆ ਤੇ ਉਹਦੇ ਨਾਲ ਜੋ ਹਾਲਤ ਹੋਈ ਆ ਉਹਦਾ ਹੁਣ ਸਾਰਾ ਕੁਝ ਉੱਤੇ ਵੀ ਪੁਲਿਸ ਨੂੰ ਵੀ ਪਤਾ ਲੱਗ ਗਿਆ, ਉਹਦਾ ਬੰਦ ਕਰ ਰਹੇ ਸਾਰਾ, ਕਿਉਂਕਿ ਉੱਥੇ ਦੀ ਸੰਗਤ ਹੀ ਸੀ ਨਾ ਸਾਰੀ, ਪਹਿਲਾਂ ਉਹਦੇ ਕਿੱਥੇ ਬਰਖਿਲਾਫ ਸੀ, ਕੋਈ ਨਹੀਂ ਸੀ ਬਰਖਿਲਾਫ, ਉਹਨਾਂ ਨੇ ਗੁਰੂ ਨੂੰ ਨਿੰਦਣਾ ਸਿੱਧਾ ਸ਼ੁਰੂ ਕਰ ਦਿੱਤਾ ਤੇ ਜਿਵੇਂ ਹੁਣ ਢੱਡੀਆਂ ਵਾਲਾ ਉਹਦਾ ਮਿੱਤਰ ਆ, ਆ ਇੱਥੇ ਦੇ ਇੱਕ ਦੂਸਰੇ ਹੈਗੇ ਟਾਈਗਰ ਉਹ ਉਹਨਾਂ ਦਾ ਇੱਕ ਮਿੱਤਰ ਆ ਇੱਥੇ ਵਾਲੇ, ਫਿਰ ਦੂਸਰਾ ਜਿਹੜੇ ਆ ਦੂਸਰੇ ਹੈਗੇ ਆ ਧੁੰਦੇ ਹੁਣ ਸਰਬਜੀਤ, ਦੂਸਰਾ ਮਾਂਝੀ ਧਪਾਲੀ ਮਖੂ, ਉਹ ਸਭ ਉਹਦੇ ਮਿੱਤਰ ਆ, ਉਹਨਾਂ ਦੀਆਂ ਟੇਬਾਂ ਸਾਰਿਆਂ ਦੀਆਂ ਭਰੀ ਆ ਤੇ ਸੰਗਤ ਨੂੰ ਪਤਾ ਵੀ ਇਹ ਸਾਰੇ ਗੁਰੂ ਨਿੰਦਕ ਆ ਤੇ ਜੇ ਉਹਨਾਂ ਦਾ ਹੈੱਡ ਫੜਿਆ ਗਿਆ, ਜਿਹੜਾ ਉਹਨਾਂ ਦਾ ਹੈੱਡ ਫੜਿਆ ਗਿਆ ਤੇ ਇਹਦਾ ਮਤਲਬ ਇਹ ਮੱਝ ਮਰ ਗਈ ਆ ਤੇ ਜੂਆਂ ਮਰ ਜਾਣੀਆਂ ਹੌਲੀ ਹੌਲੀ, ਇਹ ਮਰਨੀਆਂ, ਸੰਗਤ ਨੂੰ ਪਤਾ ਲੱਗ ਗਿਆ। ਹੁਣ ਜੋ ਟੈਲੀਵਿਜ਼ਨਾਂ ਦੇ ਉੱਤੇ ਆ ਸਾਰੇ ਨੇ, ਕਿਸੇ ਨੇ ਅਮਰੀਕ ਸਿੰਘ ਨੂੰ ਨਹੀਂ ਕਿਹਾ, ਖੰਡ ਕੀਤਨੀਆਂ ਨੇ ਲਾਈ ਆ ਚਿੱਠੀ ਬੜੀ ਸਾਰੀ, ਕਿਸੇ ਅਮਰੀਕ ਸਿੰਘ ਨੇ ਕਿਸੇ ਨੂੰ ਨਹੀਂ ਕਿਹਾ ਵੀ ਇਹਨੇ ਸਹੀ ਕੀਤਾ, ਉਹਨੇ ਇਸ ਕਰਕੇ ਪੱਗ ਦਾ ਹੀ ਰੌਲਾ ਇੱਕ ਪਾਇਆ, ਉਹਨਾਂ ਨੂੰ ਪਤਾ ਲੱਗ ਗਿਆ ਵੀ ਪਖੰਡ ਦੇ ਤੌਰ ਤੇ ਪੱਗ ਦਾ ਰੌਲਾ ਪਾਉਂਦਾ, ਉਹਨਾਂ ਨੇ ਕਿਸੇ ਨੇ ਇਹਦੀ ਪੱਗ ਦਾ ਨੋਟਿਸ ਨਹੀਂ ਲਿਆ, ਉਹ ਕਹਿੰਦੇ ਜਿਹੜੇ ਬੰਦੇ ਨਿੰਦ ਕਿਹਾ ਇਹਨਾਂ ਨੂੰ ਗੁਰਦੁਆਰੇ ਦੀਆਂ ਕਮੇਟੀਆਂ ਸਖ਼ਤ ਐਕਸ਼ਨ ਲੈਣ ਤੇ ਇਹਨਾਂ ਨੂੰ ਬੰਦ ਕਰ ਦੇ। ਹੱਲ ਫਿਰ ਹੋਊਗਾ ਇਹਦਾ ਜਾਂ ਏਦਾਂ ਹੀ ਨਿਤ ਨਵੀਆਂ ਗੱਲਾਂ ਆਉਂਦੀਆਂ ਰਹਿਣਗੀਆਂ ਤੇ ਆਪਸੀ ਇੱਕ ਦੂਜੇ ਦੀ ਤਕਰਾਰ ਵੱਧਦੀ ਜਾਊਗੀ? ਹੱਲ ਪਤਾ ਕੀ ਹੈ, ਅਸਲ 'ਚ ਆਪਣੀ ਸਿੱਖ ਕੌਮ ਹੈਗੀ ਗੁਲਾਮ, ਅਸਲੀ ਇਹਦੀ ਕਾਰਨ ਇਹ ਆ, ਜਦੋਂ ਦੀ ਸਿੱਖ ਕੌਮ ਬਣੀ ਆ ਨਾ ਉਹਦੇ ਵਿੱਚੋਂ ਹੀ ਰਾਜਿਆਂ ਨੇ ਜਾਂ ਮੁਗਲਾਂ ਨੇ ਵਿੱਚੋਂ ਬਾਈ ਕਰਨ ਦੀ ਕੋਸ਼ਿਸ਼ ਕੀਤੀ ਹੈ ਜੀ, ਮੁਗਲ ਰਾਜ ਵੇਲੇ, ਫਿਰ ਹਿੰਦੂਆਂ ਨੇ ਕੀਤੀ ਹੈ, ਫਿਰ ਅੰਗਰੇਜ਼ਾਂ ਨੇ ਦੇਖੋ ਕਿੰਨਾ ਕੁਛ ਕੀਤਾ। ਹੁਣ ਆਹ ਕਾਂਗਰਸ ਸਰਕਾਰ ਨੇ ਨਰਕਧਾਰੀ ਬਣਾਏ ਸੀਗੇ, 78 ਦਾ ਸਾਕਾ ਵਾਪਰਿਆ, ਫਿਰ ਬਾਅਦ 'ਚ ਹੁਣ ਦੇਖ ਲਓ ਕੁਨਿਆਰੇ ਛਨਿਆਰੇ, ਹੁਣ ਤਾਂ ਕਈ ਕੁਛ ਹੋਇਆ ਆਪਾਂ ਗੱਲ ਨੂੰ ਲੱਗੇ, ਕਿਉਂਕਿ ਹੁਣ ਜਿਹੜੀ ਪਤਾ ਪ੍ਰੋਬਲਮ ਕੀ ਆ, ਜਿਹੜੀ ਖਾਲਿਸਤਾਨ ਦੀ ਮੂਵਮੈਂਟ ਆ ਇਹਨੂੰ ਤਾਰ ਪੀਟੋ ਕਰਨ ਲਈ ਸਿੱਖਾਂ ਨੂੰ ਕੋਈ ਹਰਾ ਨਹੀਂ ਸਕਦਾ, ਉਹਨਾਂ ਨੂੰ ਕਹਿੰਦੇ ਧੁਰੇ ਨਾਲ ਤੋੜਿਆ ਜਾਵੇ, ਅਸਲੀ ਚੀਜ਼ ਆ ਤੇ ਜਦ ਮਰਿਆਦਾ ਹੀ ਜਬ ਗੁਰੂ ਮਹਾਰਾਜ ਜਾਬੇ ਗਏ ਵਿਪਰਨ ਕੀ ਰੀਤ, ਮੈਂ ਨਾ ਕਰੂੰ ਈਨ ਕੀ ਪ੍ਰਤੀਤ, ਰਹਿਣੀ ਰਹੇ ਸੋਈ ਸਿੱਖ ਮੇਰਾ ਸਾਹਿਬ ਮੈਂ ਉਸਕਾ ਚੀਰਾ, ਰਹਿਤ ਤੋਂ ਤੋੜਿਆ ਜਾ ਰਿਹਾ ਬਹੁਤ ਤਰੀਕੇ ਦੇ ਨਾਲ, ਸ਼ਕਤੀ ਉਹਨਾਂ ਚਿਰ ਗੁਰੂ ਮਹਾਰਾਜ ਉਹਨਾਂ ਚਿਰ ਸ਼ਕਤੀ ਦਿੰਦੇ ਜਿੰਨਾ ਚਿਰ ਸਿੱਖ ਰਹਿਤ ਚ ਰਹਿੰਦਾ। ਇਹ ਹੁਣ ਸਿਰਫ ਨਾ ਅਸਲੀ ਨਿਗਾਈ ਇਹਦੀ ਇਹ ਆ, ਕੋਈ ਸਮਝੇ ਨਾ ਸਮਝੇ ਇਹ ਉਹਨਾਂ ਦੀ ਆਪਣੀ ਗੱਲ ਆ, ਇਸ ਕਰਕੇ ਅਸੀਂ ਗੁਲਾਮ ਹਾਂ। ਸੰਤ ਵੀ ਇਹੀ ਕਹਿੰਦੇ ਸਿੰਘੋ ਆਨੰਦਪੁਰ ਸਾਹਿਬ ਆ ਜਾਓ, ਜੇ ਨਾ ਖਾਲਿਸਤਾਨ ਲੈਣਾ ਘਰੇ ਵੜੋ, ਇਸ ਕਰਕੇ ਨਾ ਬਾਕੀ ਹੋਰ ਕਮੇਟੀਆਂ ਕਮੂਟੀਆਂ ਬਣੀ ਜਾਣ, ਜੋ ਮਰਜ਼ੀ ਥੋੜ੍ਹੇ ਜਿਹੇ ਚਿਰ ਲਈ ਹੁੰਦਾ, ਜੋ ਥੋੜ੍ਹਾ ਚਿਰ ਨਾ ਹੋਊਗਾ ਕੰਮ, ਇਹ ਅਸਲੀਅਤ ਤਾਂ ਨਾ ਉਹ ਤੁਹਾਨੂੰ ਅਸਲੀ ਦੇਖ, ਹੁਣ 6 ਜੂਨ ਦਾ ਮੁਜ਼ਾਰਾ ਆ, ਉਹਨੇ ਹੁਣ ਭੇਜ ਦਿੱਤੀ ਕਿ ਵੀ ਇੱਥੇ ਲੜਾਈ ਹੋਵੇ, ਇੱਥੇ ਲੜਾਈ ਹੋਵੇ ਤਾਂ ਇੱਥੇ ਆਪੋ ਵਿੱਚ ਪਾਟਣ ਤਾਂ ਮੁਜ਼ਾਰਾ, ਕਿਉਂ ਮੁਜ਼ਾਰਾ ਜਿਹੜਾ ਆਪਣਾ ਇੰਗਲੈਂਡ ਦਾ ਨਾ ਉਹ ਸਾਰਿਆਂ ਨੂੰ ਚੁੱਭਦਾ, ਇੰਨਾ ਵੱਡੀ ਸੰਗਤ ਹੁੰਦੀ ਹੈ ਕਿ
ਸੋ ਆਪਸ ਵਿੱਚ ਪਾੜਨਾ ਚਾਹੁੰਦੇ ਤੁਹਾਡੇ ਉਹ ਸਾਰੀ ਇਹ ਸਾਰਾ ਪਿੱਛੇ ਆ ਪਿੱਛੇ ਰਿਹਾ ਹੈ ਇਹ ਜਿਹੜੇ 6 ਜੂਨ ਤੇ 31 ਅਕਤੂਬਰ ਜਦੋਂ ਇਹ ਦੋ ਆਉਂਦੇ ਨਾ ਦਿਨ ਉਦੋਂ ਬਾਕੀ ਇਹਨਾਂ ਕੋਈ ਨਾ ਕੋਈ ਲਾਗੇ ਏਦਾਂ ਦਾ ਕਰਦੇ ਆ ਕਰਜੋ ਤੇ ਜਿਹੜਾ ਕਿਉਂਕਿ ਇਹਦੀ ਇਹਦੇ ਪਿੱਛੇ ਇਹ ਸਾਰਾ ਜ਼ੋਰ ਲੱਗਿਆ ਗੁਰਦੁਆਰਿਆਂ 'ਚ ਲੜਾਈਆਂ ਹੋਣ ਦਾ ਵੀ ਇਹੀ ਕਾਰਨ ਹੈ ਉਹਨੇ ਆਪਣੇ ਆਪਣੇ ਬੰਦਿਆਂ ਨੂੰ ਤਖੜੇ ਕਰਕੇ ਕਹਿੰਦੇ ਵੀ ਇਹਨਾਂ ਨੂੰ ਕੱਢੋ ਇੱਥੇ ਕੋਈ ਗੱਲ ਨਾ ਹੋਵੇ ਸੱਚ ਦੀ ਗੱਲ ਨਾ ਹੋਵੇ ਇਸ ਕਰਕੇ ਅਸਲੀ ਕਾਰਨ ਇਹਦਾ ਹੈ ਆਪਣਾ ਰਾਜ ਭਾਸ਼ਾ ਬਹੁਤ ਬਹੁਤ ਧੰਨਵਾਦ ਸਰ ਸੁਖਵਿੰਦਰ ਜੀ ਆਖਰ ਵਿੱਚ ਕੁਝ ਕਹਿਣਾ ਚਾਹੁੰਦੇ ਤੇ ਪ੍ਰੋਗਰਾਮ ਦੀ ਸਮਾਪਤੀ ਕਰੀਏ ਫਿਰ ਦੇ ਆਖਰ ਵਿੱਚ ਇਹੋ ਕਹਿੰਦੇ ਵੀ ਆਪਾਂ ਗੁਰਮਤਿ ਦੇ ਸਾਰੇ ਆਪਾਂ ਧਾਰਨੀ ਹੋਈਏ ਸਾਰੇ ਸਿਆਣੇ ਬਣ ਕੇ ਤੇ ਜਿਹੜੀ ਕਮੇਟੀ ਹੈ ਇਹਦਾ ਸਾਥ ਦੇਣਾ ਚਾਹੀਦਾ ਇਮਾਨਦਾਰੀ ਨਾਲ ਜਿਹੜਾ ਆਪਾਂ ਕੰਮ ਕਰਾਂਗੇ ਉਹ ਕਾਮਯਾਬ ਹੋਊਗਾ ਜੀ ਕਿਉਂਕਿ ਤੁਹਾਨੂੰ ਪਤਾ ਵੀ ਜਦੋਂ ਇੱਦਾਂ ਗੱਲਾਂ ਬਾਤਾਂ ਕਰਦੇ ਆ ਮੀਡੀਆ 'ਚ ਕਰਦੇ ਇੰਨਾ ਤਾਂ ਸਾਡੇ ਕੋਲ ਵੀ ਦਿਮਾਗ ਹੈਗਾ ਵੀ ਅਸੀਂ ਇਹ ਸਾਨੂੰ ਵੀ ਨਹੀਂ ਚੰਗਾ ਲੱਗਦਾ ਹੁੰਦਾ ਪਰ ਜਦੋਂ ਆਪਾਂ ਨੇ ਕੋਈ ਆ ਹੀ ਜਾਂਦਾ ਹੁਣ ਗੁਰੂ ਸਾਹਿਬਾਂ 'ਤੇ ਇੰਨੇ ਹਮਲੇ ਹੋਏ ਆ ਨਿੰਦਕਾਂ ਨੇ ਇੰਨਾ ਕੁਛ ਕੀਤਾ ਆ ਵਾਰ ਵਾਰ ਕੀਤਾ ਆ ਅਤੇ ਗੁਰੂ ਸਾਹਿਬਾਂ ਨੂੰ ਫਿਰ ਕਰਨਾ ਪੈਂਦਾ ਰਿਹਾ ਇਹ ਥੋੜ੍ਹਾ ਵੀ ਹੁਣ ਚੁੱਪ ਕਰਕੇ ਬਹਿ ਜਾਣਾ ਚਲੋ ਲੜਾਈ ਹੁੰਦੀ ਹੈ ਜਾਂ ਅਸੀਂ ਹੁਣ ਚੁੱਪ ਕਰਕੇ ਬਹਿ ਜਾਈਏ ਇਸ ਕਰਕੇ ਇਹ ਸਾਰੇ ਗੁਰਮਤਿ 'ਤੇ ਪਹਿਰਾ ਦੇਣਗੇ ਅਤੇ ਖਾਲਿਸਤਾਨ ਦੀ ਲੜਾਈ ਆਪਾਂ ਲੜ ਰਹੇ ਹਾਂ ਉਹਦੇ ਵਿੱਚ ਆਪਾਂ ਕਿਉਂ ਆਜ਼ਾਦੀ ਮੇਨ ਆ ਆਪਣਾ ਕਿਉਂਕਿ ਬਿਮਾਰ ਬੰਦੇ ਦਾ ਖਾਧਾ ਹੋਇਆ ਅਤੇ ਗੁਲਾਮ ਬੰਦੇ ਦੀ ਅਕਲ ਕਿਸੇ ਕੰਮ ਨਹੀਂ ਆਉਂਦੀ ਖਾਣ ਪੀਣ ਨੂੰ ਬਿਮਾਰ ਕੋ ਬਹੁਤ ਹੁੰਦਾ ਆ ਅਤੇ ਦਿਮਾਗ ਗੁਲਾਮ ਬੰਦਿਆਂ ਕੋਲ ਵੀ ਬਹੁਤ ਹੁੰਦਾ ਪਰ ਉਹਦਾ ਦਿਮਾਗ ਦਾ ਫਾਇਦਾ ਹੋਰ ਲੈ ਰਹੇ ਹੁੰਦੇ ਆ ਜੀ ਇੰਨਾ ਪਰ ਗੁਰੂ ਦੀ ਕਿਰਪਾ ਨਾਲ ਜਿਹੜੇ ਸਿੱਖ ਯਾਦ ਰਹਿੰਦੇ ਉਹਨਾਂ ਨੂੰ ਪਤਾ ਆ ਫਿਰ ਅਸੀਂ ਉਸੇ ਹੀ ਆ ਕੇ ਗੱਲ 'ਤੇ ਫਿਰ ਬੇਨਤੀ ਕਰਦੇ ਹਾਂ ਵੀ ਜੇ ਪਿਛਲੀਆਂ ਗੱਲਾਂ ਦੇ ਵਿੱਚ ਮਤਲਬ ਬੰਦੇ ਫੇਲ ਹੋਏ ਆ ਅਤੇ ਗਾਲੀਆਂ 'ਚ ਵੀ ਫੇਲ ਹੋਣਾ ਇਸ ਵਾਸਤੇ ਗਲਤ ਬੰਦੇ ਦਾ ਕਦੀ ਤੁਸੀਂ ਕੋਈ ਮਤਲਬ ਸਾਥ ਨਹੀਂ ਆਪਾਂ ਨੂੰ ਦੇਣਾ ਚਾਹੀਦਾ ਅਤੇ ਗੁਰਮਤਿ ਦੇ ਫੈਸਲੇ ਪੁਰਾਣੇ ਪਹਿਲੇ ਪੁਰਾਤਨ ਹੋ ਚੁੱਕੇ ਉਦੋਂ ਲੜਾਈਆਂ ਨਹੀਂ ਹੁੰਦੀਆਂ ਉਦੋਂ ਨੂੰ ਕੋਈ ਜਾਂਦਾ ਨਹੀਂ ਉਹਨਾਂ ਗੱਲਾਂ ਵੱਲ ਅਤੇ 84 ਦਾ ਹਮਲਾ ਹੋਇਆ ਸੀਗਾ 84 ਇਹ ਜਿਹੜੀਆਂ ਜਥੇਬੰਦੀਆਂ ਹੁਣ ਰੌਲੀ ਪਾਉਂਦੀਆਂ ਆ ਟਕਸਾਲ ਦੀਆਂ ਬਣਦੀਆਂ ਆ ਕੀ ਕਹਿ ਲੈਂਦੇ ਸਰੀਕਾ ਬਣਦੇ ਆ ਵੀ ਅਸੀਂ ਵੀ ਘੱਟ ਨਹੀਂ ਅਸੀਂ ਵੀ ਘੱਟ ਨਹੀਂ ਅਤੇ ਉਹਨਾਂ ਦਾ 30 ਸਾਲਾਂ 'ਚ ਉਹਨਾਂ ਦੀ ਕਮਾਈ ਪੁੱਛੋ ਕੀ ਆ ਉਹ ਜਾਂ ਉਹ ਤੋਂ ਪਹਿਲਾਂ ਦੀ ਪੁੱਛ ਲਓ ਜਾਂ ਰਾਤੀ ਮੈਂ ਦੇਖਿਆ ਸੀਗਾ ਖਹਿਰਾ ਬੋਲਣ ਡਿਆ ਸੀ ਜਗਜੀਤ ਬੋਲਣ ਡਿਆ ਸੀ ਚੈਨਲ ਦੇ ਉੱਤੇ ਉਹ ਕਹਿੰਦੇ ਸੀ ਜਦੋਂ ਜੀ ਮਿਸਲਾਂ ਦਾ ਦੀ ਗੱਲ ਸੀ ਉਦੋਂ ਕੋਈ ਲੜਾਈ ਨਹੀਂ ਸੀ ਮਜਾਦਾ ਦੀ ਕਿਉਂਕਿ ਮਜਾਦਾ ਹੈ ਹੀ ਨਹੀਂ ਸੀ ਹੋਰ ਕੋਈ ਜਥੇਬੰਦੀ ਆਈ ਸੀ ਮਜਾਦਾ ਕਿੱਥੋਂ ਲੈ ਲੈਣੀ ਉਹਨਾਂ ਨੇ ਜੀ ਸੋ ਬਹੁਤ ਬਹੁਤ ਆਪ ਜੀ ਦਾ ਧੰਨਵਾਦ ਸੋ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਜਿਹੜੇ ਮੇਰੇ ਮਹਿਮਾਨ ਸਨ ਉਹਨਾਂ ਨੇ ਆਪਣੇ ਪੱਖ ਰੱਖੇ ਨੇ ਅਤੇ ਗੁਰਮਤਿ ਦੇ ਅਨੁਸਾਰ ਉਹਨਾਂ ਨੇ ਦਲੀਲਾਂ ਦੇ ਕੇ ਇਹ ਸਿੱਧ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਭਾਈ ਜੋ ਵੀ ਕੁਛ ਵਾਪਰਿਆ ਹੈ ਉਹ ਠੀਕ ਸੀ ਜਾਂ ਗਲਤ ਸੀ ਸੋ ਮੈਂ ਉਮੀਦ ਕਰਦਾ ਹਾਂ ਕਿ ਆਪ ਜੀ ਨੂੰ ਕੁਛ ਨਾ ਕੁਛ ਚੰਗੀ ਜਾਣਕਾਰੀ ਮਿਲੀ ਹੋਵੇਗੀ ਅਤੇ ਇੱਥੇ ਮੈਂ ਨਾਲ ਆਪ ਜੀ ਨੂੰ ਸੱਦਾ ਵੀ ਦੇਣਾ ਚਾਹੁੰਦਾ ਹਾਂ ਕਿ ਕੋਈ ਵੀ ਸਾਡਾ ਵੀਰ ਭੈਣ ਜਿਹੜਾ ਪ੍ਰੋਗਰਾਮ ਦੇਖ ਰਿਹਾ ਸੁਣ ਰਿਹਾ ਜੇਕਰ ਕਿਸੇ ਵੀ ਮੁੱਦੇ ਦੇ ਉੱਪਰ ਗੱਲ ਕਰਨੀ ਚਾਹੁੰਦਾ ਹੈ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਅਤੇ ਮੈਂ ਆਪਣੀ ਟੈਕਨੀਕਲ ਟੀਮ ਨੂੰ ਬੇਨਤੀ ਕਰਾਂਗਾ ਕਿ ਭਾਈ ਕਿਸੇ ਦਾ ਵੀ ਕੋਈ ਸੁਨੇਹਾ ਜਾਂ ਮੈਸੇਜ ਆਉਂਦਾ ਹੈ ਸੋ ਤੁਹਾਡੇ ਤੱਕ ਪਹੁੰਚ ਕਰਕੇ ਤੁਹਾਡਾ ਪੱਖ ਵੀ ਸੁਣਿਆ ਜਾਵੇ ਤਾਂ ਜੋ ਤੁਸੀਂ ਵੀ ਆਪਣੀ ਗੱਲ ਸਾਹਮਣੇ ਰੱਖ ਸਕੋ ਅਤੇ ਸਭ ਦੇ ਨਾਲ ਗੱਲ ਜਿਹੜੀ ਉਹ ਸਾਂਝੀ ਕਰਕੇ ਆਪਾਂ ਕੋਈ ਨਾ ਕੋਈ ਜਿਹੜਾ ਇਹਨਾਂ ਚੀਜ਼ਾਂ ਦੀ ਰੋਕਥਾਮ ਕੀਤੀ ਜਾ ਸਕੇ ਜੇਕਰ ਕੋਈ ਆਪਣੇ ਨਿੱਜੇ ਜੀਵਨ ਦੇ ਵਿੱਚ ਜੋ ਕਰਨਾ ਚਾਹੁੰਦਾ ਹੈ ਉਹਨੂੰ ਪੂਰਾ ਹੱਕ ਹੈ ਉਹ ਕਰੇ ਪਰ ਧਰਮ ਦੇ ਨਾਂ ਦੇ ਉੱਪਰ ਗੁਰੂ ਸਾਹਿਬਾਨ ਦੇ ਨਾਂ ਦੇ ਉੱਪਰ ਇਤਿਹਾਸ ਦੇ ਨਾਂ ਦੇ ਉੱਪਰ ਸੰਗਤਾਂ ਦੇ ਵਿੱਚ ਦੁਬਧਾ ਪਾਉਣੀ ਜਾਂ ਮੁੱਦਾ ਬਣਾ ਕੇ ਲੜਾਈ ਦਾ ਮਾਹੌਲ ਪੈਦਾ ਕਰਨਾ ਉਹ ਕਿਸੇ ਵੀ ਧਿਰ ਵਾਸਤੇ ਕਿਸੇ ਵੀ ਪ੍ਰਚਾਰਕ ਵਾਸਤੇ ਉਹ ਚੰਗਾ ਨਹੀਂ ਸੋ ਇਸ ਕਰਕੇ ਆਪਣੇ ਨਿੱਜੀ ਵਿਚਾਰਾਂ ਨੂੰ ਆਪਣੇ ਨਿੱਜੀ ਰੂਪ ਦੇ ਵਿੱਚ ਆਪਣੇ ਤੱਕ ਰੱਖਿਆ ਜਾਵੇ ਅਤੇ ਜਿੱਥੇ ਪੰਥ ਦੀ ਕੌਮ ਦੀ ਧਰਮ ਦੀ ਗੱਲ ਹੈ ਉੱਥੇ ਕੌਮ ਦੇ ਪੰਥ ਦੇ ਅਤੇ ਧਰਮ ਦੇ ਅਸੂਲਾਂ ਦੇ ਨਾਲ ਹੀ ਚੱਲਣਾ ਉਹ ਸਾਡੇ ਵਾਸਤੇ ਫਾਇਦੇਮੰਦ ਰਹੇਗਾ ਨਹੀਂ ਤਾਂ ਇਹ ਕਾਰਜ ਜਿਹੜੇ ਨੇ ਉਹ ਕਦੇ ਵੀ ਉਹ ਨਿਬੜਨਗੇ ਨਹੀਂ ਨਿੱਤ ਨਵੀਆਂ ਜਿਹੜੇ ਮੁੱਦੇ ਉਹ ਬਣਦੇ ਰਹਿਣਗੇ ਸੋ ਮੇਰੇ ਅੱਜ ਦੇ ਮਹਿਮਾਨ ਜਿਹੜੇ ਮੇਰੇ ਨਾਲ ਜੁੜੇ ਨੇ ਉਹਨਾਂ ਦਾ ਧੰਨਵਾਦ ਅਤੇ ਜਿਨ੍ਹਾਂ ਨੇ ਪ੍ਰੋਗਰਾਮ ਸੁਣਿਆ ਆਪ ਜੀ ਦਾ ਵੀ ਧੰਨਵਾਦ ਇੱਥੇ ਹੀ ਆਪ ਜੀ ਦੇ ਪਾਸੋਂ ਆਗਿਆ ਲਵਾਂਗੇ ਅਗਲੇ ਪ੍ਰੋਗਰਾਮ ਦੇ ਵਿੱਚ ਫਿਰ ਆਪ ਜੀ ਦੇ ਕਰਾਂਗੇ ਜੀ ਦਰਸ਼ਨ ਆਓ ਫਤਿਹ ਦੇ ਨਾਲ ਕਰੀਏ ਸਮਾਪਤੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।